ਜਿਹੜਾ ਪੈਗ ਲਾ ਲੈਂਦਾ ਉਹਨੂੰ ਜ਼ਰੂਰਤ ਨਹੀਂ ਰਹਿੰਦੀ ਫੋਨ ਦੀ। ਨਹੀਂ ਜ਼ਰੂਰਤ ਤਾਂ ਹੈਗੀ ਆ ਪਰ ਜੀ ਕਿ ਉਹ ਗੁਰਦੁਆਰੇ ਦਾ ਲੰਗਰ ਕਿਸੇ ਨੂੰ ਸੇਵਾਦਾਰ ਨੂੰ ਵਾਲੰਟੀਅਰ ਨੂੰ ਫੋਨ ਕਰਕੇ ਪਹੁੰਚਦਾ ਉਹਦੇ ਘਰੇ ਕਰੋ ਤੇ ਫਿਰ ਜੇ ਉਹ ਲੰਗਰ ਹੀ ਕਿਉਂ ਉਹ ਬਾਹਰੋਂ ਸਕਿੱਪ ਤੋਂ ਵੀ ਆਰਡਰ ਕਰ ਸਕਦਾ ਜੀ ਮੇਰਾ ਤੇ ਜਵਾਬ ਆ ਬਾਕੀ ਤੁਸੀਂ ਕਿੰਨੇ ਸੈਟੀਸਫਾਈ ਆ ਤੁਹਾਡੀ ਆਪਣੀ ਸੋਚ ਹੈ ਜੀ ਉਹਦਾ ਹੁਣ ਗਾਣੇ ਨੂੰ ਕੀ ਪਤਾ ਵੀ ਗੁਰਦਾਰੇ ਵਿੱਚ ਬਣਿਆ ਲੰਗਰ ਆ ਜੇ ਉਹ ਕਦੇ ਇਕੱਠ ਵਿੱਚ ਬਣਿਆ ਲੰਗਰ ਨਹੀਂਗਾ ਕਿ ਜਿਹੜਾ ਬੰਦਾ ਪੈਗ ਲਾਉਂਦਾ ਵਾ ਉਹਨੇ ਦਾਰੂ ਪੀ ਕੇ ਲੰਗਰ ਨਹੀਂ ਛਕ ਸਕਦਾ ਆਪਣੇ ਉਸ ਮਨੁੱਖੀ ਸਰੀਰ ਦੇ ਵਿੱਚ ਘੱਟ ਜਾਂਦਾ ਪਹਿਲਾਂ ਜਦੋਂ ਲੰਗਰ ਸ਼ਬਦ ਆ ਜਾਂਦਾ ਨਾ ਉੱਥੇ ਉਹ ਲੰਗਰ ਕਿੱਥੇ ਤਿਆਰ ਹੋਇਆ ਮੇਰੇ ਵੀਰ ਉਹ ਨਹੀਂ ਮੈਟਰ ਕਰਦਾ ਜਦੋਂ ਲੰਗਰ ਹੀ ਆ ਗਿਆ ਨਾ ਗੁਰੂ ਦੇ ਲੰਗਰ ਦਾ ਨਾਂ ਆ ਗਿਆ ਉਹ ਲੰਗਰ ਚਾਹੇ ਕਿਸੇ ਨੇ ਸ਼ਰਧਾ ਦੇ ਨਾਲ ਘਰ ਤਿਆਰ ਕੀਤਾ ਆ ਚਾਹੇ ਗੁਰਦੁਆਰਾ ਸਾਹਿਬ 'ਚ ਤਿਆਰ ਕੀਤਾ ਲੰਗਰ ਸਾਡੇ ਬਾਬੇ ਨਾਨਕ ਨੇ 20 ਰੁਪਈਆਂ ਨਾਲ ਚਾਲੂ ਕੀਤਾ ਸਾਨੂੰ ਲੰਗਰ ਦੀ ਮਰਿਆਦਾ ਕਿਸੇ ਨੇ ਭੰਗ ਕੀਤੀ ਆ ਉਹਦੇ ਖਿਲਾਫ ਬੋਲਣਾ ਸਾਡਾ ਹੱਕ ਬਣਦਾ ਹੈ ਉਹਦੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਗਾਣੇ ਨੂੰ ਕੀ ਪਤਾ ਵੀ ਉਹ ਗੁਰਦੁਆਰੇ 'ਚੋਂ ਬਣ ਕੇ ਆ ਪਹਿਲੀ ਗੱਲ ਵੀ ਜਿਹੜਾ ਲੰਗਰ ਬਿਲਕੁਲ ਜੀ ਸਾਡੀ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਬਖਸ਼ ਰਹੇ ਨਹੀਂ ਜੀ ਸਾਨੂੰ ਪਤਾ ਉਹ ਜਿਹੜੀਆਂ ਕਰ ਗਏ ਆ ਸੋ ਅਸੀਂ ਬਹਿਸ ਨਹੀਂ ਚਾਹੁੰਦੇ ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਅਤੇ ਨਿੱਘੀ ਜੀਆਂ ਨੂੰ ਤੁਹਾਨੂੰ ਸਾਡੇ ਅੱਜ ਦੇ ਲਾਈਵ ਟਾਕ ਸ਼ੋਅ ਗੱਲਾਂ ਖਰੀਆਂ ਖਰੀਆਂ ਵਿੱਚ ਅਤੇ ਮੇਰਾ ਸਾਥ ਹਮੇਸ਼ਾ ਦੀ ਤਰ੍ਹਾਂ ਸਾਡੇ ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਰਫਤਾਰ ਸਿੰਘ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਫਤਾਰ ਜੀ ਕੀ ਹਾਲ ਹੈ ਜੀ ਤੁਹਾਡਾ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਵੈਰੀ ਨਾਈਸ ਬਿਲਕੁਲ ਜੀ ਪਰਫੈਕਟ ਤੁਹਾਡੇ ਅੱਜ ਸੂਟ ਜਿਹਾ ਜਿਹੜਾ ਕੁੜਤਾ ਪਜਾਮਾ ਕੁੜਤਾ ਪਜਾਮਾ ਹੀ ਬਹੁਤ ਸੋਹਣਾ ਲੱਗ ਰਿਹਾ ਪਾਇਆ ਹੈ ਅਤੇ ਨਾਲ ਜਿਹੜੀ ਫੁਲਕਾਰੀ ਕਿਆ ਬਾਤ ਮੈਨੂੰ ਲੱਗਦਾ ਮੈਂ ਹਰ ਵੀਕੇ ਮੇਰੇ ਲਈ ਕੰਪਲੀਮੈਂਟ ਆਉਂਦਾ ਆ ਨਾ ਤੇ ਮੈਨੂੰ ਲੱਗਦਾ ਹੁਣ ਤੁਹਾਡੀ ਮੇਰੀ ਬਣ ਜੀ ਲੱਗ ਪਈ ਹੈ ਨਾ ਮੈਨੂੰ ਵੀ ਕਹਿ ਦੋ ਮਾੜਾ ਜਾ ਬਹੁਤ ਸੋਹਣੇ ਲੱਗਦੇ ਤੁਸੀਂ ਅੱਜ ਥੈਂਕ ਯੂ ਜੀ ਪਹਿਲਾਂ ਤੁਹਾਡਾ ਥੈਂਕ ਯੂ ਸਰ ਸਾਡੇ ਸਕਰੀਨ ਤੇ ਨੰਬਰ ਆ ਰਹੇ ਨੇ ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ ਸਾਨੂੰ ਫੋਨ ਕਰ ਸਕਦੇ ਹੋ ਤਾਂ ਕਿ ਅਸੀਂ ਤੁਹਾਡੀਆਂ ਵੀ ਗੱਲਾਂ ਸੁਣ ਸਕੀਏ ਤੇ ਅਸੀਂ ਵੀ ਤੁਹਾਡੇ ਨਾਲ ਰਲ ਕੇ ਗੱਲਾਂ ਕਰ ਸਕੀਏ ਸੋ ਸ਼ੋਅ ਜਿਹੜਾ ਅੱਜ ਅਸੀਂ ਰਲਮਾ ਮਿਲਮਾ ਜਿਹਾ ਰੱਖਾਂਗੇ ਬਹੁਤ ਸਾਰੀ ਰਲਮਾ ਮਿਲਮਾ ਇਨਫੋਰਮੇਸ਼ਨ ਜਿਹੜੀ ਹਮੇਸ਼ਾ ਬਿਲਕੁਲ ਜੀ ਇਨਫੋਰਮੇਸ਼ਨ ਤਾਂ ਬਹੁਤ ਜ਼ਰੂਰੀ ਹੁੰਦੀ ਆ ਤੁਸੀਂ ਪਹਿਲਾਂ ਬੋਲ ਲਓ ਕੁਛ ਜੇ ਬੋਲਣਾ ਨਹੀਂ ਠੀਕ ਹੈ ਜੀ ਕੋਈ ਨਾ ਆਉਣ ਦਿਓ ਹੈਗਾ ਆਪਣੇ ਕੋਲੇ ਟਾਈਮ ਹਜੇ ਖੁੱਲ੍ਹਾ ਹੀ ਆ ਕੋਈ ਚੱਕਰ ਨਹੀਂ ਆ ਚੱਕੀ ਜਾਵਾਂਗੇ ਜਿੰਨੇ ਚਿਰ ਗੱਲਾਂ ਸੋ ਹਮੇਸ਼ਾ ਹੀ ਜਦੋਂ ਵੀ ਅਸੀਂ ਸ਼ੋਅ ਦੀ ਸ਼ੁਰੂਆਤ ਕਰਨੀ ਹੁੰਦੀ ਆ ਗੱਲਾਂ ਖਰੀਆਂ ਖਰੀਆਂ ਦੀ ਔਰ ਜਦੋਂ ਵੀ ਰਫਤਾਰ ਜੀ ਸਾਡੇ ਸਟੂਡੀਓ 'ਚ ਪਹੁੰਚਦੇ ਨੇ ਪਹਿਲਾਂ ਇਹ ਟੇਬਲ 'ਤੇ ਦੇਖਦੇ ਹੁੰਦੇ ਕਿ ਪੇਪਰ ਕਿੰਨੇ ਕੁ ਪਏ ਆ ਕੀ ਰੱਖਿਆ ਹੈਗਾ ਕੀ ਮੈਂ ਕਰ ਰਹੀ ਹੈਗੀ ਹਾਂ ਫਿਰ ਮੈਨੂੰ ਪੁੱਛਦੇ ਵੀ ਕਿੰਨਾ ਕੁ ਟਾਈਮ ਲਾਉਂਗੇ ਸੋ ਰਫਤਾਰ ਜੀ ਇੰਨਾ ਕੁ ਤਾਂ ਲੈਣਾ ਹੀ ਪੈਣਾ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਪੜ੍ਹਦੇ ਹੁੰਦੇ ਸੀ ਨਾ ਸਕੂਲ ਦੇ ਵਿੱਚ ਉਦੋਂ ਪੇਪਰ ਕਰੀ ਜਾਣਾ ਉਦੋਂ ਐਂ ਉੱਠ ਉੱਠ ਕੇ ਦੇਖੀ ਜਾਣਾ ਬਾਕੀ ਦਿਨ ਬਈ ਉਹਨੇ ਕਰ ਲਿਆ ਜਦੋਂ ਇੱਕ ਵੀ ਨਾਲ ਉੱਠ ਕੇ ਪੇਪਰ ਹੋਇਆ ਨਾਲ ਦੀ ਨਾਲ ਮੈਂ ਵੀ ਕਰ ਲਿਆ ਜੀ ਉਦੋਂ ਆਇਆ ਮਸਾਂ ਖੜਾ ਛੁਡਾ ਕੇ ਆਇਆ ਸੀ ਪੰਜਾਬ ਤੋਂ ਅਤੇ ਇੱਥੇ ਆ ਕੇ ਫਿਰ ਪੇਪਰ ਵਾਲਾ ਇਜਾਜ਼ਤ ਹੋਵੇ ਬਿਲਕੁਲ ਇਰਸ਼ਾਦ ਥੈਂਕ ਯੂ ਜੀ ਸੋ ਸਾਰਿਆਂ ਤੋਂ ਪਹਿਲਾਂ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਾਡੇ ਸਾਰੇ ਹੀ ਸਪੌਂਸਰਸ ਦਾ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਇਹਨਾਂ ਸਪੌਂਸਰਸ ਦੇ ਕਰਕੇ ਹੀ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ ਤੁਹਾਡੇ ਤੱਕ ਸ਼ੋਅ ਲੈ ਕੇ ਆਉਂਦੇ ਹਾਂ ਔਰ ਅਸੀਂ ਬਿਹਾਫ ਆਫ ਸਾਂਝਾ ਟੀਵੀ ਪੂਰੀ ਟੀਮ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਇਸ ਔਖੀ ਘੜੀ ਦੇ ਵਿੱਚ ਬਹੁਤ ਸਾਰੇ ਸਾਡੇ ਸਪੌਂਸਰ ਬਹੁਤ ਸਾਰਾ ਕਮਿਊਨਿਟੀ ਦੇ ਵਿੱਚ ਕੰਮ ਕਰ ਰਹੇ ਆ ਉਹ ਵੀ ਬਹੁਤ ਐਪਰੀਸ਼ੀਏਟ ਕਰਨਾ ਬਣਦਾ ਆ ਕਿਉਂਕਿ ਕਹਿੰਦੇ ਇਸ ਵਕਤ ਕਰੋਨਾ ਦੀ ਮਾਰ ਦੇ ਨਾਲ ਲੋਕ ਕੰਮਾਂ ਕਾਰਾਂ ਤੋਂ ਘਰ ਬੈਠੇ ਨੇ ਸੋ ਬਹੁਤ ਸਾਰੇ ਲੋਕ ਜਿਹੜੇ ਵਿਜ਼ਟਰ ਇਹਨਾਂ ਕੰਟਰੀ ਦਿਆਂ ਵਿੱਚ ਕੰਟਰੀਆਂ ਦੇ ਵਿੱਚ ਆਏ ਸੀ ਕਿਤੇ ਨਾ ਕਿਤੇ ਉਹ ਇੱਥੇ ਸਟੱਕ ਹੋ ਗਏ ਆ ਬਹੁਤ ਸਾਰੇ ਸਾਡੇ ਪਰਿਵਾਰ ਉੱਥੇ ਸਟੱਕ ਹੋ ਗਏ ਆ ਸੋ ਰਲ ਮਿਲ ਕੇ ਸਾਰੇ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇੱਕ ਦੂਜੇ ਦੀ ਮਦਦ ਕਰ ਸਕੀਏ ਔਰ ਇੱਕ ਦੂਜੇ ਤੱਕ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਦੀਆਂ ਕਰ ਸਕੀਏ ਸੋ ਸਾਡੇ ਸਪੌਂਸਰ ਦੇ ਵਿੱਚ ਦੇਸੀ ਬਾਈਟਸ A1 ਸਪੋਰਟਸ ਗ੍ਰੇਟ ਬਲਾਈਂਡ ਸੁੱਖੀ ਬਾਟ ਮੋਟਰਸ ਡਾਇਰੈਕਟ ਫਰਨੀਚਰ ਸਬਜ਼ੀ ਮੰਡੀ ਲੱਡੂ ਫੈਕਟਰੀ ਅਤੇ ਹੀਰੋ ਆਟਾ ਮਿਲ ਸਟਰੀਮ ਵਾਲਿਆਂ ਦਾ ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਇਸ ਦੇ ਨਾਲ ਨਾਲ ਖਾਲਸਾ ਲਾਇਬ੍ਰੇਰੀ FYI ਮੀਡੀਆ ਸਾਂਝਾ ਟੀਵੀ ਹੈਰੀ ਇਮੀਗ੍ਰੇਸ਼ਨ ਔਰ ਦੇਸੀ ਬਾਈਟਸ ਦੂਖਨਵਾਨ ਗੁਰਦੁਆਰਾ ਸਾਹਿਬ ਔਰ ਸਾਰਿਆਂ ਵੱਲੋਂ BNB ਟਰੱਸਟ ਤੋਂ ਬਿਲ ਸੰਧੂ ਸਾਰਿਆਂ ਵੱਲੋਂ ਇੱਕ ਸਾਂਝਾ ਉਪਰਾਲਾ ਜਿਹੜਾ ਚੱਲ ਰਿਹਾ ਹੈ ਜਿਸ ਦੇ ਵਿੱਚ ਆਟਾ ਰਫਤਾਰ ਜੀ ਹੋਰ ਪਹੁੰਚ ਚੁੱਕਾ ਹੈ ਸਾਡੇ ਨਾਲ ਕਾਲਰ ਵੀ ਆ ਚੁੱਕੇ ਆ ਜੀ ਮੇਰੇ ਖਿਆਲ 'ਚ ਪਹਿਲਾਂ ਕਾਲ ਲੈ ਲਈ ਕਾਲ ਲੈਣੀ ਬਹੁਤ ਜ਼ਰੂਰੀ ਹੈ
ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੁਗਰਾਜ ਕਲੀ ਵਿਸ਼ੇ ਤੋਂ ਜੀ। ਹਾਂਜੀ ਜੁਗਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਮੈਂ ਕਵਿਤਾ ਲਿਖੀ ਇਸੇ ਕਰੋਨਾ ਬਾਰੇ ਤੇ ਸੁਣੋਗੇ ਤੇ ਖੁਸ਼ ਹੋਵੇ ਜੀ। ਜ਼ਰੂਰ ਜੀ, ਆਉਣ ਦਿਓ। ਹਾਂ, ਕਰੋਨਾ ਦਾ ਕਹਿਰ ਹੈ ਨਾ ਕਿਸੇ ਸਫ਼ਰ 'ਚ ਰਹੋ। ਕਰੋਨਾ ਦਾ ਕਹਿਰ ਹੈ ਨਾ ਕਿਸੇ ਸਫ਼ਰ 'ਚ ਰਹੋ, ਪੰਛੀਆਂ ਨੂੰ ਮਿੰਨਤ ਆ ਵੀ ਆਲ੍ਹਣੇ 'ਚ ਘਰ 'ਚ ਰਹੋ। ਆਪਣੇ ਵਾਲੀ ਤੁਸੀਂ ਈਦ ਦਾ ਚੰਦ ਹੋ, ਹਨੇਰ ਗਰਦੀ ਤੋਂ ਬਚੋ, ਉਹਨਾਂ ਦੀ ਨਜ਼ਰ 'ਚ ਰਹੋ। ਮੰਨਿਆ ਕਿ ਮੁਲਾਜ਼ਮ ਹੋ ਘੁੰਮਦੇ ਹੋ ਕਰਫਿਊ ਵਿੱਚ ਵੀ, ਮੰਨਿਆ ਕਿ ਪੱਤਰਕਾਰ ਹੋ ਘੁੰਮਦੇ ਹੋ ਕਰਫਿਊ ਵਿੱਚ ਵੀ, ਵਕਤ ਦਾ ਤਕਾਜ਼ਾ ਹੈ ਲਾਕਡਾਊਨ ਹੈ, ਆਪਣੇ ਬੰਦ ਦਰ 'ਚ ਰਹੋ। ਪਹਿਲਾਂ ਖਾਕ ਛਾਣੀ, ਹੁਣ ਹਵਾ ਛਾਣੋ ਮਾਸਕ ਲਾ ਕੇ। ਪਹਿਲਾਂ ਖਾਕ ਛਾਣੀ ਗਲੀ ਗਲੀ ਦੀ, ਹੁਣ ਹਵਾ ਛਾਣੋ ਮਾਸਕ ਲਾ ਕੇ। ਧੋ ਦਿਓ ਕੀਤੇ ਪਾਪ, ਫਿਰ ਭਾਵੇਂ ਕਿਸੇ ਕਬਰ 'ਚ ਰਹੋ। ਭੁੱਖਿਆਂ ਨੂੰ ਲੰਗਰ ਕਾਣੀ ਵੰਡ ਕਰਕੇ ਆਸਾਨ ਨਾ ਕਰੋ। ਭੁੱਖਿਆਂ ਨੂੰ ਲੰਗਰ ਕਾਣੀ ਵੰਡ ਕਰਕੇ ਆਸਾਨ ਨਾ ਕਰੋ, ਸਿਰਫ ਮੀਡੀਆ 'ਚ ਨਹੀਂ ਉਹਨਾਂ ਦੇ ਦਿਲ 'ਚ, ਉਹਨਾਂ ਦੇ ਘਰ 'ਚ ਰਹੋ। ਜ਼ਿੰਦਗੀ ਬੇਵਫਾ, ਮੌਤ ਮਹਿਬੂਬਾ, ਵਫ਼ਾਦਾਰ ਤੋਂ ਨਾ ਡਰੋ। ਜ਼ਿੰਦਗੀ ਬੇਵਫਾ, ਮੌਤ ਮਹਿਬੂਬਾ, ਵਫ਼ਾਦਾਰ ਹੈ ਤੋਂ ਨਾ ਡਰੋ, ਤੇ ਮਿਲੇਗੀ ਮੰਦਿਰ, ਮਸਜਿਦ, ਗਿਰਜੇ ਜਾਂ ਗੁਰੂ ਘਰ 'ਚ ਰਹੋ। ਕੀ ਬਾਤ ਹੈ, ਥੈਂਕ ਯੂ ਜਗਰਾਜ ਜੀ, ਬੜਾ ਵਧੀਆ ਲਿਖਦੇ ਹੋ ਜੀ ਤੁਸੀਂ, ਔਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਤੁਸੀਂ ਕਵਿਤਾਵਾਂ ਬਣਾ ਦਿੰਦੇ ਹੋ ਜੀ, ਬੜਾ ਵਧੀਆ ਲੱਗਾ, ਥੈਂਕ ਯੂ ਫੋਨ ਕਰਨ ਦੇ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਰਫਤਾਰ ਜੀ, ਤੁਸੀਂ ਵਿਹਲੇ ਰਹਿੰਦੇ, ਲੋਕਡਾਊਨ ਆ, ਹੁਣ ਤੁਸੀਂ ਕੰਮ ਤੇ ਨਹੀਂ ਜਾਂਦੇ, ਤੇ ਮਾੜਾ ਮੋਟਾ ਕੁਝ ਸਿੱਖ ਲਿਆ ਕਰੋ, ਬੰਦਾ ਲਿਖ ਲੁਖ ਲੈਂਦਾ। ਮੈਂ ਹੀ ਲਿਖਿਆ ਹੈ, ਅਸੀਂ ਫੋਨ ਤੇ ਗੱਲ ਕਰਦੇ ਰਹਿੰਦੇ, ਮੈਂ ਕਿਹਾ ਜੀ ਤੁਹਾਡੇ ਮੂੰਹੋਂ ਬੜੀ ਫਬਦੀ ਆ ਵੀ ਤੁਸੀਂ ਉਹ ਕਰ ਦਿਆ ਕਰੋ, ਸੁਣਾ ਦਿਆ ਕਰੋ। ਜਗਰਾਜ ਸਿੰਘ ਜੀ, ਮੈਂ ਤੇ ਕੁਝ ਨਹੀਂ ਕਿਹਾ, ਹੁਣ ਦੇਖੋ ਬੈਠਿਆਂ ਬੈਠਿਆਂ ਤੁਹਾਡੀ ਕਵਿਤਾ ਜਿਹੜੀ ਆ ਉਹ ਚੋਰੀ ਹੋ ਗਈ, ਸੋ ਜਾਣੀ ਰਫਤਾਰ ਗੱਲ ਹੁੰਦੀ ਆ, ਤੁਹਾਨੂੰ ਪਤਾ ਹੀ ਗੱਲ ਗੱਲ ਭਰਾ ਹੀ ਹੁੰਦੇ ਆ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੀਪਕ ਬੋਲ ਰਿਹਾ। ਹਾਂਜੀ ਦੀਪਕ ਜੀ, ਜੀ ਆਇਆਂ ਨੂੰ ਜੀ ਤੁਹਾਨੂੰ, ਔਰ ਥੈਂਕ ਯੂ ਤੁਸੀਂ ਸਾਨੂੰ ਕਾਲ ਕੀਤੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਭ ਤੁਹਾਡਾ ਵੀ ਥੈਂਕ ਯੂ ਜੀ, ਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਾਂ ਟੋਰਾਂਟੋ ਬ੍ਰੈਂਟਨ ਦੇ ਵਿੱਚ ਸੈਨੇਟਾਈਜ਼ਰ ਦੀ, ਮਾਸਕ ਦੀ ਸੇਵਾ ਕਰ ਰਹੇ ਹਾਂ ਜੀ। ਦੀਪਕ ਥਾਪਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਟੋਰਾਂਟੋ ਡਾਊਨ ਟਾਊਨ ਦੇ ਵਿੱਚ ਤੁਸੀਂ ਜ਼ਰੂਰਤਮੰਦ ਜਿਹੜੇ ਬੇਘਰੇ ਲੋਕ ਆ, ਜਿਨ੍ਹਾਂ ਤੱਕ ਇਹ ਚੀਜ਼ਾਂ ਦੀ ਬਹੁਤ ਮੁਸ਼ਕਲ ਦੇ ਨਾਲ ਪਹੁੰਚ ਹੁੰਦੀ ਹੈ, ਤੁਸੀਂ ਉਹਨਾਂ ਲੋਕਾਂ ਨੂੰ ਸੈਨੀਟਾਈਜ਼ਰ, ਗਲਵਸ ਅਤੇ ਮਾਸਕ ਦੇ ਰਹੇ ਹੋ, ਔਰ ਬੜਾ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ, ਇਸ ਦੇ ਲਈ ਵਧਾਈ ਦੇ ਪਾਤਰ ਹੋ। ਔਰ ਤੁਸੀਂ ਸਾਨੂੰ ਇੱਕ ਵਾਰੀ ਪਹਿਲਾਂ ਆਪਣਾ ਨੰਬਰ ਜ਼ਰੂਰ ਦੱਸੋ, ਕਿਉਂਕਿ ਟੋਰਾਂਟੋ ਤੋਂ ਸਾਨੂੰ ਅੱਜ ਕਾਫੀ ਕਾਲਜ਼ ਆਈਆਂ ਕਿ ਲੋਕ ਪੁੱਛਣਾ, ਜਾਣਨਾ ਚਾਹੁੰਦੇ ਨੇ ਕਿ ਕਿੱਥੋਂ ਉਹਨਾਂ ਨੂੰ ਸੈਨੀਟਾਈਜ਼ਰ ਜਾਂ ਮਾਸਕ ਮਿਲ ਸਕਦੇ ਆ। ਜੀ ਮੇਰੀ ਜਿਹੜੀ ਰੈਜ਼ੀਡੈਂਸ ਹੈਗੀ ਹੈ ਜੀ, ਮੇਰਾ ਰੈਫਰੈਂਸ ਹੈਗਾ, ਤੇ ਤੁਸੀਂ ਮੇਰਾ ਫੋਨ ਨੰਬਰ ਲੈ ਸਕਦੇ ਹੋ ਜੀ, 6474491045 ਜੀ। ਔਰ ਦੀਪਕ ਜੀ, ਤੁਹਾਡੇ ਨਾਲ ਕਿੰਨੇ ਕੁ ਵਾਲੰਟੀਅਰ ਜੁੜੇ ਨੇ ਇਸ ਮੁਹਿੰਮ ਦੇ ਵਿੱਚ, ਔਰ ਕਿੰਨੇ ਕੁ ਲੋਕ ਤੁਹਾਡੇ ਨਾਲ ਅੱਗੇ ਵੱਧ ਕੇ ਤੁਹਾਡੀ ਹੈਲਪ ਕਰ ਰਹੇ ਨੇ? ਦੇਖੋ ਜੀ, ਆਪਣੇ ਨਾਲ 5-6 ਜਾਣੇ ਜੁੜੇ ਨੇ ਜੀ ਜੀ, ਮੇਰੇ ਫਰੈਂਡਸ ਨੇ, ਕੁਝ ਵਾਲੰਟੀਅਰਸ ਨੇ, ਤੇ ਇਹ ਫਾਈਨੈਂਸ਼ਲੀ ਵੀ ਕਾਫੀ ਅੱਗੇ ਆਏ ਨੇ ਸਾਡੇ ਨਾਲ। ਪਹਿਲਾਂ ਮੈਂ, ਮੇਰੀ ਜਿਹੜੀ ਮੁਹਿੰਮ ਸੀ ਇੰਡੀਵਿਜੁਅਲ ਲੈਵਲ ਤੇ ਸ਼ੁਰੂ ਹੋਈ ਸੀ ਜੀ, ਬਟ ਹੁਣ ਇੱਕ ਸਟੋਰ ਵਾਲੇ ਵੀ, ਇਨਫੈਕਟ 2 ਸਟੋਰ ਵਾਲੇ, ਇੱਕ ਪੀਜ਼ਾ ਸਟੋਰ ਹੈ ਜੀ ਮਾਮਾ ਪੀਜ਼ਾ ਡਾਊਨ ਟਾਊਨ ਚ, ਤੇ ਇਹ ਹੈਗਾ ਜੀ ਗੱਡੀ ਪੰਜਾਬੀ ਬਾਜ਼ਾਰ ਜੀ ਬ੍ਰੈਂਟਨ ਦੇ ਵਿੱਚ ਜੀ, ਫਾਦਰ ਟੋਬੀ ਤੇ ਟੋਰ ਬ੍ਰਮ ਤੇ ਜੀ। ਔਰ ਦੀਪਕ ਜੀ, ਇਹ ਸਟੋਰ ਵੀ ਤੁਹਾਡੀ ਮਦਦ ਕਰ ਰਹੇ ਨੇ, ਤੇ ਦੀਪਕ ਜੀ ਮੈਂ ਇੱਕ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਅਵੇਅਰਨੈਸ ਲਿਆਉਣੀ ਜ਼ਰੂਰੀ ਆ, ਤੁਸੀਂ ਕੋਈ ਵੈਬਸਾਈਟ, ਕੋਈ ਪੇਜ ਇਹਦੇ ਲਈ ਬਣਾਇਆ ਹੈਗਾ ਜਿੱਥੇ ਲੋਕ ਤੁਹਾਨੂੰ ਜਾਣ ਸਕਣ ਕਿ ਤੁਸੀਂ ਕਿਹੋ ਜਿਹੇ ਕੰਮ ਕਰ ਰਹੇ ਹੋ, ਕਿੱਦਾਂ ਉਹ ਤੁਹਾਡੇ ਨਾਲ ਜੁੜ ਸਕਦੇ, ਹੋਰ ਵੈਂਡਰਸ ਕਿਵੇਂ ਤੁਹਾਡੇ ਤੱਕ ਰੀਚ ਕਰ ਸਕਦੇ? ਦੇਖੋ ਜੀ, ਆਪਾਂ ਇੱਕ ਫੇਸਬੁੱਕ ਪੇਜ ਬਣਾਇਆ ਜੀ, ਹੈਲਪ ਏਡ ਕੈਨੇਡਾ ਕਰਕੇ, ਤੇ ਉਹਦੇ ਤੇ ਸਾਡੀ ਕੰਟੈਕਟ ਡਿਟੇਲਸ ਹੈਗੀਆਂ ਨੇ, ਮੇਰੀ ਈਮੇਲ ਆਈਡੀ ਦਿੱਤੀ ਹੋਈ ਹੈ, ਤੇ ਉਹ ਸਾਨੂੰ ਈਮੇਲ ਕਰ ਸਕਦੇ ਨੇ, ਮੈਸੇਜ ਕਰ ਸਕਦੇ ਨੇ, ਤੇ ਸਾਨੂੰ ਇਨਫੈਕਟ ਬਹੁਤ ਜ਼ਿਆਦਾ ਵੈਂਡਰਸ ਦੀ ਲੋੜ ਹੈ, ਸਾਨੂੰ ਹੁਣ ਲਿਮਿਟਡ ਕੁਆਂਟਿਟੀ ਸਾਡੇ ਕੋਲ ਸਮਾਨ ਹੈਗਾ ਜੀ, ਤੇ ਆਪਾਂ ਚਾਹਾਂਗੇ ਜੀ ਹੋਰ ਵੈਂਡਰ ਸਾਡੇ ਨਾਲ ਜੁੜਨ ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਟਰੱਕਰਸ ਜਿਹੜੇ ਕਾਫੀ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਪਰੇਸ਼ਾਨੀ ਆ ਰਹੀ ਹੈਗੀ ਆ, ਕਿਉਂਕਿ ਮੇਰੇ ਤੱਕ 2 ਕੁ ਕਾਲਜ਼ ਆਈਆਂ ਸੀ ਜਿਹੜੀਆਂ ਟੋਰਾਂਟੋ ਤੋਂ ਟਰੱਕਰ ਸੀ, ਉਹ ਪੁੱਛਦੇ ਸੀ ਕਿ ਮਾਸਕ ਜਾਂ ਉਹਨਾਂ ਨੂੰ ਗਲਵਸ ਕਿੱਥੋਂ ਮਿਲ ਸਕਦੇ ਆ, ਸੋ ਉਹਨਾਂ ਨੂੰ ਵੀ ਤੁਸੀਂ ਮੁਹੱਈਆ ਕਰਾਉਂਦੇ ਹੋ ਕਿ ਜਾਂ ਤੁਸੀਂ ਸਿਰਫ ਡਾਊਨ ਟਾਊਨ 'ਚ ਜਿਹੜੇ ਹੋਮਲੈਸ ਆ ਉਹਨਾਂ ਤੱਕ ਹੀ ਪਹੁੰਚਦੇ ਕਰਦੇ ਹੋ? ਨਹੀਂ ਜੀ, ਆਪਾਂ ਜਿੱਦਾਂ ਡਾਊਨ ਟਾਊਨ 'ਚ ਵੀ ਕਰਦੇ ਹਾਂ ਜੀ, ਅਸੀਂ ਘਰੋਂ ਬ੍ਰੈਂਟਨ ਤੋਂ ਵੀ ਆਪਰੇਟ ਕਰ ਰਹੇ ਹਾਂ ਜੀ, ਇਨਫੈਕਟ ਟਰੱਕਰਸ ਬਹੁਤ ਆਉਂਦੇ ਨੇ ਸਾਡੇ ਕੋਲ, ਤੇ ਉਹ ਲੈ ਕੇ ਜਾਂਦੇ ਨੇ ਕਿਉਂਕਿ ਅਮਰੀਕਾ 'ਚ ਨਹੀਂ ਅਵੇਲੇਬਲ ਹੋ ਰਹੇ ਉਹਨਾਂ ਨੂੰ, ਸਪਲਾਈ ਪਿੱਛੋਂ ਲਗਾਤਾਰ ਮਿਲ ਰਹੀ ਹੈ ਮਾਸਕਾਂ ਦੀ ਜਾਂ ਗਲਵਜ਼ ਜਾਂ ਸੈਨੀਟਾਈਜ਼ਰ, ਕੀ ਤੁਹਾਨੂੰ
ਲੋੜ ਪੈ ਸਕਦੀ ਹੈ ਫਿਊਚਰ ਦੇ ਵਿੱਚ ਘਰੋਂ ਬੀਬੀਆਂ ਭੈਣਾਂ ਮਾਸਕ ਬਣਾ ਕੇ ਤੁਹਾਡੇ ਤੱਕ ਪਹੁੰਚਦੇ ਕਰਨ? ਇਹ ਤੁਸੀਂ ਬਹੁਤ ਵਧੀਆ ਜੀ, ਸਾਨੂੰ ਇੱਕ ਜੇ ਇਦਾਂ ਦਾ ਉਪਰਾਲਾ ਹੋ ਜਾਏ ਤਾਂ ਸਾਡੇ ਲਈ ਬਹੁਤ ਵਧੀਆ ਹੋ ਜਾਊਗਾ, ਕਿਉਂਕਿ ਸਾਡੇ ਕੋਲ ਬਹੁਤ ਲਿਮਿਟਿਡ ਕੁਆਂਟਿਟੀ ਦੇ ਵਿੱਚ ਸਟਾਫ ਹੈਗਾ ਤੇ ਆਪਾਂ ਹਰ ਇੱਕ ਦੀ ਉਨੀ ਉਨੀ ਮਦਦ ਕਰ ਪਾ ਰਹੇ ਹਾਂ। ਜੇ ਕੁਛ ਇਦਾਂ ਦਾ ਉਪਰਾਲਾ ਹੋ ਜਾਏ ਤਾਂ ਆਪਾਂ ਖੁੱਲੇ ਦਿਲੋਂ ਕਰ ਸਕਾਂਗੇ ਜੀ। ਜੀ ਬਿਲਕੁਲ ਜੀ, ਅਸੀਂ ਤੁਹਾਡਾ ਮੈਸੇਜ ਜਿਹੜਾ ਆ ਜ਼ਰੂਰ ਸਾਰਿਆਂ ਤੱਕ ਪਹੁੰਚਦਾ ਹੋ ਗਿਆ ਆ ਕਿ ਜੇ ਭੈਣਾਂ ਘਰਾਂ ਤੋਂ ਬਣਾ ਕੇ ਵੀ ਮਾਸਕ ਦੇਣੇ ਚਾਹੁੰਦੀਆਂ ਤੁਹਾਨੂੰ, ਤੁਹਾਨੂੰ ਨੰਬਰ ਅਸੀਂ ਜ਼ਰੂਰ ਰਿਪੀਟ ਕਰਾਂਗੇ, ਤੁਹਾਨੂੰ ਕੰਟੈਕਟ ਕਰ ਸਕਦੇ ਨੇ। ਔਰ ਤੁਸੀਂ ਤੁਹਾਡੇ ਤੱਕ ਜੇ ਕੋਈ ਕੱਪੜਿਆਂ ਦੀ ਡੋਨੇਸ਼ਨ ਦੇਵੇ ਕਿ ਕੱਪੜਾ ਲੈ ਕੇ ਮਾਸਕ ਭੈਣਾਂ ਤੱਕ ਜਾਂ ਕੋਈ ਇਹੋ ਜਿਹੇ ਸਟੋਰ ਦੇ ਨਾਲ ਰਾਬਤਾ ਕੀਤਾ ਆ ਕਿ ਉੱਥੋਂ ਉਹਨਾਂ ਨੂੰ ਕੱਪੜਾ ਮਿਲ ਸਕੇ, ਕਿਉਂਕਿ ਸਟੋਰ ਅੱਜ ਕੱਲ੍ਹ ਬੰਦ ਆ, ਸੋ ਕੱਪੜਾ ਨਹੀਂ ਮਿਲ ਰਿਹਾ ਮਾਸਕ ਬਣਾਉਣ ਦੇ ਲਈ? ਇਹ ਤੁਸੀਂ ਮੈਂ ਜੀ ਪਤਾ ਕਰ ਲੈਣਾ ਬ੍ਰੈਂਪਟਨ ਤੋਂ, ਜੇ ਇਦਾਂ ਦਾ ਕੋਈ ਭਾਈ ਵੀਰ ਜਿਹੜੇ ਆਪਣੇ ਸਟੋਰਸ ਹੈਗੇ ਨੇ ਮੈਂ ਜ਼ਰੂਰ ਜਾਵਾਂਗਾ ਤੇ ਮੈਂ ਜ਼ਰੂਰ ਪਤਾ ਕਰਦਾ ਜੀ ਵੀ ਜੇ ਮੈਂ ਕੱਪੜਾ ਅਰੇਂਜ ਕਰਾ ਸਕਾਂ ਤੇ ਕੋਈ ਆਪਾਂ ਨੂੰ ਸਿਲਾਈ ਕਰਕੇ ਦੇ ਦੇ ਤੇ ਬਹੁਤ ਵਧੀਆ ਹੋ ਜਾਊਗਾ ਜੀ। ਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਸੁਣਨ ਵਾਲਿਆਂ ਨੂੰ, ਕਿਉਂਕਿ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾ ਰਿਹਾ, ਕੀ ਮੈਸੇਜ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਸਾਰਿਆਂ ਨੂੰ? ਇਹ ਸਾਰਿਆਂ ਨੂੰ ਇੱਕ ਮੈਸੇਜ ਹੈ ਜੀ, ਸਾਰੇ ਪੰਜਾਬੀਆਂ ਨੂੰ ਸਾਰੀ ਦੁਨੀਆ ਨੂੰ ਕਹਿਣਾ ਚਾਹੁੰਦਾ ਆਹੀ ਟਾਈਮ ਆ ਇੱਕ ਦੂਜੇ ਦੀ ਹੈਲਪ ਕਰਨ ਦਾ। ਜੇ ਆਪਾਂ ਕਮਿਊਨਿਟੀ ਦੀ ਹੈਲਪ ਕਰਾਂਗੇ, ਇਹਨਾਂ ਲੋਕਾਂ ਨਾਲ ਹੀ ਆਪਾਂ ਮਿਲਣਾ ਵਰਤਣਾ, ਇਹਨਾਂ ਲੋਕਾਂ ਵਿੱਚ ਹੀ ਵਿਚਰਨਾ ਤੇ ਜੇ ਵਾਹਿਗੁਰੂ ਨੇ ਸਾਨੂੰ ਇੰਨੀ ਤਾਕਤ ਸ਼ਕਤੀ ਬਖਸ਼ੀ ਹੈ ਤਾਂ ਇੱਕ ਦੂਜੇ ਦੀ ਹੈਲਪ ਕਰੋ, ਮਾੜੇ ਟਾਈਮ 'ਚ ਨਿਕਲੀਏ ਸਾਰੇ ਇਕੱਠੇ ਹੋ ਕੇ ਜੀ। ਸੋ ਥੈਂਕ ਯੂ ਦੀਪਕ ਜੀ, ਬਹੁਤ ਵਧੀਆ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ, ਸਾਨੂੰ ਫੋਨ ਕੀਤਾ, ਅਸੀਂ ਜ਼ਰੂਰ ਤੁਹਾਡਾ ਨੰਬਰ ਰਿਪੀਟ ਕਰਾਂਗੇ ਔਰ ਅਸੀਂ ਆਪਣੀ ਪੂਰੀ ਤੁਹਾਡੀ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚਦੀ ਕਰਾਂਗੇ। ਬੜਾ ਗੁੱਡ ਕੌਜ਼ ਦੇ ਲਈ ਤੁਸੀਂ ਇਹ ਜਿਹੜਾ ਉਪਰਾਲਾ ਕਰ ਰਹੇ ਹੋ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਦੇਵੇ, ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਰਫਤਾਰ, ਇਹ ਵੀ ਬਹੁਤ ਵਧੀਆ ਕਾਰਜ ਕਰ ਰਹੇ ਹੈਗੇ ਆ। ਔਰ ਇਸ ਤੋਂ ਪਹਿਲਾਂ ਕਿ ਆਪਾਂ ਇਹਦੇ ਤੇ ਹੋਰ ਗੱਲਬਾਤ ਕਰੀਏ, ਮੇਰਾ ਹੱਲੇ ਮੈਂ ਦੱਬੀ ਤੁਰਿਆ ਹੋ, ਬਸ ਨੱਪੀ ਮੇਰਾ ਹੱਲੇ ਹਿਸਾਬ ਕਿਤਾਬ ਰਹਿੰਦਾ ਸੀ ਥੋੜਾ ਜਿਹਾ। ਇਹ ਜ਼ਰੂਰੀ ਆ ਪਹਿਲਾਂ ਸਾਰਿਆਂ ਨਾਲੋਂ ਜ਼ਿਆਦਾ। ਬਿਲਕੁਲ ਜੀ, ਔਰ ਜਦੋਂ ਮੈਂ ਗੱਲ ਕਰਦੀ ਸੀ ਕਿ ਜਿਹੜਾ ਮੁਹਿੰਮ ਚਲਾਈ ਗਈ ਆ ਖਾਲਸਾ ਲਾਇਬ੍ਰੇਰੀ, BNB ਟਰੱਸਟ, ਬਿਲ ਸੰਧੂ ਔਰ ਦੂਖਨਵਾਨ ਗੁਰਦੁਆਰਾ ਸਾਹਿਬ, ਸਾਰਿਆਂ ਨੇ ਰਲ ਕੇ ਇੱਕ ਕੀਤੀ ਹੈਗੀ ਆ ਕਿ ਲੋੜਵੰਦਾਂ ਤੱਕ ਗਰੋਸਰੀ ਜਿਹੜੀ ਪਹੁੰਚਦੀ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਆਟਾ, ਦਾਲਾਂ, ਖੰਡ ਅਤੇ ਹੋਰ ਕੀ ਸੀ, ਚੌਲ, ਇਹ ਚੀਜ਼ਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਆ। ਔਰ ਸਾਡੇ ਰਫਤਾਰ ਜੀ, ਥੈਂਕ ਯੂ ਤੁਹਾਡਾ, ਤੁਸੀਂ ਹਮੇਸ਼ਾ ਹੀ ਡਿਲੀਵਰ ਕਰਨ ਜਾਂਦੇ ਹੋ ਸਾਡੇ ਲਈ। ਔਰ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਇੱਕ ਵਾਰੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੀਆਂ ਭੈਣਾਂ ਮਾਸਕ ਬਣਾ ਰਹੀਆਂ ਨੇ ਔਰ BNB ਟਰੱਸਟ ਦੇ ਬਿਲ ਸੰਧੂ ਹੋਣਾ ਦਾ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ, ਬਿੱਲਾ ਸਿਲਕ ਐਂਡ ਸਾੜੀ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਕੱਪੜਾ ਡੋਨੇਟ ਕੀਤਾ ਔਰ ਬਹੁਤ ਸਸਤੇ ਦਾਮਾਂ 'ਤੇ ਬਹੁਤ ਸਸਤਾ ਕੱਪੜਾ ਉਹਨਾਂ ਨੇ ਸਾਨੂੰ ਦਿੱਤਾ ਮਾਸਕ ਬਣਾਉਣ ਦੇ ਲਈ, ਜਦੋਂ ਕਿ ਮਾਰਕੀਟ ਦੇ ਵਿੱਚੋਂ ਸਾਨੂੰ ਡਿਫਰੈਂਟ ਰੇਟ ਮਿਲਦਾ ਸੀ ਪਰ ਉਹਨਾਂ ਨੇ ਕੋਸਟ ਤੋਂ ਵੀ ਥੱਲੇ ਜਾ ਕੇ, ਜਿੰਨੇ ਦਾ ਉਹਨਾਂ ਨੂੰ ਪੈਂਦਾ ਉੱਤੋਂ ਵੀ ਥੱਲੇ ਜਾ ਕੇ ਉਹਨਾਂ ਨੇ ਸਾਨੂੰ ਕੱਪੜਾ ਦਿੱਤਾ। ਔਰ ਬਹੁਤ ਥੈਂਕ ਯੂ ਤੁਹਾਡਾ ਕਿ ਤੁਸੀਂ ਇੰਨੀ ਸਾਡੀ ਮਦਦ ਕਰ ਰਹੇ ਹੋ ਕਿ ਅਸੀਂ ਮਾਸਕ ਬਣਾ ਰਹੇ ਹਾਂ ਔਰ ਸਾਰੀਆਂ ਭੈਣਾਂ ਜਿਹੜੀਆਂ ਇਸ ਵਕਤ ਸੀ ਰਹੀਆਂ ਨੇ ਮਾਸਕ ਬਣਾ ਰਹੀਆਂ ਨੇ। ਔਰ ਸਾਰਿਆਂ ਤੋਂ ਵੱਡਾ ਥੈਂਕਸ ਮੈਂ ਕਰਦੀ ਹਾਂ ਜੀ ਜਿਹੜੇ ਗਲੈਮਰ ਲੇਡੀਜ਼ ਟੇਲਰ ਜਿਹੜੇ ਪਾਇਲ ਬਿਜ਼ਨਸ ਸੈਂਟਰ 'ਚ ਰੂਪਾ ਜੀ ਆ, ਹਰ ਰੋਜ਼ ਦੇ ਤਕਰੀਬਨ 200 ਤੋਂ 250 ਤੱਕ ਇਹਨੇ ਮਾਸਕ ਤਿਆਰ ਕਰਦੇ ਨੇ ਔਰ ਇਹਨਾਂ ਦੀਆਂ ਜਿਹੜੇ ਇਹਨਾਂ ਦੇ ਇੰਪਲੋਈਜ਼ ਆ ਜਿਹਦੇ ਵਿੱਚ 5 ਸਾਡੀਆਂ ਭੈਣਾਂ ਜਿਹੜੀਆਂ ਬਹਿ ਕੇ ਸਾਰਾ ਦਿਨ ਮਾਸਕ ਸੀਂਦੀਆਂ ਨੇ ਔਰ ਰੂਪਾ ਜੀ ਆਪ ਪ੍ਰੈਸ ਕਰਦੇ ਨੇ, ਕੱਟ ਕੇ ਦਿੰਦੇ ਨੇ ਔਰ ਧਾਗੇ ਵਗੈਰਾ ਸਾਰੇ ਉਹਨਾਂ ਨੂੰ ਕਲੀਨ ਕਰਦੇ ਨੇ, ਪੈਕ ਕਰਕੇ ਦਿੰਦੇ ਨੇ। ਉਹ ਮਾਸਕ ਲਾਏ ਵੀ ਬਹੁਤ ਸੋਹਣੇ ਲੱਗਦੇ, ਕਲਰਫੁੱਲ ਜੇ, ਕਿਸੇ ਤੇ ਫਲਾਵਰ ਜੇ ਆ ਜਾਂਦੇ ਆ, ਕੋਈ ਬਿੰਦੀਆਂ ਨਹੀਂ ਆ ਜਾਂਦੀਆਂ, ਸੋਹਣੇ ਲੱਗਦੇ ਮਾਸਕ। ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਰੂਪਾ ਜੀ, ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ। ਇਸ ਤੋਂ ਇਲਾਵਾ ਬਲਵੀਰ ਕੌਰ ਢਿੱਲੋਂ ਜੀ, ਮਨਜੀਤ ਕੌਰ ਜੀ, ਤੁਹਾਡਾ ਵੀ ਥੈਂਕ ਯੂ, ਤੁਸੀਂ ਵੀ ਜਿਹੜੇ ਮਾਸਕ ਬਣਾਉਣੇ ਸ਼ੁਰੂ ਕੀਤੇ ਆ, ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਭੈਣਾਂ ਸਾਡੇ ਨਾਲ ਜੁੜ ਚੁੱਕੀਆਂ ਨੇ ਜਿਹੜੀਆਂ ਸਾਡੇ ਤੱਕ ਕੱਪੜਾ ਲੈਣ ਆਉਂਦੀਆਂ ਨੇ। ਅਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਗਲੈਮਰ ਲੇਡੀਜ਼ ਟੇਲਰ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਜਾ ਕੇ ਇਹਨਾਂ ਦੇ ਕੋਲੋਂ ਕੱਪੜਾ ਲੈ ਸਕਦੇ ਹੋ। ਇਹ ਤੁਹਾਨੂੰ ਕੱਪੜਾ ਦੇਣਗੇ, ਤੁਸੀਂ ਕੱਪੜਾ ਲਿਆ ਕੇ ਘਰੇ ਮਾਸਕ ਤਿਆਰ ਕਰਕੇ ਸਾਡੀ ਮਦਦ ਕਰ ਸਕਦੇ ਹੋ, ਕਿਉਂਕਿ ਸਾਨੂੰ ਬਹੁਤ ਮਾਸਕ ਚਾਹੀਦੇ ਆ। ਔਰ ਅੱਜ ਹੀ ਮੇਰੀ ਐਬਸਫੋਰਡ ਦੇ ਹੋਸਪਿਟਲ 'ਚ ਗੱਲ ਹੋਈ, ਉਹਨਾਂ ਨੂੰ ਸਰਜੀਕਲ ਹੈਟ ਵੀ ਚਾਹੀਦੀਆਂ, ਜਿਹੜੀਆਂ ਟੋਪੀਆਂ ਡਾਕਟਰ ਪਾਉਂਦੇ ਹੁੰਦੇ ਨਾ, ਉਹ ਵੀ ਚਾਹੀਦੀਆਂ, ਕੱਪੜੇ ਦੀ, ਉਹ ਵੀ ਕੱਪੜੇ ਦੀਆਂ ਚਾਹੀਦੀਆਂ, ਕਿਉਂਕਿ ਸਪਲਾਈ ਆ ਨਹੀਂ ਰਹੀ ਹੈਗੀ ਆ। ਇਸ ਤੋਂ ਇਲਾਵਾ ਜੇਲ੍ਹ ਦੇ ਵਿੱਚ ਜਿੰਨੇ ਕੰਮ ਕਰਦੇ ਆ, ਕਰੈਕਸ਼ਨ ਆਫਿਸਰਸ ਆ ਜਾਂ ਹੋਰ ਆ, ਉਹਨਾਂ ਨੂੰ ਟੋਪੀਆਂ ਚਾਹੀਦੀਆਂ। ਬਹੁਤ ਸਾਰੇ ਚਰਚ ਦੇ ਜਿਹੜੇ ਵਿੱਚ ਕੰਮ ਕਰਦੇ ਨੇ ਲੋਕ, ਉੱਥੇ ਵੀ ਬਹੁਤ ਸਾਰਿਆਂ ਨੂੰ ਜਿਹੜੀਆਂ ਗਲਵਸ ਅਤੇ ਮਾਸਕ ਚਾਹੀਦੇ ਹੈਗੇ ਆ। ਸੋ ਸਾਡੀ ਡਿਮਾਂਡਸ ਦਿਨੋਂ ਦਿਨ ਵੱਧ ਰਹੀ ਹੈਗੀ ਆ, ਸਾਨੂੰ ਤਕਰੀਬਨ ਜੇ ਅਸੀਂ ਗੱਲ ਕਰੀਏ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ
500 ਜਿਹੜਾ ਮਾਸਕ ਆ ਉਹ ਲੋਕੀ ਲੈ ਕੇ ਜਾਂਦੇ ਨੇ ਆਪਣੇ ਇੱਥੇ ਵੀ ਸਟੂਡੀਓ ਦੇ ਬਾਹਰ ਮੈਂ ਕਿੰਨੀ ਵਾਰੀ ਦੇਖਦਾ ਜਦੋਂ ਵੀ ਇੱਥੇ ਬਾਹਰ ਆਈਦਾ ਤਾਂ ਕੋਈ ਨਾ ਕੋਈ ਇੱਕ ਦੋ ਜਾਣੇ ਖੜੇ ਹੀ ਹੁੰਦੇ ਜਿਹੜੇ ਮਾਸਕ ਲੈਣ ਆਉਂਦੇ ਔਰ ਇਸ ਦੇ ਨਾਲ ਨਾਲ ਮੈਂ ਰੂਪਕਲਾ ਜਿਹੜਾ ਰੂਪਕਲਾ ਜੁਐਲਰੀ ਐਂਡ ਸਾੜੀ ਹਾਊਸ ਆ ਉੱਥੋਂ ਮੈਂ ਭੈਣ ਜੀ ਹੁਣਾਂ ਦਾ ਥੈਂਕ ਯੂ ਕਰਦੀ ਹਾਂ ਪਾਲੀ ਭੈਣ ਜੀ ਹੁਣਾਂ ਦਾ ਜਿਹੜੇ ਆ ਕੇ ਸਾਨੂੰ ਕੱਪੜਾ ਡੋਨੇਟ ਕਰਕੇ ਗਏ ਸੋ ਥੈਂਕ ਯੂ ਵੈਰੀ ਮੱਚ ਤੁਹਾਡਾ ਕਿ ਤੁਸੀਂ ਆਪਣਾ ਸਮਾਂ ਕੱਢਿਆ ਅਤੇ ਤੁਸੀਂ ਕੱਪੜਾ ਡੋਨੇਟ ਕਰਕੇ ਗਏ ਅਤੇ ਇੱਕ ਹੋਰ ਬਹੁਤ ਹੀ ਅਹਿਮ ਜਿਹੜੀ ਸੂਚਨਾ ਆ ਤੁਸੀਂ ਸਾਰੇ ਜਾਣਦੇ ਹੋ ਕਿ ਕਰੋਨਾ ਵਾਇਰਸ ਦੇ ਕਰਕੇ ਸਾਡੇ ਵਿਸਾਖੀ ਦੇ ਨਗਰ ਕੀਰਤਨ ਜਿਹੜੇ ਸਾਰੇ ਹੀ ਸਾਡੇ ਸ਼ਹਿਰਾਂ ਦੇ ਵਿੱਚ ਹੋਣੇ ਸੀ ਉਹ ਕੈਂਸਲ ਹੋ ਚੁੱਕੇ ਆ ਅਤੇ ਜਿਵੇਂ ਕਿ ਰੋਸ ਗੁਰਦੁਆਰਾ ਸਾਹਿਬ ਦੇ ਵਿੱਚ ਵਿਸਾਖੀ ਦਾ ਨਗਰ ਕੀਰਤਨ 18 ਅਪ੍ਰੈਲ ਨੂੰ ਸੀ ਪਰ ਉਹ ਤੁਸੀਂ ਸਾਰੇ ਜਾਣਦੇ ਹੋ ਕੈਂਸਲ ਆ ਪਰ 18 ਤਰੀਕ ਨੂੰ ਅਸੀਂ ਸਾਂਝਾ ਟੀਵੀ ਦੇ ਵੱਲੋਂ ਸਾਂਝਾ ਟੀਵੀ 'ਤੇ ਤਾਂ ਗੁਰਕੀ ਬਾਣੀ 'ਤੇ ਇਹਨਾਂ ਦੋਨਾਂ ਚੈਨਲਾਂ ਦੇ ਉੱਤੇ ਸਵੇਰੇ 8 ਵਜੇ ਪਿਛਲੇ ਸਾਲ ਵਾਲਾ ਨਗਰ ਕੀਰਤਨ ਅਸੀਂ ਤੁਹਾਡੇ ਲਈ ਲਾਈਵ ਟੈਲੀਕਾਸਟ ਕਰਾਂਗੇ ਕਿਉਂਕਿ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਅਤੇ ਅਸੀਂ ਚਾਹਵਾਂਗੇ ਕਿ ਤੁਸੀਂ ਪਿਛਲੇ ਸਾਲ ਦੇ ਨਗਰ ਕੀਰਤਨ ਦੇ ਦਰਸ਼ਨ ਕਰ ਸਕੋ ਕਿਉਂਕਿ ਅਸੀਂ ਕਰ ਕੁਛ ਨਹੀਂ ਸਕਦੇ ਪਰ ਅਸੀਂ ਰਲ ਮਿਲ ਕੇ ਪਿਛਲੇ ਸਾਲ ਦੇ ਨਗਰ ਕੀਰਤਨ ਨੂੰ ਘਰਾਂ 'ਚ ਬੈਠ ਕੇ ਦਰਸ਼ਨ ਕਰਾਂਗੇ ਦੇਸ਼ ਵਿਦੇਸ਼ ਜਿੱਥੇ ਵੀ ਅਸੀਂ ਰਹਿੰਦੇ ਹਾਂ ਅਸੀਂ ਘਰੋਂ ਹੀ ਆਨੰਦ ਮਾਣ ਸਕਾਂਗੇ ਵਿਸਾਖੀ ਦਾ ਜਿਹੜਾ ਨਗਰ ਕੀਰਤਨ ਪਿਛਲੇ ਸਾਲ ਦਾ ਤੁਹਾਡੇ ਲਈ ਅਸੀਂ ਲਾਈਵ ਟੈਲੀਕਾਸਟ ਕਰਾਂਗੇ ਸੋ ਰਫਤਾਰ ਜੀ ਹੁਣ ਤੁਸੀਂ ਗੱਲ ਕਰੋ ਪਾਣੀ ਦੀ ਘੁੱਟ ਭਰ ਲਓ ਪਹਿਲਾਂ ਨਹੀਂ ਮੈਂ ਠੀਕ ਹਾਂ ਜੀ ਪਰਫੈਕਟਲੀ ਜਿਹੜਾ ਕਾਂ ਹੁੰਦਾ ਨਾ ਇਹ ਮਾੜਾ ਹੀ ਹੁੰਦਾ ਥੋੜ੍ਹੇ ਚਿਰ ਬਾਅਦ ਪਾਣੀ ਪੀਣਾ ਚਾਹੀਦਾ ਬੰਦੇ ਨੂੰ ਫਿਰ ਉਹ ਗਿੱਲਾ ਜਿਹਾ ਰਹਿੰਦਾ ਜਿਵੇਂ ਇੱਟਾਂ ਨਹੀਂ ਆ ਜਦੋਂ ਆਪਾਂ ਮਿਸਤਰੀ ਲੱਗਿਆ ਹੁੰਦਾ ਘਰੇ ਉਹ ਆਪਾਂ ਨੂੰ ਜਦੋਂ ਕੰਧ ਕਰਕੇ ਚਲੇ ਜਾਂਦੇ ਨੇ ਉਹ ਕਹਿੰਦੇ ਨੇ ਜੀ ਪਾਣੀ ਲਾ ਦਿਓ ਇਹਦੇ 'ਤੇ ਫਿਰ ਜਵਾਕਾਂ ਨੂੰ ਹੋਲੋ ਪਾਣੀ ਲਾ ਉੱਦਾਂ ਨਹੀਂ ਜੀ ਹਲੇ ਤਾਂ ਮੈਂ ਬੋਲੀ ਕੁਛ ਨਹੀਂ ਹਲੇ ਤਾਂ 100 ਚੋਂ 25 ਪੈਸੇ ਵੀ ਨਹੀਂ ਬੋਲੀ ਮੈਂ ਅੱਛਾ ਕਮਾਲ ਦੀ ਗੱਲ ਆ ਫਿਰ ਹੋਰ ਸੁਣਾਓ ਫਿਰ ਨਵੀਂ ਜੇ ਇੰਨਾ ਹੀ ਸਾਡਾ ਕਾਂ ਪਾਣੀ ਮੰਗਣ ਲੱਗ ਪਿਆ ਫਿਰ ਤਾਂ ਉਹ ਇਹ ਕਿਹੜਾ ਵੀ ਹੁਣ ਫਿਰ ਤਾਂ ਕੰਮ ਹੀ ਖਰਾਬ ਹੋ ਜਾਣਾ ਫਿਰ ਤਾਂ ਕੋਈ ਘੰਟਾ ਪਾਣੀ ਭਰਦੇ ਰਿਹਾ ਮੈਂ ਬਿਨਾਂ ਬੋਲੇ ਘੁੱਟ ਭਰੀ ਜਾਂਦਾ ਹੁਣ 2-3 ਵਾਰੀ ਪੀ ਵੀ ਲਿਆ ਮੈਂ ਅੱਛਾ ਰਫਤਾਰ ਅੱਜ ਜਿਹੜੀ ਆਪਾਂ ਮੁੱਦਿਆਂ 'ਤੇ ਗੱਲ ਕਰਨੀ ਆ ਥੋੜ੍ਹੇ ਜਿਹੇ ਸੈਂਸਿਟਿਵ ਵੀ ਆ ਔਰ ਥੋੜ੍ਹਾ ਜਿਹਾ ਅਸੀਂ ਆਪਣੀ ਇਹਦੇ 'ਤੇ ਕੋਈ ਰਾਏ ਨਹੀਂ ਦੇਣਾ ਚਾਹੁੰਦੇ ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਕੁਛ ਇਹੋ ਜਿਹਾ ਸਿਸਟਮ ਦੇ ਵਿੱਚ ਹੋ ਜਾਂਦਾ ਆ ਪਰ ਉਹ ਦੋਨੇ ਪੱਖ ਦੇਖਣੇ ਪੈਂਦੇ ਆ ਕਿ ਇਹ ਹੋਇਆ ਕਿਉਂ ਸੀ ਜੇ ਹੁਣ ਅਸੀਂ ਪਟਿਆਲੇ ਦੀ ਗੱਲ ਕਰੀਏ ASI ਦੀ ਜਿਹੜੀ ਬਾਂਹ ਨਿਹੰਗ ਸਿੰਘਾਂ ਵੱਲੋਂ ਬਾਂਹ ਕੱਟ ਦਿੱਤੀ ਗਈ ਔਰ ਉਸ ਗੱਲ ਦੀ ਜਦੋਂ ਤੁਸੀਂ ਤੈਅ ਤੱਕ ਜਾਂਦੇ ਆ ਬੇਸ਼ੱਕ ਉਹਨਾਂ ਦੇ ਕੋਲ ਪਾਸ ਸੀ ਪਰ ਜਿਹੜਾ ਕਿਸੇ ਦਾ ਅੰਗ ਪੈਰ ਕੱਟ ਦੇਣਾ ਉਹ ਬਹੁਤ ਵੱਡੀ ਗੱਲ ਆ ਔਰ ਪਰ ਅਸੀਂ ਇਹਨੂੰ ਇਹ ਨਹੀਂ ਕਹਾਂਗੇ ਕਿ ਉਹਨਾਂ ਨੇ ਵਧੀਆ ਕੀਤਾ ਜਾਂ ਕੱਟਣੀ ਚਾਹੀਦੀ ਸੀ ਦੋਨਾਂ ਧਿਰਾਂ ਦਾ ਦੇਖਣਾ ਚਾਹੀਦਾ ਹਾਲਾਤ ਦੇਖਣੇ ਚਾਹੀਦੇ ਕਿ ਹਾਲਾਤ ਕੀ ਆ ਪਰ ਤੁਸੀਂ ਕੀ ਸੋਚਦੇ ਹੋ ਤੁਹਾਡੀ ਕੀ ਸੋਚ ਕਹਿੰਦੀ ਆ ਕਿ ਇਹ ਜੋ ਕੁਛ ਵੀ ਹੋਇਆ ਇਹ ਕਿਉਂ ਹੋਇਆ ਇਹ ਹੋਣਾ ਚਾਹੀਦਾ ਸੀ ਜਾਂ ਕਿ ਜਿੱਦਾਂ ਹੁਣ ਕਈ ਲੋਕ ਕਹਿੰਦੇ ਆ ਕਿ ਪੁਲਿਸ ਬਹੁਤ ਕੁਛ ਕਰਦੀ ਆ ਬੜੀ ਧੱਕੇਸ਼ਾਹੀ ਕਰਦੀ ਆ ਪਰ ਜੇ ਦੂਜੇ ਪਾਸੇ ਅਸੀਂ ਦੇਖੀਏ ਤਾਂ ਲੋਕ ਟਿਕਦੇ ਵੀ ਕਿੱਥੋਂ ਆ ਬਹਾਨੇ ਮਾਰ ਮਾਰ ਕੇ ਘਰਾਂ ਤੋਂ ਬਾਹਰ ਨਿਕਲਦੇ ਆ ਬਿਲਕੁਲ ਜੀ ਹਰੇਕ ਨੂੰ ਬੰਦੇ ਨੂੰ ਜਿਹੜਾ ਕੋਈ ਇੱਕ ਵੀ ਜਾਣਾ ਬਾਹਰ ਜਾਂਦਾ ਵਾ ਉਹਨੂੰ ਲੱਗਦਾ ਵੀ ਮੈਂ ਹੀ ਬਾਹਰ ਚੱਲਿਆ ਘਰ ਦੇ ਵਿੱਚੋਂ ਪਰ ਇੱਕ ਕਰਕੇ ਇੱਕ ਸ਼ਹਿਰ ਦੇ ਵਿੱਚ ਕਿੰਨੇ ਜਾਣੇ ਹੋ ਜਾਂਦੇ ਸੋ ਉਹਨਾਂ ਦੀ ਵੀ ਇਹ ਡਿਊਟੀ ਆ ਪਰ ਇੱਕ ਲੜਾਈ ਇੱਕ ਅਲੱਗ ਚੀਜ਼ ਹੁੰਦੀ ਆ ਪਰ ਕਿਸੇ ਦਾ ਅੰਗੀ ਲਾ ਕੇ ਸੁੱਟ ਦੇਣਾ ਉਹ ਵੀ ਇੱਕ ਬਾਰ ਦੇ ਵਿੱਚ ਕਿੰਨੇ ਜ਼ੋਰ ਦੇ ਨਾਲ ਉਹਨਾਂ ਨੇ ਉਹ ਮਾਰਿਆ ਹੋਣਾ ਉਹਨਾਂ ਦੇ ਜਿਹੜਾ ਦਾਹ ਜਿਹਾ ਮਾਰਿਆ ਹਨਾ ਸੋ ਇਹ ਤਾਂ ਬਹੁਤ ਨਜਾਇਜ਼ ਜਿਹੜੀ ਗੱਲ ਮੈਂ ਵੀਡੀਓ ਦੇਖ ਰਹੀ ਸੀ ਰਫਤਾਰ ਜਦੋਂ ਉਹਨਾਂ ਦੀ ਬਾਂਹ ਕੱਟ ਦਿੱਤੀ ਤੇ ਉਹਨਾਂ ਦੀ ਬਾਂਹ ਥੱਲੇ ਡਿੱਗ ਪਈ ਤੇ ਉਹਨਾਂ ਦੇ ਰੁਮਾਲ ਬੰਨਿਆ ਸਾਫਾ ਜਿਹਾ ਉਹਨਾਂ ਦੀ ਬਾਂਹ ਨੂੰ ਬੰਨਿਆ ਹੈਗਾ ਆ ਔਰ ਕਿਸੇ ਉਹ ਕਹਿ ਰਿਹਾ ਕਿ ਮੇਰਾ ਗੁੱਟ ਚੱਕ ਕੇ ਫੜਾਓ ਕਿਸੇ ਨੇ ਉਹਨਾਂ ਦੀ ਬਾਂਹ ਚੁੱਕ ਕੇ ਫੜਾਈ ਆ ਤੇ ਉਹ ਫਿਰ ਸਕੂਟਰ ਤੇ ਬੈਠ ਕੇ ਆਪਣੀ ਬਾਂਹ ਜਿੱਦਾਂ ਆਪਣੇ ਹੱਥ 'ਚ ਫੜ ਕੇ ਉਹ ਕਮਾਲ ਹੋ ਗਈ ਜਦੋਂ ਕਿਸੇ ਦਾ ਹੋਰ ਦਿਮਾਗ ਧਿਆਨ ਨਹੀਂ ਸੀਗਾ ਉਹਨਾਂ ਦਾ ਇਦਾਂ ਉਹਨਾਂ ਨੇ ਬਾਂਹ ਚੱਕੀ ਸੀ ਤਾਂ ਗੁੱਟ ਉਹਨਾਂ ਦਾ ਹੱਥ ਪਿੱਛੇ ਡਿੱਗਿਆ ਪਿਆ ਸੀਗਾ ਜਿੱਥੇ ਉਹ ਪਿਕਅਪ ਟਰੱਕ ਜਿਹਾ ਖੜਾ ਸੀ ਉਹਨਾਂ ਦਾ ਤੇ ਉਹ ਬਾਰ-ਬਾਰ ਕਹੀ ਜਾਂਦੇ ਸੀ ਮੇਰਾ ਹੱਥ ਫੜਾਓ ਮੇਰਾ ਹੱਥ ਲਿਆ ਕੇ ਫੜਾਓ ਉਹ ਆਪਣੇ ਆਪ ਹੀ ਉਹਨਾਂ ਨੇ ਆਪਣਾ ਹੱਥ ਫੜਿਆ ਕਿੱਡਾ ਵੱਡਾ ਜਗਰਾ ਹੋਊਗਾ ਉਹਨਾਂ ਦਾ ਤੇ ਆਪਣਾ ਹੱਥ ਆ ਫੜ ਕੇ ਕਿਸੇ ਸਕੂਟਰ ਮੋਟਰਸਾਈਕਲ ਦੇ ਮਗਰ ਬੈਠ ਕੇ ਉਹ ਚਲੇ ਗਏ ਪਰ ਸਲੂਟ ਹੈ ਜੀ ਜਿਹੜੇ ਫਰੰਟ ਲਾਈਨ ਤੇ ਕੰਮ ਕਰਦੇ ਆ ਡਾਕਟਰ ਆ ਨਰਸਿਸ ਆ ਔਰ ਉਹਨਾਂ ਦਾ ਹੱਥ 6-7 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਸਰਜਰੀ ਕਰਕੇ ਉਹਨਾਂ ਦਾ ਜਿਹੜਾ ਹੱਥ ਬੈਕ ਜੋੜ ਦਿੱਤਾ ਗਿਆ ਪਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਜਿਹੜਾ ਉਹਨਾਂ ਦਾ ਹੱਥ ਆ ਬੈਕ ਟੂ ਨਾਰਮਲ ਫਿਰ ਉਸੇ ਤਰ੍ਹਾਂ ਹੀ ਕੰਮ ਕਰੇ ਬਾਕੀ ਵਾਹਿਗੁਰੂ ਨੂੰ ਪਤਾ ਆ ਪਰ ਜਦੋਂ ਇਹੋ ਜਿਹੀ ਭਾਰੀ ਪਈ ਹੁੰਦੀ ਆ ਸਾਡੇ ਤੇ ਇਹੋ ਜਿਹਾ ਕੁਛ ਹੋ ਰਿਹਾ ਹੁੰਦਾ ਉਦੋਂ ਥੋੜ੍ਹਾ ਜਿਹਾ ਸਮਝ ਤੋਂ ਵੀ ਕੰਮ ਲੈਣਾ ਚਾਹੀਦਾ ਆ ਔਰ ਬਹੁਤ ਕੁਛ ਹੋ ਰਿਹਾ ਹੈਗਾ ਆ ਅਸੀਂ ਕਿਸੇ ਨਾ ਕਿਸੇ ਪਾਸਿਓਂ ਹਮੇਸ਼ਾ ਇਹੋ ਜਿਹੇ ਨਾਜ਼ੁਕ ਹਾਲਾਤਾਂ ਵਿੱਚ ਵੀ ਕਿਸੇ ਨਾ ਕਿਸੇ ਪਾਸੇ ਇਹੋ ਜਿਹੀਆਂ ਹਿੰਸਕ ਘਟਨਾਵਾਂ ਆਈ ਜਾਂਦੀਆਂ ਨੇ ਸਾਡੇ ਸਾਹਮਣੇ ਬਿਲਕੁਲ ਨਾਲੇ ਜਿਹੜਾ ਕਰਫਿਊ ਹੁੰਦਾ ਨਾ ਕਰਫਿਊ 2 ਤਰ੍ਹਾਂ ਦਾ ਹੁੰਦਾ ਵਾ ਇੱਕ ਤਾਂ ਕਰਫਿਊ ਹੁੰਦਾ ਵਾ ਬਈ ਸ਼ਹਿਰ ਦੇ ਵਿੱਚ ਕੋਈ ਦੰਗੇ ਫਸਾਦ ਹੋ ਰਹੇ ਆ ਕੋਈ ਲੜਾਈ ਹੋ ਰਹੀ ਆ ਉਹਦੇ ਕਰਕੇ ਕਰਫਿਊ ਆ ਇੱਕ ਇਹ ਜਿਹੜਾ ਹੁਣ ਕਰਫਿਊ ਲੱਗਿਆ ਉਹ ਇਹ ਆ ਵੀ ਤੁਹਾਡਾ ਬਚਾਅ ਕਰਨ ਲਈ ਵੀ ਤੁਸੀਂ ਸੇਫ ਰਹੋ ਤਾਂ ਕਿ ਤੁਸੀਂ ਜੇ ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਕੋਈ ਪ੍ਰੋਬਲਮ ਤੁਹਾਡੇ ਨਾਲ ਤੁਹਾਡੀ ਫੈਮਿਲੀ ਨੂੰ ਕੋਈ ਪ੍ਰੋਬਲਮ ਪਊ ਸੋ ਇਹ 2 ਤਰ੍ਹਾਂ ਦਾ ਕਰਫਿਊ ਲੋਕਾਂ ਨੂੰ ਸਮਝਣਾ ਚਾਹੀਦਾ ਇਹ ਨਹੀਂਗਾ ਵੀ ਜੇ ਕਰਫਿਊ ਤਾਂ ਬਸ ਕਰਫਿਊ ਲੱਗ ਗਿਆ ਵੀ ਜਿਵੇਂ ਪਹਿਲਾਂ ਵੀ ਮਾੜੇ ਟਾਈਮ
ਉਹੀ ਗੱਲ ਆ ਵੀ ਕਈ ਵੀਡੀਓ ਵੀ ਬਣਦੀਆਂ ਨੇ ਕਹਿੰਦੇ ਉਹ ਬਾਹਰ ਨਿਕਲ ਕੇ ਦੇਖਦੇ ਨੇ ਬਈ ਸੱਚ ਕਰਫਿਊ ਸੱਚੀਆਂ ਲੱਗਿਆ ਕਰਫਿਊ ਦੇ ਵਿੱਚ ਕੋਈ ਬਾਹਰ ਵੀ ਤੁਰਿਆ ਫਿਰਦਾ ਇੱਕ ਦੂਜੇ ਨੂੰ ਦੇਖਣ ਲਈ ਲੋਕ ਬਾਹਰ ਨਿਕਲ ਰਹੇ ਆ ਹੁਣ ਤਾਂ ਪਿੰਡਾਂ ਦੇ ਵਿੱਚ ਇੱਦਾਂ ਹੋਇਆ ਪਿੰਡਾਂ ਦੇ ਵਿੱਚ ਵੀ ਨਾਕੇ ਲਾਏ ਹੋਏ ਨੇ ਪਿੰਡ ਦਿਆਂ ਨੇ ਖੁਦ ਸਰਪੰਚ ਨੇ ਸੋ ਪਿੰਡ ਦੇ ਵਿੱਚੋਂ ਕੌਣ ਜਾਂਦਾ ਬਾਹਰ ਅਤੇ ਬਾਹਰੋਂ ਕੌਣ ਅੰਦਰ ਆਉਂਦਾ ਵਾ ਸੋ ਉਹਨਾਂ ਨੂੰ ਉਹ ਚੈੱਕ ਕਰਦੇ ਆ ਸਾਰਾ ਦਿਨ ਪਰ ਪੁਲਿਸ ਦੀ ਡਿਊਟੀ ਬਣਦੀ ਆ ਇਹ ਜੇ ਪੁਲਿਸ ਆਪਾਂ ਆਪਾਂ ਵੀ ਹੋਈਏ ਆਪਾਂ ਆਪਾਂ ਨੂੰ ਗਵਰਨਮੈਂਟ ਕਹੇ ਤਾਂ ਆਪਾਂ ਨੂੰ ਵੀ ਡਿਊਟੀ ਹੁਣ ਨਿਭਾਉਂਦੇ ਹੀ ਆ ਮੁੰਡੇ ਪਿੰਡਾਂ ਦੇ ਵਿੱਚ ਪਰ ਕਿਸੇ ਦਾ ਅੰਗੀ ਨਾਲੋਂ ਲਾਹ ਦੇਣਾ ਸੋ ਇੱਕ ਦਾਹ ਮਾਰੇ ਇੱਕ ਮਾਰਨ ਨਾਲ ਤੁਸੀਂ ਦੇਖੋ ਵੀ ਉਹਨਾਂ ਨੇ ਕਿੰਨੀ ਜ਼ੋਰ ਦੇ ਨਾਲ ਮਾਰਿਆ ਹੋਊਗਾ ਇਹੀ ਸੋਚ ਕੇ ਮਾਰਿਆ ਹੋਣਾ ਵੀ ਮੈਂ ਵੜ ਦੇਵਾਂ ਤੁਸੀਂ ਫਾਈਟ ਕਰ ਸਕਦੇ ਹੋ ਤੁਸੀਂ ਲੜ ਸਕਦੇ ਉਹਨਾਂ ਨਾਲ ਕੁਛ ਬੋਲ ਸਕਦੇ ਆ ਉਹਨਾਂ ਨੂੰ ਦੱਸ ਸਕਦੇ ਆ ਪਰ ਇਹ ਤਾਂ ਨਹੀਂ ਗਾ ਵੀ ਤੁਸੀਂ ਗੁੱਸੇ ਦੇ ਵਿੱਚ ਕਿਤੇ ਗੋਟੀ ਲਾ ਕੇ ਛੱਡ ਦਿਓ ਪਰ ਦੂਜੇ ਪਾਸੇ ਉਹ ਕਹਿ ਰਹੇ ਕਿ ਪਰ ਦੂਜੇ ਪਾਸੇ ਕਹਿ ਰਹੇ ਕਿ ਉਹਨਾਂ ਦੇ ਕੋਲ ਪਾਸ ਸੀ ਪਰ ਸੋਚਣ ਵਾਲੀ ਗੱਲ ਇਹ ਆ ਵੀ ਪਾਸ ਵੀ ਤਾਂ ਕਿਸੇ ਆਫੀਸਰ ਕਿਸੇ ਅਥਾਰਟੀ ਵੱਲੋਂ ਹੀ ਉਹਨਾਂ ਨੂੰ ਦਿੱਤੇ ਗਏ ਹੋਣਗੇ ਬਿਲਕੁਲ ਔਰ ਜੇ ਉਹ ਪਾਸ ਦਿਖਾਲ ਰਹੇ ਸੀ ਤੇ ਗੱਲ ਵੀ ਕੀਤੀ ਜਾ ਸਕਦੀ ਸੀ ਔਰ ਉੱਥੇ ਕੁਛ ਹੋਰ ਵੀ ਹੋ ਸਕਦਾ ਸੀ ਕਿ ਸਮਝ ਇੱਕ ਦੂਜੇ ਦੇ ਨਾਲ ਸਮਝਦਾਰੀ ਦੇ ਨਾਲ ਵੀ ਗੱਲ ਕੀਤੀ ਜਾ ਸਕਦੀ ਸੀ ਪਰ ਅੰਗ ਪੈਰ ਕੱਟਣਾ ਇਹ ਜਿਹੜੀਆਂ ਹਿੰਸਕ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਆ ਇਹ ਕਿਤੇ ਨਾ ਕਿਤੇ ਅਸੀਂ ਜਿੰਨਾ ਕੁ ਆਪਣੇ ਆਪ ਨੂੰ ਅਸੀਂ ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਅਸੀਂ ਸਿੱਖ ਕੌਮ ਦੀ ਗੱਲ ਕਰੀਏ ਇੱਕ ਪਾਸੇ ਤੇ ਜਦੋਂ ਕਿਤੇ ਵੀ ਭਾਰੀ ਪੈਂਦੀ ਆ ਸਾਰੇ ਇੱਕਜੁੱਟ ਹੋ ਕੇ ਤੇ ਪੂਰਾ ਕਹਿ ਲਓ ਕਿ ਅੱਗੇ ਵੱਧ ਕੇ ਹਰ ਇੱਕ ਦੀ ਮਦਦ ਕਰਦੇ ਆ ਜਿੱਥੇ ਹੋਰ ਕੋਈ ਸਹਾਇਤਾ ਨਹੀਂ ਪਹੁੰਚਦੀ ਉੱਥੇ ਸਿੰਘ ਪਹੁੰਚ ਜਾਂਦੇ ਆ ਤੇ ਦੂਜੇ ਪਾਸੇ ਜਦੋਂ ਇਹੋ ਜਿਹਾ ਕੁਛ ਹੋ ਜਾਂਦਾ ਹੈ ਤੇ ਫਿਰ ਕਿਤੇ ਨਾ ਕਿਤੇ ਅਸੀਂ ਜਵਾਬਦੇਹ ਹੋ ਜਾਂਦੇ ਹਾਂ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਹੁਣ ਅਸੀਂ ਕੀ ਕਹੀਏ ਪਰ ਮੈਂ ਇਸ ਗੱਲ ਤੇ ਨਹੀਂ ਜਾਣਾ ਚਾਹੁੰਦੀ ਰਫਤਾਰ ਜੀ ਕਿ ਚੰਗਾ ਹੋਇਆ ਜਾਂ ਮਾੜਾ ਹੋਇਆ ਮੈਂ ਇਸ ਗੱਲ ਤੇ ਜਾਣਾ ਚਾਹੁੰਦੀ ਹਾਂ ਠੀਕ ਹੈ ਉਹਨਾਂ ਕੋਲ ਪਾਸ ਸੀ ਉਹਨਾਂ ਨੇ ਆਪਣੀ ਡਿਊਟੀ ਦੇ ਦੌਰਾਨ ਉਹਨਾਂ ਨੂੰ ਰੋਕਿਆ ਸੀ ਉਹ ਐਕਸਪਲੇਨ ਕਰ ਸਕਦੇ ਸੀ ਗੱਲਬਾਤ ਕੀਤੀ ਜਾ ਸਕਦੀ ਸੀ ਪਰ ਕਿਸੇ ਦਾ ਅੰਗ ਪੈਰ ਕੱਟ ਦੇਣਾ ਉਹ ਪਰਿਵਾਰ ਵਾਲੇ ਆ ਬੱਚਿਆਂ ਟੱਬਰ ਵਾਲੇ ਹੋਣਗੇ ਪਿੱਛੇ ਮਾਂ ਬਾਪ ਵੀ ਆ ਪਰ ਹੁਣ ਤੁਸੀਂ ਕਿਸੇ ਦੀ ਅੰਗ ਹੀ ਕੱਟ ਦੇਣਾ ਅੰਗਹੀਣ ਹੀ ਕਰ ਦੇਣਾ ਸੋਚ ਕੇ ਦੇਖੋ ਕਿ ਇੱਕ ਅੰਗਹੀਣ ਇਨਸਾਨ ਦਾ ਜੀਣਾ ਕਿੰਨਾ ਮੁਸ਼ਕਲ ਹੁੰਦਾ ਉਹ ਵੀ ਹਾਥੀ ਨਾਲੋਂ ਲਾ ਕੇ ਰੱਖ ਦਿੱਤਾ ਤੁਸੀਂ ਇਹ ਸੋਚੋ ਵੀ ਜਿੱਦਾਂ ਜੇ ਉਹਨਾਂ ਨੇ ਉਹਨਾਂ ਦਾ ਹੱਥ ਲਾਤਾ ਸੀਗਾ ਉਹਨਾਂ ਕੋਲੇ ਤਾਂ ਪਾਵਰ ਸੀ ਪੁਲਿਸ ਕੋਲੇ ਤਾਂ ਉਹ ਪੁਲਿਸ ਦੇ ਸਾਹਮਣੇ ਸੀ ਜੇ ਉਹ ਕੱਢ ਕੇ ਗੋਲੀਆਂ ਉਹਨਾਂ ਦੇ ਮਾਰ ਦਿੰਦੇ ਜਾਂ ਉਹਨਾਂ ਨੂੰ ਕੁਛ ਵੀ ਕਰ ਸਕਦੇ ਸੀਗੇ ਪਰ ਉਹਨਾਂ ਨੇ ਉਹ ਸਮਝਦਾਰੀ ਦਿਖਾਈ ਆ ਉੱਥੇ ਵੀ ਉਹਨਾਂ ਨੇ ਨਹੀਂ ਇਦਾਂ ਦਾ ਕੁਛ ਕਰਿਆ ਸਾਡੇ ਨਾਲ ਕਾਲਰ ਨੇ ਜੀ ਸਵਾਗਤ ਹੈ ਜੀ ਤੁਹਾਡਾ ਸਾਂਝੇ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਜੀ ਵਰਿੰਦਰ ਸਾਹਿਬ ਜੀ ਮੈਂ ਇਸੇ ਹੀ ਘਟਨਾ ਤੇ ਇੱਕ ਲਿਖਿਆ ਨਜ਼ਰ ਬੜੀ ਖਤਰਨਾਕ ਤੇ ਇਹ ਮੈਂ ਰਫਤਾਰ ਗਿੱਲ ਜੀ ਨੂੰ ਭੇਟਾ ਕਰਨਾ ਚਾਹੁੰਦਾ ਹੈ ਜੇ ਇਹ ਆਪਦੇ ਨਾਲ ਤੇ ਛਪਾ ਦੇ ਹਨ ਤਾਂ ਜੇ ਕੁੱਟ ਕੱਟ ਪਏ ਤਾਂ ਮਤਲਬ ਫਿਰ ਵਾਪਸ ਗੁੱਡ ਵਨ ਵੈਰੀ ਗੁੱਡ ਇੱਦਾਂ ਹੀ ਹੋਣਾ ਚਾਹੀਦਾ ਇੱਦਾਂ ਦੀ ਕੋਈ ਲਿਖੋ ਜਿਹੜੀ ਕੁੱਟ ਕੁੱਟ ਵਾਲਾ ਕੰਮ ਇੱਧਰ ਹੋ ਜਾਵੇ ਹਾਂ ਠੀਕ ਹੈ ਲਿਖੇ ਵੀ ਹਮਲਾ ਜੀ ਹਮਲਾ ਜੇ ਕਿਸੇ ਵੀ ਤਰ੍ਹਾਂ ਦਾ ਹੋਵੇ ਤਾਂ ਕੁੱਝ ਮੂਰਖ ਲੋਕ ਤੇ ਉਕਾਊ ਮੀਡੀਆ ਅਨੋਖੀ ਖਬਰ ਬਣਾਉਂਦੇ ਆ ਕੁਝ ਖੁਸ਼ੀ ਮਨਾਉਂਦੇ ਆ ਹਮਲਾ ਭਾਵੇਂ 26/11 ਦਾ ਹੋਵੇ ਜਾਂ 9/11 ਦਾ 9/11 ਦਾ 1965 ਦਾ ਹੋਵੇ ਜਾਂ 1971 ਦਾ ਐਬਟਾਬਾਦ ਦਾ ਹੋਵੇ ਜਾਂ ਪੁਲਵਾਮਾ ਦਾ ਜੰਮੂ ਦਾ ਹੋਵੇ ਜਾਂ ਬੰਗਲਾਦੇਸ਼ ਦਾ ਹੀਰੋਸ਼ੀਮਾ ਦਾ ਹੋਵੇ ਜਾਂ ਵੀਅਤਨਾਮ ਦਾ ਇਰਾਨ ਦਾ ਹੋਵੇ ਜਾਂ ਅਫਗਾਨਿਸਤਾਨ ਦਾ ਚੀਨ ਦਾ ਹੋਵੇ ਜਾਂ ਪਾਕਿਸਤਾਨ ਦਾ 1984 ਦਿੱਲੀ ਦਾ ਹੋਵੇ ਜਾਂ ਗੁਜਰਾਤ ਦਾ ਜਾਂ ਪਟਿਆਲੇ ਵਿਚਲੇ ਕਮਲੇ ਨਿਹੰਗ ਦਾ ਹਮਲੇ ਦੀ ਕਿਸਮ ਬਦਲ ਜਾਂਦੀ ਹੈ ਤੇ ਜਿਵੇਂ ਤੱਤੀ ਜੰਗ ਤੋਂ ਠੰਡੀ ਜੰਗ ਲਾਈ ਜਾਂਦੀ ਹੈ ਪਰ ਜੰਗ ਜੰਗ ਵਿੱਚ ਹੀ ਫਰਕ ਹੁੰਦਾ ਭੁੱਖ ਗਰੀਬੀ ਸ਼ੋਸ਼ਣ ਭ੍ਰਿਸ਼ਟਾਚਾਰ ਦੀ ਜੰਗ ਨੂੰ ਸਿੱਖਿਆ ਸਿਹਤ ਰੁਜ਼ਗਾਰ ਮਾਨਵ ਅਧਿਕਾਰਾਂ ਤੇ ਸੱਚ ਖਾਤਰ ਕੀਤੀ ਜੰਗ ਨੂੰ ਅਸੀਂ ਤਾਂ ਕ੍ਰਾਂਤੀਆਂ ਦੇ ਆ ਤੇ ਉਹ ਬਗਾਵਤਾਂ ਦੇ ਆ ਉਹ ਅਹਿੰਸਾ ਦੇ ਪੁਜਾਰੀ ਗਾਂਧੀ ਨੂੰ ਗੋਲੀ ਮਾਰਦੇ ਆ ਤੇ ਉਹਦੇ ਕਾਤਲ ਗੌਡਸੇ ਨੂੰ ਸ਼ਹੀਦ ਆਖਦੇ ਆ ਤੇ ਇੱਕ ਚਾਹ ਵੇਚਣ ਵਾਲੇ ਨੂੰ ਪ੍ਰਧਾਨ ਸੇਵਕ ਆਖਦੇ ਤੇ ਤਲੀ ਪਾਰ ਨੂੰ ਚੌਂਕੀਦਾਰ ਆਖਦੇ ਆ ਫਿਰ ਕਿਸੇ ਕਰਕੇ ਪੈਦਾ ਹੁੰਦੇ ਆ ਕੇਜਰੀਵਾਲ ਕੰਵਰ ਸੰਧੂ ਬੈਂਸ ਖਹਿਰਾ ਜਾਂ ਫਿਰ ਉਸਾਮਾ ਬਿਨ ਲਦੇਨ ਪ੍ਰਭ ਕਰਨ ਤੇ ਪਿੰਡਰਾਂ ਵਾਲੇ ਜਿੱਧਰੋਂ ਡੰਡੇ ਪੈਣ ਦਾ ਡਰ ਆ ਉਧਰੋਂ ਮੁੱਕਰ ਗਿਆ ਬਿਲਕੁਲ ਜੀ ਬਿਲਕੁਲ ਸਮਝਦਾਰੀ ਸਾਡੇ ਨਾਲ ਕਾਲਰ ਨੇ ਜੀ ਸਵਾਗਤ ਹੈ ਜੀ ਸਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਬੜੇ ਖੁਸ਼ ਮੈਂ ਇਹੋ ਜਿਹੇ ਬੰਦੇ ਜਿਹੜੇ ਨਾ ਟੱਕ ਕੱਪ ਕਰਨੇ ਚਾਹੀਦੇ ਆ ਬਹੁਤ ਬਹੁਤ ਵਧੀਆ ਕੰਮ ਕਰਦੇ ਤੁਸੀਂ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਮੀਡੀਆ ਤੋਂ ਇੱਕ ਚੀਜ਼ ਪਤਾ ਕਰਕੇ ਦੱਸਿਓ ਵੀ
ਪੰਜਾਬ ਦੇ ਵਿੱਚ ਬੈਰੀਅਰ ਤੋੜਨ ਦਾ ਪਰਮਿਟ ਕਦੋਂ ਕਦਾਂ ਮਿਲਣ ਲੱਗ ਪਿਆ? ਬਿਲਕੁਲ ਜੀ, ਉਹਨਾਂ ਕੋਲ ਪਰਮਿਟ ਸੀ ਇਹਨਾਂ ਮਾਤਾ ਲੋ ਪੁਲਿਸ ਵਾਲਿਆਂ ਨੇ ਉੱਤੋਂ ਦੀ ਗੱਡੀ ਲਗਾ ਸਕਦੇ ਸੀ ਬੈਰੀਅਰ ਤੋੜ ਕੇ। ਬਿਲਕੁਲ ਜੀ, ਜ਼ਰੂਰ, ਥੈਂਕ ਯੂ ਤੁਹਾਡਾ ਸਾਨੂੰ ਫੋਨ ਕਰਨ ਦੇ ਲਈ, ਔਰ ਜ਼ਰੂਰ ਅਸੀਂ ਇਸ ਗੱਲ 'ਤੇ ਵੀ ਡਿਸਕਸ ਕਰਦੇ ਹਾਂ ਜੀ, ਥੈਂਕ ਯੂ ਜੀ। ਜੀ ਸੋ ਬਿਲਕੁਲ ਰਫਤਾਰ ਜੀ, ਤੁਸੀਂ ਵੀ ਵੀਡੀਓ ਦੇਖੀ, ਮੈਂ ਵੀ ਵੀਡੀਓ ਦੇਖੀ ਆ, ਵੀ ਜੇ ਉਹਨਾਂ ਕੋਲ ਪਰਮਿਟ ਸੀ ਇਹਨਾਂ ਨੇ ਬੜੀ ਵਧੀਆ ਗੱਲ ਕਹੀ ਆ ਕਿ ਉਹ ਬੈਰੀਅਰ ਤੋੜ ਕੇ ਥੋੜ੍ਹਾ ਗੱਡੀ ਲੰਘਾ ਸਕਦੇ ਆ, ਔਰ ਉਹਨਾਂ ਨੇ ਪਿੱਕਾ ਜਿਸ ਤਰੀਕੇ ਨਾਲ ਲੰਘਾਇਆ ਕਿਸੇ ਨੂੰ ਥੱਲੇ ਵੀ ਦੇ ਸਕਦੇ ਸੀ। ਬਿਲਕੁਲ ਜੀ, ਮੈਂ ਇੱਕ ਵਾਰ 12 ਕੁ ਦੀ ਗੱਲ ਆ, ਪੰਚਕੂਲੇ ਵਿਆਹ ਗਿਆ ਸੀਗਾ, ਜਦੋਂ ਪੰਚਕੂਲੇ ਵਿੱਚ ਦੀ ਅਸੀਂ ਚੰਡੀਗੜ੍ਹ ਕ੍ਰੋਸ ਕਰਕੇ ਪੰਜਾਬ ਨੂੰ ਆਉਣਾ ਸੀਗਾ, ਤਾਂ ਜਦੋਂ ਚੰਡੀਗੜ੍ਹ ਵਿੱਚ ਦੀ ਲੰਘੇ ਤਾਂ ਸਾਨੂੰ ਉਹਨਾਂ ਨੇ ਰੋਕ ਲਿਆ ਪੁਲਿਸ ਵਾਲਿਆਂ ਨੇ, ਉਹਨਾਂ ਨੇ ਬੈਰੀਅਰ ਲਾਏ ਹੋਏ ਸੀਗੇ, ਇੱਕ ਦੋ ਮੁੰਡੇ ਜੀਪ ਲੈ ਕੇ ਚਿੱਟੇ ਕੁੜਤੇ ਪਜਾਮੇ ਉਹਨਾਂ ਦੇ ਪਾਏ ਸੀ, ਉਹਨਾਂ ਨੇ ਬੈਰੀਅਰ ਤੋੜ ਕੇ ਭੱਜ ਗਏ, ਪੁਲਿਸ ਵਾਲਿਆਂ ਨੇ ਸਾਨੂੰ ਵੀ ਛੱਡਤਾ ਵੀ ਹੁਣ ਅਸੀਂ ਉਹਨਾਂ ਦੇ ਮਗਰ ਪੈ ਕੇ ਜਾ ਕੇ, ਉਹ ਅੱਗੇ ਆ ਕੇ ਸੋਹਾਣਾ ਸਾਹਿਬ ਗੁਰਦੁਆਰਾ ਜਿੱਥੇ ਉੱਥੇ ਪੱਥਰਾਂ ਦੀ ਦੁਕਾਨ ਜੀ ਆ ਕੋਈ, ਉਹਦੇ ਅੰਦਰ ਉਹ ਜੀਪ ਬਾਲ ਲਈ ਉਹਨਾਂ ਨੇ, ਪਿੱਛੇ ਪੁਲਿਸ ਵਾਲੇ ਚਲੇ ਗਏ, ਪੁਲਿਸ ਵਾਲੇ ਨੂੰ ਉਹ ਅਸੀਂ ਕਿਹਾ ਦੇਖਦੇ ਹਾਂ ਚਲੋ ਕੀ ਕਰਦੇ, ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਉਹ ਕਹਿੰਦੇ ਹੱਥ ਨਾ ਲਾਇਆ ਸਾਨੂੰ, ਜੇ ਹੱਥ ਲਾਇਆ ਕਹਿੰਦੇ ਆਪਦੇ ਆਪ ਨੂੰ ਸੋਚ ਲਿਓ, ਪੁਲਿਸ ਵਾਲੇ ਦੂਰ ਖੜੇ ਨੇ ਤਾਂ ਕੰਬਦੇ ਸੀਗੇ, ਨਾਲੇ ਉਹ ਬੈਰੀਅਰ ਤੋੜ ਕੇ ਗਏ ਸੀ, ਪੁਲਿਸ ਦੀ ਇੰਨੀ ਪਾਵਰ ਘੱਟ ਆ, ਇੱਕ ਫੋਨ ਕਰਦੇ ਆ ਵੀ ਹਾਂ ਜੀ ਅਸੀਂ ਇੱਥੇ ਖੜੇ ਹਾਂ ਸਾਡਾ ਚੱਕਰ ਪੈ ਗਿਆ, ਉਹ ਕਹਿੰਦੇ ਪੁਲਿਸ ਵਾਲੇ ਨੂੰ ਪਿੱਛੇ ਹਟੋ, ਪੁਲਿਸ ਵਾਲਿਆਂ ਨੂੰ ਨਾਲ ਦੀ ਨਾਲ ਫੋਨ ਆ ਜਾਂਦਾ, ਸੋ ਇਹ ਵੀ ਇੱਕ ਬਹੁਤ ਵੱਡੀ ਘਾਟ ਆ, ਪੁਲਿਸ ਦੇ ਹੱਥ ਵੀ ਬਹੁਤ ਬੰਨੇ ਹੋਏ। ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਆ ਕਿ ਜੇ ਹੁਣ ਸਾਡੇ ਸ਼ਹਿਰ ਦੀ ਗੱਲ ਆ, ਬਹੁਤ ਸਾਰਾ ਲੋਕਡਾਊਨ ਤਾਂ ਨਹੀਂ ਹੋਇਆ, ਪਰ ਟਾਈਮ ਚੇਂਜ ਕਰ ਦਿੱਤਾ ਗਿਆ, ਸਟੋਰਾਂ ਦੇ ਟਾਈਮ ਛੇਤੀ ਸਟੋਰ ਬੰਦ ਹੋ ਜਾਂਦੇ ਆ, ਬਿਜ਼ਨਸ ਬੰਦ ਹੋ ਗਏ ਆ, ਸਪਾ ਬਿਊਟੀਸ਼ੀਅਨ ਸਾਰਾ ਕੁਛ ਬੰਦ ਹੋ ਗਿਆ ਆ, ਔਰ ਪਰ ਫਿਰ ਲੋਕੀ ਸਮਝਦੇ ਆ, ਲੋਕੀ ਬੰਦ ਨੂੰ ਸਮਝਦੇ ਆ ਕਿ ਹਾਂ ਜੇ ਬੰਦ ਆ ਤਾਂ ਬੰਦ ਆ, ਸਰਕਾਰ ਮਦਦ ਵੀ ਕਰ ਰਹੀ ਹੈਗੀ ਆ, ਲੋਕਾਂ ਦੇ ਜਿਹੜੇ ਪੇਮੈਂਟਾਂ ਘਰਾਂ ਦੀਆਂ ਉਹ ਅੱਗੇ ਕਰ ਦਿੱਤੀਆਂ ਗਈਆਂ ਆ, ਬਹੁਤ ਕੁਛ ਸਹੂਲਤਾਂ ਮਿਲ ਗਈਆਂ, ਪਰ ਦੂਜੇ ਪਾਸੇ ਦੇਖਿਆ ਜੇ ਉੱਥੇ ਵੀ ਕਰ ਰਹੇ ਆ, ਔਰ ਲੰਗਰ ਪਿੰਡਾਂ 'ਚ ਪਹੁੰਚਦਾ ਕੀਤਾ ਜਾ ਰਿਹਾ ਹੈਗਾ, ਪਰ ਲੋਕ ਫਿਰ ਵੀ ਕਿਉਂ ਅੰਦਰੋਂ ਬਹਾਨਿਆਂ ਨਾਲ ਕਿਉਂ ਬਾਹਰ ਨਿਕਲਦੇ, ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ। ਜੇ ਕੋਈ ਬਿਮਾਰ ਠਮਾਰਿਆ ਮੈਂ ਮੰਨਦੀ ਹਾਂ, ਉਹਨੂੰ ਲਿਜਾਣਾ ਚਾਹੀਦਾ, ਕਈ ਹੁਣ ਇੱਕ ਆਪਣੀ ਵਹੁਟੀ ਨੂੰ ਸੈਰ ਕਰਾਉਣ ਲੈ ਗਿਆ, ਉਹ ਕਹਿੰਦੀ ਮੇਰੀ ਗੇੜੀ ਕਢਾ ਕੇ ਲਿਆ, ਬਿਲਕੁਲ ਹੈ, ਇਹ ਕੀ ਚੱਕਰ ਹੋ ਗਿਆ? ਪਤਾ ਵੀ ਬਾਹਰ ਲੋਕਡਾਊਨ ਆ, ਬਾਹਰ ਕਰਫਿਊ ਲੱਗਾ ਆ, ਤਾਂ ਵੀ ਇਹ ਇਹ ਫਿਰ ਪੜ੍ਹੇ ਲਿਖੇ ਬੇਵਕੂਫਾਂ ਵਾਲੀ ਗੱਲ ਹੋ ਗਈ। ਬਿਲਕੁਲ, ਲਓ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਆਵਾਜ਼ ਸੁਣ ਰਹੀ ਹੈ ਜੀ? ਤੁਹਾਡੇ ਨਾਲ ਬੋਲਣਾ ਹੀ ਨਹੀਂ ਉਹਨਾਂ ਨੇ? ਨਹੀਂ ਜੀ, ਮੈਨੂੰ ਲੱਗਦਾ ਜਿਹੜੀ ਕਾਲ ਮੈਂ ਚੱਕੀ ਕੋਈ ਬੋਲਿਆ, ਇੰਨਾ ਨਾ ਜੀ ਮੇਰੇ ਨਾਲ ਗੁੱਸਾ ਕਰਿਆ ਕਰੋ, ਬੋਲ ਪਿਆ ਕਰੋ, ਲਲਕਾਰੇ ਨਾਲ ਬੋਲੀ ਦਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਆ ਟਕਾ ਕੇ। ਸੋ ਜਦੋਂ ਜੱਦੋ ਜਹਿਦ ਦੀ ਗੱਲ ਹੁੰਦੀ ਆ ਕਿ ਜਦੋਂ ਪੁਲਿਸ ਦੇ ਨਾਲ, ਇੱਕ ਵਾਰ ਦੇਖ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਹਾਂਜੀ, ਅਸੀਂ ਸੁਣਦੇ ਹਾਂ ਜੀ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਬਿਲਕੁਲ ਜੀ, ਅਸੀਂ ਤਾਂ ਕਿਸੇ ਦਾ ਪੱਖ ਨਹੀਂ ਲੈ ਰਹੇ ਜੀ, ਅਸੀਂ ਤਾਂ ਸਿੱਧਾ ਕਹਿ ਰਹੇ ਹਾਂ ਵੀ ਜੋ ਹੋਇਆ ਜੇ ਲੋਕਡਾਊਨ ਵੀ ਆ ਤੇ ਲੋਕਾਂ ਨੂੰ ਸਮਝਣਾ ਚਾਹੀਦਾ, ਲੋਕਡਾਊਨ ਬਾਰੇ ਪਤਾ ਹੋਣਾ ਚਾਹੀਦਾ। ਬਿਲਕੁਲ ਸਹੀ ਕਿਹਾ ਜੀ, ਬਿਲਕੁਲ ਜੀ ਸਹੀ ਕਿਹਾ ਤੁਸੀਂ, ਥੈਂਕ ਯੂ ਤੁਸੀਂ ਸਾਨੂੰ ਫੋਨ ਕੀਤਾ ਜੀ। ਬਿਲਕੁਲ ਜੀ ਸਹੀ ਕਿਹਾ ਤੁਸੀਂ, ਔਰ ਥੈਂਕ ਯੂ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸੁਣਦੇ ਆ ਜੀ, ਕੀ ਕਹੋਗੇ? ਮੈਨੂੰ ਲੱਗਦਾ ਬਦਲਾ ਕੇ ਮਜ਼ਾਕ ਨੀ ਕਰੀ ਜਾਂਦਾ, ਪੜਾਕ ਬੋਲਦੇ ਦੇਖ ਲਓ ਨਾਲ ਦੀ ਨਾਲ ਹੀ।
अच्छा रफ्तार जी, जदों असीं इन्हां ने कहा कि उन्हां दे हुण परिवारां दे उत्ते नजायज़ पर्चे पाए जाणे आ, जे फिर असीं गल करिए इदां तां बहुत लंबे समय तों इह कुछ हुंदा आ रिहा। सो जे सिस्टम दी गल करिए, सिस्टम तां सारा ही गंदला आ। साडे नाल कॉलर फिर लग चुके ने जी। स्वागत है जी तुहाडा सांझा टीवी ते, सति श्री अकाल जी। ਮੈਂ ਨਹਿੰਗਾ ਦੇ ਨਾਲ ਬਹੁਤ ਚਿਰ ਰਿਹਾ, ਇਹਨਾਂ ਨਾਲ ਬਾਹਰ ਆਉਣੀ ਜਾਣੀ ਵੀ ਸੀ। ਇਹਨਾਂ ਨੂੰ ਜਦੋਂ ਗਿਆਨੀ ਜੈਲ ਸਿੰਘ ਸੀ, ਇਹ ਜਿਹੜਾ ਸੰਤਾ ਸੂ ਸੀ, ਇਹਨਾਂ ਦਾ ਕੁੜਮ ਸੀਗਾ ਗਿਆਨੀ ਜੈਲ ਸਿੰਘ ਦਾ, ਤੇ ਉਹਨੇ ਇਹਨਾਂ ਨੂੰ ਅਸਲੇ ਦੇ ਲਾਇਸੈਂਸ ਦਿੱਤੇ ਹੋ ਸੀ, ਸਭ ਕੁਛ ਕੀਤਾ ਸੀ। ਇਹ ਪੁੱਠੇ ਕੰਮ ਕਰਦੇ ਸੀ ਜਿੰਨੇ ਵੀ ਹੋ ਸਕਦੇ, ਇਹਨਾਂ ਤੋਂ ਜੋ ਕੰਮ ਕਰਾਇਆ ਜਾ ਰਿਹਾ ਸਰਕਾਰਾਂ ਹੀ ਕਰਾਉਂਦੀਆਂ ਜੀ। थैंक यू जी, ਤੁਸੀਂ ਆਪਣੇ ਵਿਚਾਰ ਸਾਡੇ ਤੱਕ ਰੱਖੇ। थैंक यू ਜੀ। ਦੇਤਾ ਜਾਂ ਕੋਈ ਡਾਂਗ ਦੇ ਦੀ ਮਾਰ ਕੇ ਕਿਹਦਾ ਗੁੱਟ ਵੜ ਦਿਓ ਜਾਂ ਉਹ ਕਰ ਦਿਓ ਜਾਂ ਉਹ ਕਰ ਦਿਓ, ਹਣਾ ਜੀ ਚੰਗੀ ਗੱਲ ਨਹੀਂ ਹੈ ਜੀ। ਜੀ थैंक यू ਜੀ ਤੁਹਾਡਾ। थैंक यू ਸਾਨੂੰ ਫੋਨ ਕਰਨ ਦੇ ਲਈ। थैंक यू ਜੀ। ਸੋ ਬਿਲਕੁਲ ਰਫਤਾਰ ਜੀ, ਦੇਖਿਆ ਜਾਵੇ ਉਹਨਾਂ ਦੇ ਕੋਲ ਜਿਹੜਾ ਪਾਸ ਸੀ, ਪਾਸ ਕਿੱਥੋਂ ਆਇਆ, ਉਹਨਾਂ ਨੇ ਕਿੱਥੇ ਜਾਣਾ ਸੀ, ਕਿਉਂ ਉਹਨਾਂ ਨੂੰ ਪਾਸ ਦੀ ਕਿਉਂ ਲੋੜ ਸੀ। ਹਾਂਜੀ ਇਹ ਵੀ ਇੱਕ ਸਵਾਲ ਵੱਡਾ ਆ ਕਿ ਉਹਨਾਂ ਨੂੰ ਪਾਸ ਦੀ ਕਿਉਂ ਲੋੜ ਸੀ। ਜੇ ਪਾਸ ਦੀ ਗੱਲ ਕਰੀਏ, ਹੁਣ ਜੇ ਅਸੀਂ ਆਪਣੀ ਗੱਲ ਕਰੀਏ, ਅਸੀਂ ਬੀਇੰਗ ਇਨ ਅ ਮੀਡੀਆ, ਅਸੀਂ ਬਾਹਰ ਜਾਂਦੇ ਹਾਂ ਰਿਪੋਰਟਿੰਗ ਕਰਨ ਜਾਈਦਾ। ਅਸੀਂ ਬਾਹਰ ਕੋਈ ਐਕਸੀਡੈਂਟ ਹੋ ਗਿਆ, ਕਿਤੇ ਕੁਛ ਹੋ ਗਿਆ, ਤੇ ਅਸੀਂ ਜਾਂਦੇ ਹਾਂ, ਸਾਡੇ ਕੋਲ ਆਪਣੀ ਆਈਡੀ ਬਣੀ ਹੈ ਜਿਹੜੀ ਕਿ ਸਾਲ ਬਾਅਦ ਐਕਸਪਾਇਰ ਹੋ ਜਾਂਦੀ ਹੈ, ਔਰ ਸਾਲ ਬਾਅਦ ਸਾਨੂੰ ਨਵਾਂ ਮਿਲਦਾ। ਇੱਦਾਂ ਨਹੀਂ ਕਿ ਇੱਕ ਵਾਰੀ ਬਣਾ ਲਿਆ, ਫੋਟੋ ਲਾ ਲਈ ਤੇ ਉਹ ਸਾਰੀ ਉਮਰ ਚੱਲਣਾ। ਉਹ ਸਾਲ ਬਾਅਦ ਉਹਦਾ ਬਾਰਕੋਡ ਐਕਸਪਾਇਰ ਹੋ ਜਾਂਦਾ, ਸਾਨੂੰ ਦੁਬਾਰਾ ਕੰਪਨੀ ਵੱਲੋਂ ਸਾਨੂੰ ਦੁਬਾਰਾ FOII ਮੀਡੀਆ ਵੱਲੋਂ ਬਣਾ ਕੇ ਦਿੱਤਾ ਜਾਂਦਾ ਬਕਾਇਦਾ ਤੌਰ 'ਤੇ, ਔਰ ਜਿੱਥੇ ਅਸੀਂ ਜਾਣਾ ਆ ਉੱਥੇ ਅਸੀਂ ਆਪਣੀ ਆਈਡੈਂਟੀ ਸ਼ੋਅ ਕਰਕੇ ਜਾਈਦਾ। ਸੋ ਕੋਈ ਪੱਤਰਕਾਰ ਹੁੰਦਾ, ਕੋਈ ਹੁੰਦਾ, ਹੋ ਸਕਦਾ ਜੇ ਉਹਨਾਂ ਨੂੰ ਕੋਈ ਇਹੋ ਜਿਹੀ ਐਮਰਜੈਂਸੀ ਸੀ ਤੇ ਉਹ ਖੜ ਕੇ ਵੀ ਗੱਲ ਕੀਤੀ ਜਾ ਸਕਦੀ ਸੀ। ਉਹਨਾਂ ਕੋਲ ਲਾਇਸੈਂਸ ਆ, ਉਹਨਾਂ ਕੋਲ ਹਥਿਆਰਾਂ ਦੇ ਲਾਇਸੈਂਸ ਆ, ਉਹਨਾਂ ਕੋਲ ਸਾਰਾ ਕੁਛ ਆ। ਸੋ ਸਵਾਲ ਇਹ ਆ ਕਿ ਫਿਰ ਇਹਦੀ ਗੱਲ ਦੀ ਤਹਿ ਤੱਕ ਜਾਣ ਦੀ ਲੋੜ ਆ ਨਾ। ਨਾਲੇ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਪਾਸ ਦੇਣੇ ਆ, ਹੁਣ ਆਪਾਂ ਪਿੰਡ ਦੇ ਵਿੱਚ ਰਹਿੰਦੇ, ਕੋਈ ਵੀ ਪਿੰਡ ਆ, ਚਾਹੇ ਉਹ ਪਿੰਡ ਛੋਟਾ ਚਾਹੇ ਉਹ ਪਿੰਡ ਵੱਡਾ, ਪਿੰਡ ਦੇ ਵਿੱਚ ਲੋੜ ਕੀ ਹੁੰਦੀ ਆ? ਇੱਕ ਤਾਂ ਸਬਜ਼ੀ ਦੀ ਲੋੜ ਹੁੰਦੀ ਆ, ਤੇ ਇੱਕ ਲੋੜ ਹੁੰਦੀ ਆ ਦਵਾਈਆਂ ਦੀ। ਸੋ ਜੇ ਦੋ ਪਾਸ ਦਿੱਤੇ ਜਾਣ, ਇੱਕ ਪਾਸ ਦਿੱਤਾ ਜਾਵੇ ਸਬਜ਼ੀ ਵਾਲੇ ਨੂੰ ਵੀ ਤੂੰ ਪਿੰਡ ਦੇ ਵਿੱਚ ਸਬਜ਼ੀ ਜਿਹੜੀ ਦੇਣ ਜਾਣਾ, ਉਹ ਤੈਨੂੰ ਕੋਈ ਨਹੀਂ ਰੋਕ ਸਕਦਾ। ਦੂਜਾ ਪਾਸ ਦਿੱਤਾ ਹੋਵੇ ਜਿਹੜਾ ਪਿੰਡ ਦੇ ਵਿੱਚ ਮੈਡੀਕਲ ਸਟੋਰ ਆ, ਦੋਨਾਂ ਜਾਣਿਆਂ ਨੂੰ। ਸੋ ਉਹਦੇ ਨਾਲ ਬਹੁਤ ਸੌਖਾ ਹੋ ਜਾਊਗਾ। ਇਹ ਨਹੀਂ ਗਾ ਵੀ ਤੁਸੀਂ ਪਿੰਡ ਦੇ ਵਿੱਚ, ਪਿੰਡ ਦੇ ਲੋਕਾਂ ਨੂੰ ਕਿਸੇ ਨੂੰ ਦਿਓ, ਪਿੰਡ ਦੇ ਵਿੱਚ ਆਉਣ ਦਿਓ ਜਿਹੜੇ ਦੋ ਆਉਂਦੇ ਆ, ਡਾਕਟਰ ਆਉਂਦੇ ਆ ਚੋ ਕੋਈ, ਜਾਂ ਕੋਈ ਦਵਾਈਆਂ ਲੈ ਕੇ ਆਉਂਦਾ, ਜਾਂ ਕੋਈ ਸਬਜ਼ੀਆਂ ਲੈ ਕੇ ਆਉਂਦਾ, ਜਾਂ ਕੋਈ ਗਰੋਸਰੀ ਸਟੋਰ ਖੋਲ੍ਹਣਾ ਚਾਹੁੰਦਾ। ਸੋ ਉਹ ਦੋ ਤਿੰਨ ਪਾਸ ਪਿੰਡ ਦੇ ਜਿਹੜੇ ਸਟੋਰ ਨੇ ਜਿਹਨਾਂ ਦੇ, ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਪਾਸ, ਪਿੰਡ ਦੇ ਲੋਕਾਂ ਨੂੰ ਨਹੀਂ ਪਾਸ ਦਿੱਤਾ ਜਾਣਾ ਚਾਹੀਦਾ। ਕਿਉਂਕਿ ਜੇ ਇੱਕ ਨੂੰ ਇੱਕ ਮੰਗਦਾ ਤਾਂ ਫਿਰ ਦੂਜਾ ਤੀਜਾ, ਫਿਰ ਹਰ ਇੱਕ ਘਰ ਨੂੰ ਪਾਸ ਦੀ ਲੋੜ ਆ। ਹਰ ਇੱਕ ਨਾਲੋਂ ਸੌਖਾ ਵਾ ਗਰੋਸਰੀ ਵਾਲਿਆਂ ਨੂੰ ਤੇ ਡਾਕਟਰਾਂ ਨੂੰ, ਜਿਹੜੇ ਜਾਂ ਮੈਡੀਕਲ ਸਟੋਰ ਵਾਲੇ, ਉਹਨਾਂ ਨੂੰ ਪਾਸ ਦਿੱਤਾ ਜਾਵੇ ਸਬਜ਼ੀ ਵਾਲਿਆਂ ਨੂੰ। ਪਰ ਦੂਜੇ ਪਾਸੇ ਇਹ ਵੀ ਆ, ਲੋਕਡਾਊਨ ਪਤਾ ਲੋਕਾਂ ਨੂੰ ਕਿ ਹੁਣ ਵਧਾ ਵੀ ਦਿੱਤਾ ਗਿਆ, ਔਰ ਮਈ 3 ਤੱਕ ਕਰ ਦਿੱਤਾ ਗਿਆ ਆ, ਪਤਾ ਵੀ ਆ ਸਾਰਿਆਂ ਨੂੰ ਲੋਕਡਾਊਨ ਆ। ਔਰ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਇੱਕੋ ਜਿਹੇ ਆ, ਪਰ ਸਾਡੇ ਵੀ ਪਰਿਵਾਰ ਉੱਥੇ ਰਹਿੰਦੇ ਆ, ਔਰ ਅਸੀਂ ਉਹਨਾਂ ਨੂੰ ਹਮੇਸ਼ਾ ਕਹਿੰਦੇ ਰਹੀਦਾ ਕਿ ਤੁਸੀਂ ਨਾ ਜਾਓ ਨਾ ਜਾਓ, ਪਰ ਕਈ ਵਾਰੀ ਉਹ ਵੀ ਕਹਿੰਦੇ ਆ ਕਿ ਅਸੀਂ ਸ਼ਹਿਰ ਤੋਂ ਬਾਹਰ ਕਿਤੇ ਜਾਣਾ ਆ, ਸਾਨੂੰ ਕੰਮ ਆ, ਪਿੰਡਾਂ ਵਿੱਚ ਦੀ ਚੱਲ ਜਾਵਾਂਗੇ, ਅਸੀਂ ਸ਼ਾਰਟਕੱਟ ਚੱਲ ਜਾਵਾਂਗੇ। ਪਰ ਨਹੀਂ, ਸਾਨੂੰ ਆਪਣੇ ਜਾਣਨ ਵਾਲਿਆਂ ਨੂੰ, ਪਰਿਵਾਰਾਂ ਨੂੰ ਗਾਈਡ ਕਰਨ ਦੀ ਲੋੜ ਆ ਕਿ ਨਹੀਂ ਜਾਣਾ ਚਾਹੀਦਾ। ਹੁਣ ਇਹਨਾਂ ਮੁਲਕਾਂ 'ਚ ਆ ਅਸੀਂ, ਜੇ ਸਾਡੇ ਰੱਬ ਨਾ ਕਰੇ ਜੇ ਸਾਡੇ ਲੋਕਡਾਊਨ ਕਹਿ ਦੇਣ ਤੇ ਸਾਡੇ ਕੋਈ ਵੀ ਨਹੀਂ ਜਾਂਦਾ ਬਾਹਰ। ਹੁਣ ਅਸੀਂ ਦੇਖਿਆ ਕਿੰਨਾ ਫਰਕ ਹੈ ਆਪਾਂ ਨੂੰ ਟ੍ਰੈਫਿਕ ਦਾ, ਬਿਲਕੁਲ ਜੀ, ਔਰ ਪਹਿਲਾਂ ਕਿੰਨਾ ਤੁਹਾਨੂੰ ਕਿੰਨਾ ਟ੍ਰੈਫਿਕ ਸੀ ਸਾਡੇ ਸ਼ਹਿਰ ਦੇ ਵਿੱਚ। ਹੁਣ ਕੰਮ ਕਾਰ ਬੰਦ ਆ, ਸਾਰੇ ਪਲਾਜ਼ੇ, ਸਾਰੇ ਸ਼ੋਪਿੰਗ ਸੈਂਟਰ ਖਾਲੀ ਪਏ ਆ, ਰਾਈਟ, ਔਰ ਲੋਕੀ ਕਰਦੇ ਨਹੀਂ। ਜੇ ਕਿਸੇ ਨੂੰ ਜ਼ਰੂਰਤ ਆ, ਜੇ ਕਿਸੇ ਨੇ ਆਪਣੇ ਬਿਜ਼ਨਸ ਦਾ ਕੁਛ ਦੇਖਣਾ, ਅਗਲੇ ਇੱਕ ਜਾਣਾ ਜਾਂਦਾ ਜਾ ਕੇ ਦੇਖ ਲੈਂਦਾ ਆਪਣੇ ਬਿਜ਼ਨਸ ਦਾ, ਜੇ ਦੇਖਣਾ ਕੁਛ ਇੱਕ ਰੈਸਟੋਰੈਂਟ ਖੁੱਲ੍ਹੇ ਆ ਜਿਹੜੇ ਸਿਰਫ ਟੇਕ ਆਊਟ ਲਿਆ ਸਕਦੇ ਆ, ਰਾਈਟ, ਪਰ ਉਹ ਤੋਂ ਇਲਾਵਾ ਸਾਰੇ ਬਿਜ਼ਨਸ ਬੰਦ ਆ। ਔਰ ਲੋਕੀ ਸੋਚਦੇ ਆ ਕਿ ਜੇ ਇਹ ਬਿਮਾਰੀ ਵੱਧ ਗਈ ਤੇ ਫਿਰ ਇਹਦੇ ਤੇ ਕੰਟਰੋਲ ਕਰਨਾ ਔਖਾ ਆ, ਪਰ ਅਸੀਂ ਇਹ ਸੋਚਦੇ ਆ ਕਿ ਸਾਡੀ ਆਪਣੀ ਧਰਤੀ ਦੇ ਲੋਕ ਇਹ ਗੱਲ ਸਮਝ ਹੀ ਨਹੀਂ ਰਹੇ ਕਿ ਜੇ ਬਿਮਾਰੀ ਵੱਧ ਗਈ ਤੇ ਫਿਰ ਕੰਟਰੋਲ ਕਿਹੜਾ ਕਿਵੇਂ ਹੋਣੀ। ਸਾਡੇ ਕੋਲ ਤਾਂ ਇਹੋ ਜਿਹਾ ਕੋਈ ਤਕੜੇ ਸਿਸਟਮ ਵੀ ਹੈ ਨਹੀਂ ਗੇ ਕਿ ਹਸਪੀਟਲ ਬਹੁਤ ਆ, ਸਾਡੇ ਤੇ ਪ੍ਰਾਈਵੇਟ ਹਸਪੀਟਲਾਂ ਵਾਲੇ ਪਹਿਲਾਂ ਹੀ ਲੋਕ ਲਾ ਕੇ ਬੰਦ ਕਰਕੇ ਘਰਾਂ 'ਚ ਬੰਦ ਬੈਠੇ ਆਪਣੇ ਆਪ ਨੂੰ। ਬਿਲਕੁਲ, ਜੇ ਪੰਜਾਬ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਕੁੱਟਦੇ ਵੀ ਕਿੰਨਾ ਨੇ, ਸਜਾਵਾਂ ਵੀ ਕਿੰਨੀਆਂ ਦਿੰਦੇ ਨੇ, ਮਾਰ ਕੁਟਾਈ ਵੀ, ਕੁੱਟ ਵੀ ਇਸ ਹਿਸਾਬ ਨਾਲ ਪੈਂਦੀ ਆ, ਉਸ ਹਿਸਾਬ ਨਾਲ ਕੋਈ ਡੰਗਰਾਂ ਨੂੰ ਨਹੀਂ ਕੁੱਟਦੇ, ਜਿਹੜੇ ਹਿਸਾਬ ਨਾਲ ਬੰਦਿਆਂ ਨੂੰ ਉੱਥੇ ਬੰਦਿਆਂ ਦੇ ਕੁੱਟ ਪੈਂਦੀ ਆ। ਹੁਣ ਇੱਥੋਂ ਦੀ ਗੱਲ ਕਰੀਏ ਕੁੱਟਦੇ ਵੀ ਨਹੀਂ ਗੇ, ਕੋਈ ਸਜਾਵਾਂ ਵੀ ਨਹੀਂ, ਕੁਛ ਨਹੀਂ ਕੁੱਟਦੇ, ਤੁਹਾਡੇ ਕੋਲ ਆ ਕੇ ਬੜੇ ਪਿਆਰ ਦੇ ਨਾਲ ਗੱਲ ਕਰਦੇ, ਜੇ
ਰੱਬ ਨਾ ਕਰੇ ਕੱਲ ਨੂੰ ਲੌਕਡਾਊਨ ਵੀ ਹੁੰਦਾ ਤਾਂ ਵੀ ਉਹਨਾਂ ਨੇ ਤੁਹਾਡੇ ਨਾਲ ਪਿਆਰ ਨਾਲ ਹੀ ਗੱਲ ਕਰਨੀ ਹੈ ਤੁਹਾਨੂੰ ਦੱਸਣ ਨਾਲ ਚੈੱਕ ਵੀ ਦੇ ਕੇ ਜਾਂਦੇ ਕੱਟ ਕੇ ਜਿਹੜਾ ਫਾਈਨ ਦੇ ਕੇ ਜਾਂਦੇ ਆਪਾਂ ਫਾਈਨ ਤੋਂ ਡਰਦੇ ਆ ਇੰਡੀਆ ਵਾਲੇ ਕਹਿੰਦੇ ਨੇ ਲਾ 2-5-4 ਸੌ ਰੁਪਈਆ ਜੇ ਕੱਟ ਦੇਣਗੇ ਚਲਾਨ ਕੱਟੋ ਜੀ ਚਲਾਨ ਕੱਟੋ ਸਾਨੂੰ ਜਾਣ ਦਿਓ ਸਾਡਾ ਚਲਾਨ ਕੱਟੋ ਸਾਨੂੰ ਜਾਣ ਦਿਓ ਇਦਾਂ ਕਰ ਦਿੰਦੇ ਨੇ ਇੰਡੀਆ ਦੇ ਵਿੱਚ ਫਿਰ ਵੀ ਲੋਕ ਇੱਥੋਂ ਡਰਦੇ ਆ ਇੰਡੀਆ ਵਾਲੇ ਡਰਦੇ ਨਹੀਂ ਫਿਰ ਵੀ ਕਿੰਨਾ ਫਰਕ ਆ ਨਾਲੇ ਕੁਛ ਨਹੀਂ ਕਹਿੰਦਾ ਤੁਹਾਡੇ ਨਾਲ ਕਿੰਨੀ ਵਧੀਆ ਗੱਲ ਕਰਦੇ ਤੁਹਾਨੂੰ ਟਿਕਟ ਟਿਕਟ ਵੀ ਦੇ ਕੇ ਜਾਂਦੇ ਆ ਨਾ ਤਾਂ ਉਹ ਵੀ ਕਿੰਨੇ ਵਧੀਆ ਪਿਆਰ ਨਾਲ ਗੱਲ ਕਰਕੇ ਤੁਹਾਨੂੰ ਟਿਕਟ ਦੇ ਕੇ ਜਾਂਦੇ ਆ ਜੀ ਪਰ ਦੂਜੇ ਪਾਸੇ ਇਹ ਵੀ ਗੱਲ ਹੈਗੀ ਆ ਰਫਤਾਰ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਹੁਣ ਕਰੋਨਾ ਵਾਇਰਸ ਦੀ ਗੱਲ ਕਰਦੇ ਹਾਂ ਸੋ ਲੋਕਾਂ ਦੇ ਬਹੁਤ ਸਾਰੇ ਡਾਕਟਰਸ ਨੂੰ ਅਸੀਂ ਆਪਣੇ ਸਟੂਡੀਓ ਦੇ ਵਿੱਚ ਲਿਆ ਕੇ ਜਾਂ ਸਕਾਈਪ ਦੇ ਰਾਹੀਂ ਉਹਨਾਂ ਦੀ ਅਸੀਂ ਇੰਟਰਵਿਊ ਕਰਕੇ ਹਮੇਸ਼ਾ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਪਤਾ ਹੋਣਾ ਚਾਹੀਦਾ ਸਾਨੂੰ ਐਜੂਕੇਸ਼ਨ ਇੰਨੀ ਕੁ ਹੋਣੀ ਚਾਹੀਦੀ ਆ ਕਿ ਇਹ ਵਾਇਰਸ ਕਿਵੇਂ ਫੈਲਦਾ ਆ ਹੁਣ ਜਿਹੜਾ ਇਨਸਾਨ ਦੁਨੀਆ ਤੋਂ ਚਲੇ ਗਿਆ ਉਹਨੂੰ ਤੁਸੀਂ ਉਹਦਾ ਦਾਹ ਸੰਸਕਾਰ ਕਰਨਾ ਤੁਸੀਂ ਉਹਨੂੰ ਅਗਨ ਭੇਂਟ ਕਰਨਾ ਹੈਗਾ ਆ ਤੁਸੀਂ ਉਹਦਾ ਫਿਊਨਰਲ ਜਦੋਂ ਕਰਨਾ ਆ ਉਹ ਦੱਸੀ ਜਾ ਰਹੇ ਡਾਕਟਰ ਕਿ ਉਹਨੂੰ ਦਾਗ ਦੇਣ ਦੇ ਨਾਲ ਉਹਦੀ ਬੋਡੀ ਬਰਨ ਕਰਨ ਦੇ ਨਾਲ ਵਾਇਰਸ ਨਹੀਂ ਫੈਲਦਾ ਬਿਲਕੁਲ ਪਰ ਲੋਕ ਸਮਝ ਨਹੀਂ ਰਹੇ ਹੁਣ ਜਲੰਧਰ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਦੇ ਉੱਥੇ ਉੱਥੇ ਕਹਿੰਦੇ ਇੱਥੇ ਤੁਸੀਂ ਸੰਸਕਾਰ ਨਹੀਂ ਕਰ ਸਕਦੇ ਅਸਥੀਆਂ ਵੀ ਜਿਹੜੇ ਫੁੱਲ ਚੁਗਣੇ ਆ ਉਹ ਵੀ ਨਹੀਂ ਜਾਂਦੇ ਉਹ ਵੀ ਕਹਿੰਦੇ ਜਦੋਂ ਸੰਸਕਾਰ ਹੀ ਕਰਤਾ ਅੱਗ ਦੇ ਵਿੱਚ ਬੰਦੇ ਨੂੰ ਵਿਚਾਰੇ ਨੂੰ ਸੰਸਕਾਰ ਅੱਗ ਹੋ ਗਿਆ ਤੇ ਉਹਦੀਆਂ ਅਸਥੀਆਂ ਤੇ ਉਹਦੇ ਫੁੱਲ ਤਾਂ ਜ਼ਰੂਰ ਚੁਗਣੇ ਚਾਹੀਦੇ ਇੰਨੀ ਵੀ ਬੇਅਦਬੀ ਬੰਦੇ ਦੀ ਨਹੀਂ ਕਰਨੀ ਚਾਹੀਦੀ ਹਾਂ ਜਿਹੜਾ ਬੰਦਾ ਸੜ ਕੇ ਹੀ ਸਵਾਹ ਹੋ ਗਿਆ ਤੇ ਉਹਦੀਆਂ ਅਸਥੀਆਂ ਤਾਂ ਚੁਗਣੀਆਂ ਚਾਹੀਦੀਆਂ ਇੱਕ ਮੁੰਡੇ ਨੇ ਪੋਸਟ ਪਾਈ ਹੋਈ ਸੀਗੀ ਤੇ ਉਹਨੇ ਲਿਖਿਆ ਸੀਗਾ ਵੀ ਮੈਂ ਇਜਾਜ਼ਤ ਮੰਗਦਾ ਇੰਡੀਆ ਗਵਰਨਮੈਂਟ ਤੋਂ ਵੀ ਕਿਤੇ ਵੀ ਪਰਮਾਤਮਾ ਨਾ ਕਰੇ ਕਿਸੇ ਦੀ ਕਰੋਨਾ ਵਾਇਰਸ ਕਰਕੇ ਡੈਥ ਹੁੰਦੀ ਹੈ ਪਰ ਜੇ ਕਿਸੇ ਦੀ ਡੈਥ ਹੁੰਦੀ ਆ ਤਾਂ ਉਹ ਕਹਿੰਦਾ ਮੈਨੂੰ ਇਜਾਜ਼ਤ ਦਿੱਤੀ ਜਾਵੇ ਮੈਂ ਉਦਾਂ ਹੀ ਹਸਪੀਟਲੋਂ ਲਿਆ ਕੇ ਬੋਡੀ ਨੂੰ ਅਤੇ ਉਹਨਾਂ ਦੇ ਪਿੰਡ ਦੇ ਵਿੱਚ ਪਿੰਡ ਦਾ ਚਾਹੇ ਕੋਈ ਇੱਕ ਵੀ ਜਾਣਾ ਨਾ ਆਵੇ ਮੈਂ ਜਿੱਦਾਂ ਮਰਜ਼ੀ ਉਹ ਕਹਿੰਦਾ ਸਾਰਾ ਮੈਂ ਆਪੇ ਪੂਰੇ ਜਿੱਦਾਂ ਰੀਤੀ ਰਿਵਾਜਾਂ ਦੇ ਨਾਲ ਜਿੱਦਾਂ ਕਰਦੇ ਆ ਮੈਂ ਉਦਾਂ ਉਹਦਾ ਸੰਸਕਾਰ ਕਰੂੰਗਾ ਮੈਨੂੰ ਸੋਚ ਕੇ ਦੇਖੋ ਰਫਤਾਰ ਜੀ ਕਿ ਦੁਨੀਆ ਦੇ ਉੱਤੇ ਅਸੀਂ ਸੋਚ ਕੇ ਦੇਖੀਏ ਕਿ ਕਹਿ ਰਹੀ ਹੈ ਇੱਕ ਕਿਸਮ ਦਾ ਕਿ ਅਸੀਂ ਆਪਣਿਆਂ ਤੋਂ ਹੀ ਡਰਦੇ ਹਾਂ ਔਰ ਦੱਸਿਆ ਵੀ ਜਾ ਰਿਹਾ ਕਿ ਜਦੋਂ ਇਨਸਾਨ ਦੁਨੀਆ ਤੋਂ ਚਲ ਗਿਆ ਜਦੋਂ ਤੁਸੀਂ ਉਹਨੂੰ ਅਗਨ ਹੀ ਅੱਗ ਹੀ ਲਾ ਦੇਣੀ ਉਹਨਾਂ ਤੁਸੀਂ ਫਿਊਨਰਲ ਹੀ ਕਰ ਦੇਣਾ ਤੇ ਵਾਇਰਸ ਕਿੱਥੋਂ ਤੁਹਾਨੂੰ ਹੋ ਜਾਣਗੇ ਉਹਨੂੰ ਤੁਸੀਂ ਦੂਰੋਂ ਵੀ ਨਹੀਂ ਦੇਖਦੇ ਕੋਲ ਵੀ ਨਹੀਂ ਜਾਂਦੇ ਤੇ ਧੰਨ ਜਿਗਰਾ ਉਹਨਾਂ ਡਾਕਟਰਸ ਦਾ ਤੇ ਉਹਨਾਂ ਨਰਸਾਂ ਦਾ ਜਿਹੜੇ ਉਹਨਾਂ ਨਾਲ ਡੀਲ ਕਰ ਰਹੇ ਆ ਉਹ ਤਾਂ ਜਿੰਦੇ ਆ ਨਾ ਇਨਸਾਨ ਜਿਹੜੇ ਉਹਨਾਂ ਨੂੰ ਦੇਖ ਰਹੇ ਹੈਗੇ ਤੇ ਅਸੀਂ ਮਰੇ ਦੇ ਲਾਗੇ ਵੀ ਨਹੀਂ ਜਾਂਦੇ ਬਿਲਕੁਲ ਨਾਲੇ ਉਹ ਕਹਿੰਦੇ ਆ ਉਹ ਗਵਰਨਮੈਂਟ ਆ ਕੰਟਰੋਲ ਕਰਦੀ ਆ ਤੁਹਾਨੂੰ ਅੰਦਰ ਰੱਖਦੀ ਆ ਵੀ ਤੁਹਾਨੂੰ ਬਚਾਉਂਦੀ ਆ ਵਾਇਰਸ ਤੋਂ ਵੀ ਤੁਹਾਡੇ ਕਰਕੇ ਤੁਹਾਨੂੰ ਨਾ ਹੋ ਜਾਏ ਕਿਸੇ ਹੋਰ ਨੂੰ ਨਾ ਹੋ ਜਾਏ ਫਿਰ ਉਹ ਤੁਹਾਨੂੰ ਹੁਣ ਥੋੜੋ ਦੇਣਗੇ ਵੀ ਤੁਹਾਨੂੰ ਬੋਡੀ ਕੋਲ ਆਣ ਕੇ ਲੈ ਜਾਓ ਚੱਕ ਕੇ ਤੇ ਤੁਹਾਨੂੰ ਵੀ ਹੋ ਜਾਵੇ ਤਾਂ ਤੁਹਾਨੂੰ ਇੰਨਾ ਕੰਟਰੋਲ ਕਰਦੇ ਆ ਉਹ ਕਹਿੰਦੇ ਆ ਵੀ ਅਸੀਂ ਸੈਨੇਟਾਈਜ਼ ਕਰਦੇ ਆ ਬੋਡੀ ਰੈਪ ਕਰਕੇ ਅਸੀਂ ਦਿੰਦੇ ਤੁਹਾਨੂੰ 1% ਵੀ ਕੋਈ ਪ੍ਰੋਬਲਮ ਲੋਕ ਫਿਰ ਵੀ ਡਰੀ ਜਾਂਦੇ ਆ ਕਿੰਨਾ ਕਿੰਨਾ ਚਿਹਰੋ ਵਿਚਾਰਿਆਂ ਨੂੰ ਜਿਹੜੇ ਪਿੰਡ 'ਚ ਸਿੰਘ ਸਾਹਿਬ ਸੀਗੇ ਉਹਨਾਂ ਨੂੰ ਵਿਚਾਰਿਆਂ ਨੂੰ ਉੱਥੇ ਜਦੋਂ ਸੰਸਕਾਰ ਕਰਨਾ ਸੀਗਾ ਤਾਂ ਪਿੰਡ ਦੇ ਲੋਕਾਂ ਨੇ ਇਕੱਠ ਕਰਕੇ ਆ ਕਹਿੰਦੇ ਸੀ ਸੰਸਕਾਰ ਨਹੀਂ ਕਰਨ ਦੇਣਾ ਇੱਥੇ ਹੁਣ ਵੀ ਜਿਹੜਾ ਜਲੰਧਰ ਦੇ ਵਿੱਚ ਸੀ ਉਹ ਕਹਿੰਦੇ ਜਿੱਦਾਂ ਤੁਸੀਂ ਹਜੂਰੀ ਰਾਗੀ ਭਾਈ ਸਾਹਿਬ ਹੋਣਾ ਦੀ ਜਿੱਦਾਂ ਤੁਸੀਂ ਉਹਨਾਂ ਦਾ ਦਾਹ ਸੰਸਕਾਰ ਕੀਤਾ ਇਦਾਂ ਹੀ ਤੁਸੀਂ ਇਹਨਾਂ ਦਾ ਪਿੰਡੋਂ ਬਾਹਰ ਲਿਜਾ ਕੇ ਖੇਤਾਂ 'ਚ ਕਰ ਦਿਓ ਸਾਰੇ ਸਾਡੇ ਪਿੰਡ ਦੇ ਸਿਵਿਆਂ 'ਚ ਨਹੀਂ ਤੁਸੀਂ ਕਰ ਸਕਦੇ ਸਾਡੇ ਇੱਥੇ ਏਰੀਏ ਦੇ ਵਿੱਚ ਨਹੀਂ ਤੁਸੀਂ ਕਰ ਸਕਦੇ ਅਨਪੜ੍ਹ ਤਾਂ ਹੀ ਕਹਿ ਸਕਦੇ ਹਾਂ ਇਹ ਗੱਲ ਨੂੰ ਅਨਪੜ੍ਹ ਤਾਂ ਉਹ ਤਾਂ ਕੁਛ ਨਹੀਂ ਹੈਗਾ ਇੰਨਾ ਇੰਨੇ ਵੀ ਮੂਰਖ ਨਹੀਂ ਲੋਕ ਹੋ ਸਕਦੇ ਜਿੰਨੇ ਪੰਜਾਬ ਦੇ ਵਿੱਚ ਆਹ ਮੂਰਖਤਾ ਤਾਂ ਜਿਹੜੀ ਹੈਗੀ ਆ ਜਿਹੜੇ ਅੱਜ ਤੋਂ ਨਵੰਬਰ ਦੇ ਅਕਤੂਬਰ ਦੇ ਗਏ ਹੋਏ ਨੇ ਲੋਕ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਬਾਹਰ ਲਿਖ ਲਿਖ ਲਾਈ ਜਾਂਦੇ ਨੇ ਵੀ ਕਰੋਨਾ ਵਾਇਰਸ ਵਾਲੇ ਘਰ ਆਏ ਤੇ ਇੱਥੇ ਅੰਦਰ ਵਾਇਰਸ ਵਾਲੇ ਰਹਿੰਦੇ ਆ ਲੋਕ ਸਮਝ ਹੀ ਨਹੀਂ ਆਉਂਦੀ ਕਿ ਜਦੋਂ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਦੁਨੀਆਂ 'ਚ ਪਤਾ ਵੀ ਨਹੀਂ ਸੀ ਕਰੋਨਾ ਵਾਇਰਸ ਕੀ ਹੁੰਦੇ ਉਦੋਂ ਦੇ ਲੋਕ ਗਏ ਨੇ ਉਹ ਤਾਂ ਉਹਨਾਂ ਵਰਗੇ ਹੀ ਆ ਜੇ ਹੁਣ ਆਪਾਂ ਇੱਥੇ ਆਇਆਂ ਨੂੰ ਕਹੀਏ ਵੀ ਜਿਹੜੇ ਇੱਥੇ ਆਏ ਹੋਏ ਨੇ ਵਿਜ਼ਟਰ ਆਏ ਹੋਏ ਨੇ ਇੰਡੀਆ ਤੋਂ ਜੇ ਉਹਨਾਂ ਨੂੰ ਕਹੀਏ ਵੀ ਇਹ ਵਾਇਰਸ ਵਾਲੇ ਲਈ ਬੈਠੇ ਨੇ ਆਏ ਤਾਂ ਉਹ ਵੀ ਉਸੇ ਰਾਹਾਂ ਵਿੱਚ ਦੀ ਨੇ ਜਿਹੜੇ ਰਾਹਾਂ ਵਿੱਚ ਦੀ NRI ਇੱਥੋਂ ਗਏ ਨੇ ਕਮਾਲ ਦੀ ਗੱਲ ਇੱਥੇ ਤਾਂ ਕੋਈ ਕਹਿੰਦਾ ਨਹੀਂਗਾ ਉੱਥੇ ਸਾਡੇ ਨਾਲ ਸੁਖਵੀਰ ਸਿੰਘ ਕਹਿ ਰਹੇ ਨੇ ਕਹਿੰਦੇ ਕਿ ਰਫਤਾਰ ਜੀ ਇਕੱਲੇ ਦਵਾਈਆਂ ਤੇ ਸਬਜ਼ੀਆਂ ਦੀ ਲੋੜ ਨਹੀਂ ਪਿੰਡਾਂ ਵਾਲਿਆਂ ਨੂੰ ਐਮਰਜੈਂਸੀ 'ਚ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਸਮੇਂ ਦੇ ਅਨੁਸਾਰ ਪੈਂਦੀ ਰਹਿੰਦੀ ਹੈ ਤੇ ਪੌਲ ਗਿੱਲ ਕਹਿ ਰਹੇ ਕਿ ਵਾਤਾਵਰਣ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ ਚਿੜੀਆਂ ਵਾਪਸ ਆ ਗਈਆਂ ਬਿਲਕੁਲ ਆਪਾਂ ਉਹਨਾਂ ਦੀ ਗੱਲ ਆਪਾਂ ਕਰਦੇ ਸੀਗੇ ਵੀ ਦਵਾਈਆਂ ਤੇ ਜਿਹੜੇ ਉਹਨਾਂ ਨੇ ਗੱਲ ਕੀਤੀ ਆਪਾਂ ਕਹਿੰਦੇ ਵੀ ਜਿਹੜੇ ਜਿੰਨਾਂ ਚੀਜ਼ਾਂ ਦੀ ਲੋੜ ਆ ਪਿੰਡ ਦੇ ਵਿੱਚ ਆਪਾਂ ਤਾਂ ਇੱਕ ਜਸਟ ਉਦਾਹਰਨ 2 ਚੀਜ਼ਾਂ ਦੀ ਦਿੱਤੀ ਆ ਕਈ ਚੀਜ਼ਾਂ ਦੀ ਪਿੰਡ ਦੇ ਵਿੱਚ ਲੋੜ ਹੁੰਦੀ ਹੈ ਵੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਨਾ ਕਿ ਪਿੰਡਿਆਂ ਨੂੰ ਇਜਾਜ਼ਤ ਦੀ ਹੁਣ ਜੇ ਕਹੇ ਵੀ ਪਿੰਡ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਇੱਕ ਜਣੇ ਨੂੰ ਇਜਾਜ਼ਤ ਦੇ ਵੀ ਤੂੰ ਜਾ ਕੇ ਜਾ ਸਕਦਾ ਵੀ 5 ਮੈਂਬਰ ਨੇ ਘਰ ਦੇ ਵੀ ਇੱਕ ਜਣਾ ਜਾ ਸਕਦਾ ਉਹਦੇ 'ਚੋਂ ਜੇ ਪਿੰਡ ਦੇ ਵਿੱਚ 100 ਘਰ ਵੀ ਹੋਏ ਤਾਂ 100 ਬੰਦੇ ਨੂੰ ਹੋ ਗਿਆ ਕਿੱਥੇ 4-5 ਨਾਲ ਸਰ ਜਾਣਾ ਉਹ ਵੀ ਘਰ 'ਚ ਸੇਫ ਬੈਠੇ ਆ ਬੱਚੇ ਵੀ ਘਰ 'ਚ ਸੇਫ ਆ ਤੇ ਜਿਹੜੇ ਉਹ ਆ ਆਪਣੇ ਸਬਜ਼ੀ ਵਾਲੇ ਆਉਂਦੇ ਆ ਜਾਂ ਮੈਡੀਕਲ ਵਾਲੇ ਆਉਂਦੇ ਆ ਜੋ ਵੀ ਆਉਂਦੇ ਆ ਸੋ ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੋਊਗੀ ਜਿਹੜੇ 3-4-5 ਤੱਕ ਆਪਾਂ ਕਹਿ ਸਕਦੇ
ਵਿੰਦਰ ਜਿਹੜਾ ਦਾਨ ਵੀ ਅਸੀਂ ਕਰ ਰਹੇ ਹਾਂ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਵੀ ਕੋਈ ਲੋੜ ਨੀ ਹੈ ਉੱਥੇ ਐਡੀ ਕੋਈ ਪਈ ਅਸੀਂ ਮੈਂ ਰੋਜ਼ ਇੰਡੀਆ ਫੋਨ ਕਰਦਾ ਰਹਿੰਦਾ ਯਾਰ ਦੋਸਤ ਆਪਣੇ ਹੈਗੇ ਆ ਪਰਿਵਾਰ ਵਾਲੇ ਸਾਰੇ ਹੈਗੇ ਆ ਉਹਦੇ ਹਿਸਾਬ ਨਾਲ ਹੀ ਤੁਸੀਂ ਰਾਸ਼ਨ ਪਾਣੀ ਵੰਡੋ ਕਈ ਖਬਰ ਏਦਾਂ ਦੀਆਂ ਵੀ ਲੋਕੀ ਵੇਚੀ ਜਾਂਦੇ ਲੈ ਕੇ ਬਿਲਕੁਲ ਜਲੇਬੀਆਂ ਆਪਣਾ ਆਪਣਾ ਪਿੰਡ ਚ ਦੇਈ ਜਾਂਦੇ ਲੋਕ ਜਲੇਬੀਆਂ ਜੀ ਜੀ ਹਾਂਜੀ ਸੈਮ ਜੀ ਤੁਹਾਡੀ ਸੈਮ ਜੀ ਸਾਨੂੰ ਆਵਾਜ਼ ਆਉਣੀ ਜਿਹੜੀ ਬੰਦ ਹੋ ਗਈ ਸੀ ਮਾਫੀ ਚਾਹੁੰਦੇ ਹਾਂ ਤੁਸੀਂ ਸਾਨੂੰ ਮੁੜ ਤੋਂ ਕਾਲ ਕਰ ਸਕਦੇ ਹੋ ਰਫਤਾਰ ਜੀ ਕਿਹੜੇ ਪਿੰਡ ਚ ਜਲੇਬੀਆਂ ਸਾਡੇ ਪਿੰਡ ਚ ਜੀ ਤੁਹਾਡੇ ਮੈਨੂੰ ਤੁਹਾਡੇ ਪਿੰਡ ਚ ਹਮੇਸ਼ਾ ਕੋਈ ਪੁੱਠਾ ਹੀ ਕੰਮ ਕਿਉਂ ਹੁੰਦਾ ਕੱਬਾ ਸਵਾ ਚੱਕੀ ਫਿਰਦੇ ਨੇ ਸਾਡੇ ਪਿੰਡ ਦੇ ਲੋਕ ਸਾਰੇ ਜਲੇਬੀਆਂ ਵੀ ਘਰ ਘਰ ਦੇ ਕੇ ਆਉਂਦੇ ਜਾ ਕੇ ਕਿਹੜੀ ਖੁਸ਼ੀ ਦੇ ਵਿੱਚ ਪਤਾ ਹੀ ਨਹੀਂ ਹਜੇ ਮੇਰੀ ਗੱਲ ਨਹੀਂ ਹੋਈ ਤੇ ਜਿਹੜਾ ਵੈਲਫੇਅਰ ਕਲੱਬ ਉਹਨਾਂ ਨੇ ਬਣਾਇਆ ਹੋਇਆ ਉਹਦੇ ਵਿੱਚ ਮੈਂ ਪੋਸਟ ਦੇਖੀ ਸੀ ਅੱਜ ਜਲੇਬੀਆਂ ਕੱਢ ਰਹੇ ਨੇ ਤਿੰਨ ਚਾਰ ਜਣੇ ਗਰਮੋ ਗਰਮੀ ਹੋਏ ਪਏ ਨੇ ਢੇਰ ਲਈ ਬੈਠੇ ਨੇ ਟੋਕਰ ਤੁਹਾਡੇ ਪਿੰਡੋਂ ਹੀ ਤਾਂ ਨਹੀਂ ਕਾਲ ਆਈ ਦੇਖ ਲੈਂਦੇ ਹਾਂ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਜਲੇਬੀਆਂ ਕਿਹਨੂੰ ਮਾੜੀਆਂ ਲੱਗਦੀਆਂ ਨਾਲੇ ਫ੍ਰੀ ਚ ਆਉਂਦੀਆਂ ਹੁਣ ਜੀ ਤੇ ਕੀ ਕਹੋਗੇ ਜੀ ਤੁਸੀਂ ਸਾਨੂੰ ਜੀ ਬਿਲਕੁਲ ਓਹਨੂੰ ਕਰੋਨਾ ਨੀ ਲੱਗਾ ਸੋਨੇ ਤੇ ਨੀ ਕਰੋਨਾ ਲੱਗਦਾ ਲੋਹੇ ਦੇ ਕੜੇ ਨੂੰ ਲੱਗਦਾ ਥੈਂਕ ਯੂ ਜੀ ਤੁਹਾਡਾ ਸਾਨੂੰ ਥੈਂਕ ਯੂ ਜੀ ਕਾਲ ਕਰਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਤੇ ਹਾਂਜੀ ਵਿਜੇਂਦਰ ਮੈਂ ਦੁਬਾਰਾ ਸਰਵੀਤ ਬੋਲਦਾ ਸੈਮ ਟੰਗ ਮੈਂ ਕਹਿੰਦਾ ਵੀ ਜਿੱਦਾਂ ਵੀ ਜਿਹੜੇ ਟਰੱਕ ਲੈਣ ਵਾਲੇ ਬੰਦੇ ਆ ਜਿਹੜੇ ਡਰਾਈਵਰ ਆ ਉਹਨਾਂ ਦਾ ਹੌਸਲਾ ਵੀ ਵਧਾਈ ਕਰੋ ਜੀ ਦੇਖੋ ਬਿਲਕੁਲ ਜੀ ਔਰ ਜ਼ਰੂਰ ਅਸੀਂ ਉਹਨਾਂ ਲਈ ਵੀ ਉਪਰਾਲਾ ਕੀਤਾ ਮਾਸਕ ਬਣਾ ਰਹੇ ਹਾਂ ਜੀ ਸਾਡੀਆਂ ਬੀਬੀਆਂ ਧੜਾ ਧੜ ਲੱਗੀਆਂ ਹੋਈਆਂ ਦਿਨ ਰਾਤ ਸੇਵਾ ਕਰਨ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਰਫਤਾਰ ਜੀ ਔਰ ਤੁਸੀਂ ਜਲੇਬੀਆਂ ਦੀ ਗੱਲ ਕੀਤੀ ਸੀ ਤੇ ਮੈਂ ਪੰਡਿਤਾਂ ਦੀ ਗੱਲ ਕੀਤੀ ਉਹਨਾਂ ਨੇ ਕਹਿੰਦਾ ਪੰਡਿਤ ਤਾਂ ਸਾਰੇ ਭਾਗ ਕੇ ਖਾਡਾ ਵਿੱਚ ਵੜ ਗਏ ਉਹ ਨਹੀਂ ਉਹ ਨਿਕਲਣਗੇ ਉਹ ਤਾਂ ਬਾਅਦ 'ਚ ਹੀ ਦੇਖਾਂਗੇ ਉਹਨਾਂ ਨੂੰ ਬਾਅਦ 'ਚ ਸਾਡੇ ਨਾਲ ਕਾਲਰ ਨੇ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਥੋੜਾ ਪ੍ਰੋਗਰਾਮ ਸੁਣਦਾ ਹੁੰਦਾ ਵਾਂ ਤੇ ਮੈਨੂੰ ਵਧੀਆ ਲੱਗਦਾ ਥੈਂਕ ਯੂ ਜੀ ਤੇ ਮੈਂ ਗੱਲ ਕਰਨੀ ਸੀ ਵੀ ਆਪਣੇ ਨਾ ਯਾਨੀ ਪੰਜਾਬੀਆਂ ਦੇ ਵਿੱਚ ਕਲਚਰ ਚੱਲ ਪਿਆ ਫੋਟੋ ਕਲਚਰ ਕਿਸੇ ਚੀਜ਼ 'ਚ ਆਪਾਂ ਫੋਟੋਆਂ ਬਹੁਤ ਪਾਉਂਦੇ ਹਾਂ ਨਾ ਜੀ ਤੇ ਉਹ 'ਚ ਆਪਾਂ ਯਾਨੀ ਜੇ ਨਾ ਕਰੀਏ ਉਹ ਕੰਮ ਯਾਨੀ ਚੰਗਾ ਵਾ ਕੋਈ ਕਈ ਬੰਦੇ ਆ 10 ਤੇ ਰੋਟੀਆਂ ਦੇ ਕੇ ਬੰਦੇ ਦੀ ਫੋਟੋ ਪਾ ਦਿੰਦੇ ਆ ਇਹ ਕੰਮ ਗਲਤ ਆ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਹੁਣ ਮੈਂ ਇੱਕ ਗੱਲ ਕਰਨੀ ਸੀ ਕਿਉਂਕਿ ਮੈਂ ਸਾਡਾ ਪ੍ਰੋਫੈਸ਼ਨ ਰਿਹਾ ਵਾ ਟੀਚਿੰਗ ਲਾਈਨ ਦੇ ਵਿੱਚ ਪਹਿਲਾਂ ਉੱਥੇ ਇੰਡੀਆ 'ਚ ਤੇ ਅਸੀਂ ਨਾ ਦੇਖਦੇ ਹਾਂ ਹੁਣ ਕਿਸੇ ਦਾ ਉਹਦੇ ਉਹ ਚੀਜ਼ ਦੀ ਧਿਆਨ ਹੀ ਹੈ ਨੀ ਉਸ ਵਿੱਚ ਹਨਾ ਕਿਤੇ ਨਾ ਕਿਤੇ ਅਸੀਂ ਲਾਕਡਾਊਨ ਖੁੱਲਣਾ ਵਾ ਬੱਚੇ ਜਿਹੜੇ ਸਰਕਾਰੀ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੇ ਵਾਪਸ ਜਾਣਾ ਉੱਥੇ ਹਨਾ ਸਰਕਾਰੀ ਸਕੂਲਾਂ 'ਚ ਤਾਂ ਵਾਸ਼ਰੂਮ ਹੈ ਨੀ ਜੇ ਤੁਸੀਂ ਸੈਨੇਟਾਈਜ਼ ਕਿਵੇਂ ਕਰੋਗੇ ਬਿਲਕੁਲ ਜੀ ਸਹੀ ਕਿਹਾ ਹੂੰ ਲੋਕੀ ਹੁਣ ਉੱਥੇ ਸਭ ਨੂੰ ਲੰਗਰ ਦਾ ਖਵਾਈ ਜਾਂਦੇ ਆ ਕਿਸੇ ਮੈਂ ਇੰਨੇ ਸਾਲ ਅਸੀਂ ਪੜ੍ਹਾਇਆ ਜੀ ਕੋਈ ਸਰਕਾਰੀ ਸਕੂਲਾਂ 'ਚ ਕਈ ਪਿੰਡਾਂ 'ਚ ਲੋਕੀ ਪੁੱਛਣ ਨੀ ਆਉਂਦੇ ਵੀ ਤੁਸੀਂ ਆਪਦੇ ਨਿਆਣਿਆਂ ਨੂੰ ਤੁਸੀਂ ਕੁਛ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ
ਬਿਲਕੁਲ ਜੀ, ਬਹੁਤ ਵਧੀਆ ਤੁਹਾਡੀ ਸਲਾਹ ਹੈ, ਜਰੂਰ ਇਹਦੇ ਤੇ ਅਸੀਂ ਡਿਸਕਸ ਕਰਦੇ ਹਾਂ। ਥੈਂਕ ਯੂ ਜੀ। ਮੈਂ ਤੁਹਾਨੂੰ ਗੱਲ ਕਹਿਣੀ ਸੀ ਜੀ, ਜੇ ਤੁਸੀਂ ਜਿਵੇਂ ਇੱਥੋਂ ਜਿਵੇਂ ਆਪਾਂ ਸਰੀ ਸਕੂਲ ਬੋਰਡ ਆ, ਵੈਂਕੂਵਰ ਸਕੂਲ ਬੋਰਡ ਆ, ਜੇ ਤੁਸੀਂ ਇਹਨਾਂ ਦਾ ਕੋਈ ਜਿਵੇਂ ਰਿਪ੍ਰੈਜੈਂਟੇਟਿਵ ਲਿਆ ਕੇ, ਜਿਵੇਂ ਅਸੀਂ ਜੇ ਦਾਨ ਦੂਨ ਕਰਨਾ ਚਾਹੀਏ ਸਕੂਲ ਚ, ਅਸੀਂ ਕਿਵੇਂ ਕਰ ਸਕਦੇ ਹਾਂ, ਕੀ ਕਰ ਸਕਦੇ ਹਾਂ? ਬਿਲਕੁਲ ਜੀ, ਜ਼ਰੂਰ ਜੀ, ਅਸੀਂ ਕੋਸ਼ਿਸ਼ ਕਰਾਂਗੇ, ਕਿਸੇ ਨੂੰ ਜ਼ਰੂਰ ਲੈ ਕੇ ਆਵਾਂਗੇ, ਸਕੂਲ ਟਰੱਸਟੀ ਨੂੰ, ਉਹਨਾਂ ਦੇ ਕੋਲੋਂ ਇਨਫੋਰਮੇਸ਼ਨ ਲਵਾਂਗੇ। ਥੈਂਕ ਯੂ, ਤੁਸੀਂ ਸਮਾਂ ਕੱਢਿਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਾਂ ਜਿਵੇਂ ਇੱਥੇ ਲੰਗਰ ਕਹਿੰਦੇ ਆ ਵੀ ਦਿੰਦੇ ਆ, ਇੱਥੇ ਸਾਰੇ ਬੜੇ ਆਰਾਮ ਨਾਲ ਖਾਂਦੇ ਆ। ਇੰਡੀਆ ਦੇ ਮੈਂ ਕੱਲ ਫੇਸਬੁੱਕ ਤੇ ਦੇਖਿਆ ਤੇ ਬਰਨਾਲੇ ਦੇ ਸੀ, ਕਹਿੰਦੇ ਲੰਗਰ ਦੀ ਰੋਟੀ ਅੱਧੀ ਕੱਚੀ ਆ, ਅੱਧੀ ਪੱਕੀ ਆ। ਲੋਕੀ ਪਤਾ ਨੀ ਕੌਣ ਉਹਨਾਂ ਨੂੰ ਪੰਜ ਪੰਜ ਦਰਜਨਾਂ ਆਂਡਿਆਂ ਦੇ ਦੇ ਕੇ ਗਏ। ਅਸੀਂ ਰੋਜ਼ ਆਂਡੇ ਖਾਂਦੇ ਆ, ਅੱਗੇ ਵੀ ਲੋਕਡਾਊਨ ਹੋਣ ਤੋਂ ਪਹਿਲਾਂ, ਹੁਣ ਵੀ ਸਾਨੂੰ ਆਂਡਿਆਂ ਦੀ ਰੋਟੀ ਲੰਘਦੀ ਆ। ਅੱਜ ਕੱਲ ਉੱਥੇ ਲੋਕਾਂ ਦੇ ਹਾਲ ਹੋਏ ਹੋਏ ਆ ਜੀ। ਬਿਲਕੁਲ ਜੀ, ਸਹੀ ਕਿਹਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਔਰ ਸਾਡੇ ਨਾਲ ਕਾਲਰ ਨੇ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਰਫਤਾਰ, ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ, ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਕਿ ਸਕੂਲ ਟਰੱਸਟੀ ਨੂੰ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਕਿਸੇ ਸਕੂਲ ਟਰੱਸਟੀ ਨੂੰ ਲੈ ਕੇ ਆਵਾਂਗੇ ਤਾਂ ਕਿ ਤੁਸੀਂ ਆਪਣੇ ਸਵਾਲ ਜਵਾਬ ਉਹਨਾਂ ਤੱਕ ਕਰ ਸਕੋ। ਔਰ ਇੱਥੇ ਵੀ ਬਹੁਤ ਸਾਰੇ ਸਕੂਲ ਆ ਜਿੱਥੇ ਬਹੁਤ ਕਹਿ ਲਓ ਕਿ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਆ। ਜ਼ਰੂਰੀ ਨਹੀਂ ਜੀ ਅਸੀਂ ਕੈਨੇਡਾ ਵਰਗੇ ਮੁਲਕਾਂ ਵਿੱਚ ਹਾਂ ਅਤੇ ਅਸੀਂ ਪਤਾ ਨਹੀਂ ਕਿਹੜੀ ਦੁਨੀਆ 'ਤੇ ਰਹਿੰਦੇ ਹਾਂ, ਇੱਥੇ ਵੀ ਬਹੁਤ ਕਮੀਆਂ ਖਾਮੀਆਂ ਸਿਸਟਮ 'ਚ ਹੁੰਦੀਆਂ ਆ, ਪਰ ਇੱਥੇ ਲੋਕ ਆਪਣੀ ਜਦੋਂ ਆਵਾਜ਼ ਚੁੱਕਦੇ ਆ, ਲੋਕ ਜਦੋਂ ਇਹਨਾਂ ਮੁੱਦਿਆਂ ਨੂੰ ਚੁੱਕਦੇ ਆ ਨਾ, ਅਤੇ ਉਹਨਾਂ 'ਤੇ ਐਕਸ਼ਨ ਲਿਆ ਜਾਂਦਾ ਆ, ਲੋਕ ਆਪਣੇ ਹੱਕਾਂ ਲਈ ਖੜ ਜਾਂਦੇ ਆ। ਅਤੇ ਜਦੋਂ ਅਸੀਂ ਆਪਣੀ ਧਰਤੀ ਦੀ ਗੱਲ ਕਰਦੇ ਹਾਂ, ਆਪਣੇ ਪੰਜਾਬ ਦੀ ਗੱਲ ਕਰਦੇ, ਜਿੱਥੋਂ ਅਸੀਂ ਆਏ ਹਾਂ, ਉੱਥੇ ਜੇ ਅਸੀਂ ਆਪਣੇ ਹੱਕ ਲਈ ਗੱਲ ਕਰੀਏ ਤਾਂ ਸਾਡੇ ਡਾਂਗਾਂ ਪੈਂਦੀਆਂ। ਬਿਲਕੁਲ। ਸੋ ਸਾਡੇ ਸਾਹਮਣੇ ਹੀ ਆ, ਸਾਡੇ ਨਾਲ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਾਲ ਗਿੱਲ ਜੀ, ਅੱਜ ਕੱਲ੍ਹ ਹੱਥ ਬੜੇ ਜੋੜੀ ਬੈਠੇ ਨੇ, ਹੱਥ ਖੋਲਦੇ ਨੀ ਤੇ ਕਿਤੇ ਨੰਗਾ ਤੋਂ ਡਰ ਕੇ ਨਹੀਂ ਹੱਥ ਜੋੜੀ ਖੜੇ ਜੀ। ਮੈਨੂੰ ਲੱਗਦਾ ਤੁਸੀਂ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਵਧੀਆ ਜੀ ਕਵਿਤਾ ਰਫਤਾਰ ਤੇ ਲਿਖਿਓ। ਹਾਂ ਲੈ ਸੁਣ ਲਓ ਫਿਰ ਜੀ। ਹਾਂ ਜੀ, ਸਤਾਲ ਗਿੱਲ ਜੀ ਹੱਥ ਜੋੜ ਕੇ, ਸਤਾਲ ਗਿੱਲ ਜੀ ਹੱਥ ਜੋੜ ਕੇ, ਪੁਲਿਸਕੇ ਵੀ ਦੂਰੋਂ ਫਤਿਹ ਬੁਲਾਉਂਦੇ ਨੇ। ਹੱਥ ਮਿਲਾਇਆ ਡਾਕਟਰ ਬੜੇ ਸਤਾਉਂਦੇ, ਲੰਮਾ ਪਾਉਂਦੇ ਨੇ। ਜੇ ਹੱਥ ਮਿਲਾਓ ਤਾਂ ਡਾਕਟਰ ਬੜੇ ਸਤਾਉਂਦੇ, ਲੰਮਾ ਪਾਉਂਦੇ ਨੇ। ਪਹਿਲਾਂ ਜੋ ਕਸਾਈਆਂ ਦਾ ਕੰਮ ਕਰਦੇ ਸੀ, ਅੱਜ ਕੱਲ ਖੁਦ ਨੂੰ ਦੇਵਤਾ ਖਵਾਉਂਦੇ ਨੇ, ਗੁਰਦਾ ਕੱਢ ਕੇ ਵੇਚ ਦਿੰਦੇ ਸੀ ਤੇ ਥੱਕਦੇ ਨੀ ਸੀ ਜੀ ਜੀ ਕਹਿੰਦੇ, ਜਿਹੜੇ ਵੱਡੇ ਬੰਦੇ ਨੂੰ ਤੇ ਆਮ ਲੋਕਾਂ ਦੇ ਨਾਕੇ ਉੱਤੇ ਡੰਡਾ ਖੂਬ ਰਾਉਂਦੇ ਨੇ। ਅੱਜ ਕੱਲ ਟੀਵੀ ਮਾਇਕ ਵੀ ਚੰਗਾ ਲੱਗਦਾ ਨੀ, ਭਾਵੇਂ ਨੇਤਾ ਹੁਣ ਤਾਂ ਭਾਸ਼ਣ ਝਾੜ ਕੇ ਫਿਰ ਵੀ ਲੁੱਤ ਪਠਾਉਂਦੇ ਨੇ। ਜਿਨ੍ਹਾਂ ਨੂੰ ਹੰਕਾਰ ਸੀ ਆਪਣੀ ਤਾਕਤ ਤੇ, ਕਰੋਨਾ ਕੀੜੇ ਕੋਲੋਂ ਕੰਡ ਲਵਾਉਂਦੇ ਨੇ। ਕਿਆ ਬਾਤ ਹੈ ਜੀ। ਪਵਨ ਗੁਰੂ ਪਾਣੀ ਪਿਤਾ ਧਰਤ ਨੂੰ ਮਾਤਾ ਮੰਨਦੇ ਸੀ, ਪਵਨ ਗੁਰੂ ਪਾਣੀ ਪਿਤਾ ਧਰਤ ਨੂੰ ਮਾਤਾ ਮੰਨਦੇ, ਤਿੰਨਾਂ ਕੋਲੋਂ ਹੁਣ ਕੰਨੀ ਕਤਰਾਉਂਦੇ ਨੇ। ਲੇਖਕ ਦੀ ਮਿਹਨਤ ਨੂੰ ਉਹ ਕੀ ਜਾਣਨਗੇ, ਪੜ੍ਹ ਕੇ ਥੋੜੇ ਚਿਰ ਨੂੰ ਭੁੱਲ ਭੁਲਾਉਂਦੇ ਨੇ। ਹੱਡ ਬੀਤੀਆਂ ਛੱਡ ਕੇ ਸੁਣ ਲੈ ਨੇਤਾ ਦੀ, ਮੋਦੀ ਟਰੰਪ ਟਰੂਡੋ ਕੀ ਫਰਮਾਉਂਦੇ ਨੇ। ਥੋੜੇ ਜਿਹੇ ਰਿਪੋਰਟਰ ਰਫਤਾਰ ਗਿੱਲ ਵਰਗੇ, ਥੋੜੇ ਜਿਹੇ ਰਿਪੋਰਟਰ ਬੁੱਧੂ ਬਖਸ਼ੇ ਚੋਂ, ਟੀਵੀ ਚ ਬੈਠੇ ਇਹਨੂੰ ਬੁੱਧੂ ਬਖਸ਼ਾ ਕਹਿੰਦੇ ਅਸੀਂ, ਨਹੀਂ ਅਸੀਂ ਰੇਡੀਓ ਦੇ ਲਾਗੇ ਬੈਠੇ ਆ ਜੀ। ਬਖਸ਼ੇ ਜੋ ਨੇਤਾ ਤੇ ਸਰਕਾਰ ਦੇ ਪਰਛੇ ਲਾਉਂਦੇ ਨੇ, ਪਹਿਲਾਂ ਜਿਹੜੇ ਘਰ ਦੇ ਪੂਜਾ ਕਰਦੇ ਸੀ, ਅੱਜ ਕੱਲ ਅੰਤਮ ਸੰਸਕਾਰ ਕਰਨ ਨੂੰ ਕਤਰਾਉਂਦੇ ਨੇ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। SS ਦੀਪ ਜੀ, ਤੁਸੀਂ ਸਾਨੂੰ ਕਾਲ ਕਰ ਰਹੇ ਹੋ, ਤੁਹਾਡੀ ਆਵਾਜ਼ ਨਹੀਂ ਜੀ ਆ ਰਹੀ। ਰਫਤਾਰ ਜੀ ਸਾਨੂੰ ਲਿਖਿਆ ਹੈਗਾ ਜੀ, ਮੈਂ ਪੜ੍ਹਨਾ ਚਾਹੁੰਦੀ, ਕਰਮ ਸੰਧੂ ਕਹਿੰਦੇ ਆ, ਬਾਈ ਜੀ ਪਿੰਡਾਂ ਵਿੱਚ ਜੋ ਨਾਕੇ ਲੱਗੇ ਨੇ ਉਹ ਬਹੁਤ ਗਲਤ ਆ। ਜਦੋਂ ਕਿਸੇ ਨੂੰ ਰੋਕ ਕੇ ਪੁੱਛਦੇ ਆ, ਆਪਾਂ ਨੂੰ ਕੀ ਪਤਾ ਉਸ ਇਨਸਾਨ ਨੂੰ ਕਰੋਨਾ ਵੀ ਹੋ ਸਕਦਾ। ਜਦੋਂ ਨਾਕੇ ਵਾਲੇ ਵੀਰ ਆਪਣੇ ਘਰ ਜਾਣਗੇ ਤਾਂ ਪਰਿਵਾਰ ਨੂੰ ਬਿਮਾਰੀ ਲੱਗ ਸਕਦੀ ਹੈ, ਇਸ ਲਈ ਨਾਕੇ ਚੁੱਕ ਦੇਣੇ ਚਾਹੀਦੇ ਆ। ਰਾਜਵਿੰਦਰ ਧਾਲੀਵਾਲ ਜੀ ਕਹਿੰਦੇ ਆ ਕਿ ਜਿਹੜੀਆਂ ਗੱਲਾਂ ਪੰਜਾਬ ਦਾ ਮੀਡੀਆ ਕਰਦਾ ਹੈ ਕਿ ਕਰੋਨਾ ਬਾਹਰਲੇ ਲੈ ਕੇ ਆਏ ਨੇ ਕੈਨੇਡਾ ਤੋਂ ਜਾਂ ਹੋਰਾਂ ਤੋਂ, ਜਿਹੜਾ ਡੱਲਾ ਪੰਜਾਬ ਤੋਂ ਨਿਊਜ਼ ਕਰਦਾ ਉਹ ਹਮੇਸ਼ਾ ਇਹ ਗੱਲ ਬਹੁਤ ਕਰਦਾ। ਮੈਂ ਉਸਦਾ ਫੋਨ ਨੰਬਰ ਲੱਭ ਰਿਹਾ ਹੈ, ਜੇ ਕਿਸੇ ਨੂੰ ਉਹਨਾਂ ਦਾ ਨੰਬਰ ਪਤਾ ਤਾਂ ਜ਼ਰੂਰ ਲਿਖੋ ਜੀ ਇੱਥੇ ਥੱਲੇ। ਸੋ ਰਫਤਾਰ ਜੀ ਤੁਹਾਡੇ 'ਤੇ ਤਾਂ ਕਵਿਤਾਵਾਂ ਬਣਨ ਲੱਗ ਪਈਆਂ, ਤੁਹਾਡੀ ਤਾਂ ਪੱਤਰਕਾਰੀ ਨੂੰ ਸਲਾਮ ਹੈ ਜੀ। ਲੱਖਾਂ ਨੇ ਗਿੱਲ ਗਿੱਲ ਹੀ ਹੁੰਦੇ ਆ, ਇੱਦਾਂ ਨਹੀਂ। ਕਿਆ ਬਾਤ ਆ। ਸੋ ਕੀ ਕਹਿਣਾ ਚਾਹੋਗੇ? ਵੈਸੇ ਅੱਜ ਅਸੀਂ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦੇ ਸੀ ਥੋੜ੍ਹੀਆਂ ਜਿਹੀਆਂ ਰਹਿ ਗਈਆਂ, ਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬ੍ਰੇਕ ਦਾ ਟਾਈਮ ਹੋਇਆ ਜੀ ਹਜੇ? ਨਹੀਂ, ਬ੍ਰੇਕ ਦਾ ਟਾਈਮ ਨਹੀਂ ਹੋਇਆ, ਆਪਾਂ ਮੇਰੇ ਖਿਆਲ 'ਚ ਚੱਲਦੇ ਹੀ ਹਾਂ।
ਕਿ ਬ੍ਰੇਕ ਲੈ ਲਈਏ ਬ੍ਰੇਕ ਲੈ ਲਈ ਹਜੇ ਕਿੱਥੇ ਹੁਣ ਤਾਂ ਕਰੋ ਰੈਪ ਅਪ ਸ਼ੁਰੂਆਤ ਕਰੋ ਰੈਪ ਅਪ ਜੀ ਸੋ ਬ੍ਰੇਕ ਦਾ ਟਾਈਮ ਲੈ ਲੈਣੇ ਜੀ ਬ੍ਰੇਕ ਜਿੱਥੇ ਤੁਸੀਂ ਬੈਠੇ ਹੋ ਚੱਲ ਮਾੜੇ ਜਿਹਾ ਗੇੜਾ ਗੂੜਾ ਵੀ ਕੱਢ ਸਕਦੇ ਚਾਹ ਦਾ ਘੁੱਟ ਭਰ ਲਓ ਰੋਟੀ ਜੇ ਖਾਣੀ ਹੈ ਤਾਂ ਪਰੌਂਠੇ ਟੇਬਲ 'ਤੇ ਲਿਆ ਕੇ ਰੱਖ ਲਓ ਅਸੀਂ ਹੁਣੇ ਗਏ ਅਤੇ ਹੁਣੇ ਆਏ ਠੀਕ ਹੈ ਜੀ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਤੁਹਾਡੇ ਆਪਣੇ ਸਾਂਝਾ ਟੀ ਵੀ 'ਤੇ ਗੱਲਾਂ ਖਰੀਆਂ ਖਰੀਆਂ ਵਿੱਚ ਸਾਡਾ ਸਾਥ ਤੁਹਾਡੇ ਨਾਲ ਹਰ ਮੰਗਲਵਾਰ ਹੁੰਦਾ ਆ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੀਆਂ ਕਾਲਸ ਲੈ ਸਕੀਏ ਔਰ ਬਹੁਤ ਸਾਰੀਆਂ ਕਾਲਸ ਜਿਹੜੀਆਂ ਬ੍ਰੇਕ ਦੇ ਦੌਰਾਨ ਸਾਨੂੰ ਆਉਂਦੀਆਂ ਨੇ ਮਾਫ਼ੀ ਚਾਹੁੰਦੇ ਹਾਂ ਕਿ ਅਸੀਂ ਬ੍ਰੇਕ ਦੇ ਦੌਰਾਨ ਨਹੀਂ ਲੈ ਸਕਦੇ ਤੁਹਾਡੀਆਂ ਕਾਲਸ ਪਰ ਸਾਨੂੰ ਤੁਸੀਂ ਸ਼ੋਅ ਦੇ ਵਿੱਚ ਮੁੜ ਤੋਂ ਕਾਲਸ ਕਰ ਸਕਦੇ ਹੋ ਸੋ ਰਫਤਾਰ ਜੀ ਥੈਂਕ ਯੂ ਤੁਸੀਂ ਥੋੜ੍ਹੀਆਂ ਜਿਹੀਆਂ ਡਿਊਟੀਆਂ ਨਿਭਾਉਣ ਲੱਗ ਪਏ ਹੋ ਤੁਸੀਂ ਬ੍ਰੇਕ ਲਈ ਬੋਲਣ ਲੱਗ ਪਏ ਹੋ ਸੋ ਮੈਂ ਚਾਹੂੰਗੀ ਕਿ ਹੌਲੀ ਹੌਲੀ ਪੇਪਰ ਵਰਕ ਵੀ ਤੁਹਾਡੇ ਤੱਕ ਆਉਣਾ ਸ਼ੁਰੂ ਹੋ ਜਾਵੇ ਅਤੇ ਤੁਸੀਂ ਸਪੋਂਸਰਸ ਦਾ ਧੰਨਵਾਦ ਵੀ ਕਰਿਆ ਕਰੋ ਜ਼ਰੂਰ ਜੀ ਪੇਪਰ ਮੇਰੇ ਕੋਲ ਕਾਫੀ ਪਾਇਆ ਕਰ ਕੋਰਾ ਕਾਗਜ਼ ਜਿਹੜਾ ਮੈਂ ਤੁਹਾਨੂੰ ਲਿਆ ਕੇ ਦਊਂਗਾ ਪੇਪਰ ਦੀ ਡਿਊਟੀ ਮੈਂ ਰੱਖ ਲੈਣਾ ਜੀ ਉਹ ਇੱਕ ਵਾਰੀ ਪੇਪਰ ਤੇ ਲਿਖ ਕੇ ਬੋਲਣ ਦੀ ਡਿਊਟੀ ਨਹੀਂ ਲਿਖ ਕੇ ਡਿਊਟੀ ਤੁਹਾਡੀ ਆ ਪੇਪਰ ਮੈਂ ਤੁਹਾਨੂੰ ਲਿਆ ਦਿਆ ਕਰੂੰ ਪੈਨ ਵੀ ਲਿਆ ਦਿਆ ਕਰੂੰਗਾ ਠੀਕ ਹੈ ਜੀ ਸੋ ਇੱਕ ਵਾਰੀ ਫਿਰ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਾਡੇ ਸਾਰੇ ਹੀ ਸਪੋਂਸਰਸ ਦੇਸੀ ਬਾਈਟ ਏਵਨ ਸਪੋਰਟਸ ਗ੍ਰੇਟ ਬਲਾਈਂਡ ਸੁਖੀ ਬਾਟ ਮੋਟਰਸ ਡਾਇਰੈਕਟ ਫਰਨੀਚਰ ਸਬਜ਼ੀ ਮੰਡੀ ਲੱਡੂ ਫੈਕਟਰੀ ਅਤੇ ਮਿਲਸ ਟੀਮ ਦੇ ਹੀਰੋ ਆਟੇ ਦਾ ਜਿਹੜੇ ਸਾਡਾ ਹਮੇਸ਼ਾ ਸਾਥ ਦਿੰਦੇ ਨੇ ਇਸ ਤੋਂ ਇਲਾਵਾ ਖਾਲਸਾ ਲਾਇਬ੍ਰੇਰੀ ਐੱਫ ਵਾਈ ਆਈ ਮੀਡੀਆ ਸਾਂਝਾ ਟੀ ਵੀ ਬੀ ਐੱਨ ਬੀ ਟਰੱਸਟ ਬਿਲ ਸੰਧੂ ਹੈਰੀ ਇਮੀਗ੍ਰੇਸ਼ਨ ਔਰ ਦੇਸੀ ਬਾਈਟ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਸਾਰਿਆਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਔਰ ਜ਼ਰੂਰਤਮੰਦਾਂ ਤੱਕ ਜਿਹੜੀ ਗਰੋਸਰੀ ਪਹੁੰਚਦੀ ਕੀਤੀ ਜਾਂਦੀ ਆ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਵਿਖੇ ਤਿਆਰ ਕੀਤਾ ਲੰਗਰ ਵੀ ਮਿਲਦਾ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਸੀਂ ਡਰਾਈਵ ਥਰੂ ਉੱਥੋਂ ਆਪਣਾ ਲੰਗਰ ਚੁੱਕ ਕੇ ਘਰ ਲਿਜਾ ਕੇ ਆਪਣਾ ਤੁਸੀਂ ਛਕ ਸਕਦੇ ਹੋ ਕਿਉਂਕਿ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਜਿਹੜਾ ਬੰਦ ਕੀਤਾ ਗਿਆ ਆ ਪਰ ਬਿਲਕੁਲ ਪੂਰੀਆਂ ਪ੍ਰੀਕੋਸ਼ਨਸ ਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਆ ਤੁਹਾਨੂੰ ਪੈਕ ਕਰਕੇ ਦਿੱਤਾ ਜਾਂਦਾ ਤੁਸੀਂ ਡਰਾਈਵ ਥਰੂ ਚੁੱਕ ਸਕਦੇ ਹੋ ਆਪਣੀ ਗੱਡੀ 'ਚ ਵੀ ਚੁੱਕ ਸਕਦੇ ਹੋ ਤੁਸੀਂ ਉੱਤਰ ਕੇ ਜਾ ਕੇ ਵੀ ਆਪਣਾ ਉੱਥੋਂ ਲੰਗਰ ਲੈ ਸਕਦੇ ਹੋ ਅਤੇ ਘਰ ਜ਼ਰੂਰਤਮੰਦ ਅਤੇ ਘਰ ਲਿਜਾ ਕੇ ਤੁਸੀਂ ਆਪਣਾ ਲੰਗਰ ਛਕ ਸਕਦੇ ਹੋ ਬਹੁਤ ਕਮਾਲ ਦੀ ਗੱਲ ਕਰੀ ਹੋਈ ਆ ਜਿਹੜਾ ਵੀ ਲੰਗਰ ਤੁਸੀਂ ਡਰਾਈਵ ਥਰੂ ਵੀ ਲੈ ਸਕਦੇ ਹਾਂ ਜਾ ਕੇ ਖੜੋ ਲਾਈਨ ਦੇ ਵਿੱਚ ਜਾ ਕੇ ਆਪਣਾ ਲੰਗਰ ਲਓ ਬਿਲਕੁਲ ਗਰਮ ਗਰਮ ਪੈਕ ਕਰਕੇ ਤੁਹਾਨੂੰ ਦੇਣ ਦੇ ਆਪਣੇ ਘਰ ਆਓ ਆਰਾਮ ਨਾਲ ਬੈਠ ਕੇ ਛਕੋ ਜੀ ਔਰ ਇਸ ਤੋਂ ਇਲਾਵਾ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਵੀ ਤੁਸੀਂ ਜਾਂਦੇ ਹੋ ਮੱਥਾ ਟੇਕਣ ਦੇ ਲਈ ਅਤੇ ਉੱਥੇ ਵੀ ਲੰਗਰ ਤੁਹਾਨੂੰ ਪੈਕ ਕਰਕੇ ਦਿੱਤਾ ਜਾਂਦਾ ਆ ਤੁਸੀਂ ਉੱਥੋਂ ਵੀ ਲੰਗਰ ਲੈ ਸਕਦੇ ਹੋ ਕਿਉਂਕਿ ਇਸ ਕਰੋਨਾ ਵਾਇਰਸ ਦੇ ਕਰਕੇ ਲੰਗਰ ਹਾਲ ਜਿਹੜੇ ਬੰਦ ਕੀਤੇ ਗਏ ਆ ਕੁਛ ਸਮੇਂ ਦੇ ਲਈ ਔਰ ਇਸ ਤੋਂ ਇਲਾਵਾ ਦੇਸੀ ਬਾਈਟਸ ਜਿਹੜੇ ਕਿ ਮੰਡੇ ਟੂ ਫਰਾਈਡੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਤੁਹਾਨੂੰ ਟਿਫਨ ਦਿੱਤਾ ਜਾਂਦਾ ਆ ਸਿਰਫ ਜ਼ਰੂਰਤਮੰਦ ਜਿਹੜੇ ਬਜ਼ੁਰਗ ਨੇ ਸਿੰਗਲ ਮਦਰ ਆ ਇੰਟਰਨੈਸ਼ਨਲ ਸਟੂਡੈਂਟ ਆ ਜ਼ਰੂਰਤਮੰਦ ਆ ਜਿਹੜੇ ਲੋਕ ਇੱਥੇ ਵਿਜ਼ਿਟਰ ਆਏ ਨੇ ਜਾਂ ਉਹ ਇੱਥੇ ਸਟੱਕ ਹੋ ਗਏ ਨੇ ਕੋਈ ਕਾਰਨ ਆ ਉਹਨਾਂ ਦਾ ਅਤੇ ਉਹ ਆਪਣਾ ਜਿਹੜਾ ਉਹਨਾਂ ਦੇ ਲਈ ਮੁਸ਼ਕਲ ਆ ਇਸ ਸਮੇਂ ਦੇ ਵਿੱਚ ਤਾਂ ਉੱਥੋਂ ਜਾ ਕੇ ਖਾਣਾ ਲੈ ਸਕਦੇ ਨੇ ਕੜੀ ਲਾਊਂਚ ਵਾਈਟ ਰੌਕ ਦੇ ਵਿੱਚ ਆ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਵੀ ਫੂਡ ਜਿਹੜਾ ਦਿੰਦੇ ਨੇ ਜ਼ਰੂਰਤਮੰਦਾਂ ਦੇ ਲਈ ਜਿਹਦੇ ਵਿੱਚ ਓਲਡ ਲੋਕ ਜਿਹੜੇ ਆ ਓਲਡਰ ਕਪਲਸ ਆ ਜਾਂ ਸਿੰਗਲ ਮਦਰਸ ਆ ਇੰਟਰਨੈਸ਼ਨਲ ਸਟੂਡੈਂਟ ਆ ਤੁਸੀਂ ਵਾਈਟ ਰੌਕ ਦੇ ਵਿੱਚ ਰਹਿੰਦੇ ਹੋ ਔਰ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਤੁਸੀਂ ਰਹਿੰਦੇ ਹੋ ਅਤੇ ਤੁਸੀਂ ਕੜੀ ਲਾਊਂਚ ਤੋਂ ਆਪਣਾ ਟਿਫਨ ਜਿਹੜਾ ਉੱਥੋਂ ਲੈ ਸਕਦੇ ਹੋ ਇਹਨਾਂ ਦੇ ਕੋਲੋਂ ਇਸ ਤੋਂ ਇਲਾਵਾ ਮਾਸਕ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਲਈ ਹੈਗੀ ਆ FYI ਮੀਡੀਆ ਸਾਂਝਾ ਟੀ ਵੀ ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਕਿ ਛੋਟੇ ਛੋਟੇ ਉਪਰਾਲੇ ਕਰੀਏ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਲੋਕਾਂ ਨੂੰ ਅਵੇਅਰਨੈਸ ਦੇ ਸਕੀਏ ਅਸੀਂ ਉਹਨਾਂ ਤੱਕ ਮਾਸਕ ਪਹੁੰਚਦੇ ਕਰ ਸਕੀਏ ਸੋ ਜਿਹੜੇ ਟਰੱਕਰ ਮੇਰੇ ਵੀਰ USA ਤੋਂ ਕੈਨੇਡਾ ਨੂੰ ਆਉਂਦੇ ਨੇ ਉਹਨਾਂ ਨੂੰ ਮਾਸਕ ਚਾਹੀਦੇ ਆ ਅਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 604-200-0692 'ਤੇ 604-200-0692 'ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜਿੱਥੇ ਵੀ ਟਰੱਕ ਸਟੋਪ 'ਤੇ ਤੁਸੀਂ ਹੋਵੋਗੇ ਅਸੀਂ ਉੱਥੇ ਤੱਕ ਤੁਹਾਡੇ ਲਈ ਜਿਹੜੇ ਮਾਸਕ ਡਿਲੀਵਰ ਵੀ ਕਰ ਸਕਦੇ ਹਾਂ ਜੇ ਤੁਹਾਨੂੰ ਚੱਕਣ ਆਉਣ ਦੇ ਵਿੱਚ ਕੋਈ ਪਰੇਸ਼ਾਨੀ ਹੈ ਜਾਂ ਤੁਸੀਂ ਸਿਟੀ ਦੇ ਵਿੱਚ ਟਰੱਕ ਨਹੀਂ ਲੈ ਕੇ ਆ ਸਕਦੇ ਤੁਹਾਨੂੰ ਪਾਣੀ ਚਾਹੀਦਾ ਆ ਜਾਂ ਤੁਹਾਨੂੰ ਫੂਡ ਚਾਹੀਦਾ ਆ ਤੁਸੀਂ ਖਾਣਾ ਵੀ ਪੈਕ ਕਰਨਾ ਅਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇਸੀ ਬਾਈਟਸ ਜਾਂ ਇਹਨਾਂ ਸੰਸਥਾਵਾਂ ਵੱਲੋਂ ਵੀ ਮਦਦ ਕੀਤੀ ਜਾਂਦੀ ਆ ਸੋ ਸਾਡੇ ਉਪਰਾਲੇ ਹੁੰਦੇ ਆ ਪਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹ ਇਤਰਾਜ਼ ਵੀ ਕਰਦੇ ਆ ਪਰ ਕਈਆਂ ਲੋਕਾਂ ਦੀ ਹੈਬਿਟ ਹੁੰਦੀ ਆ ਕਿ ਦਸਵੰਧ ਜਿਹੜਾ ਉਹ ਕੱਢਦੇ ਵੀ ਆ ਜਾਂ ਸੇਵਾ ਕਰਦੇ ਵੀ ਆ ਕਈ ਲੋਕ ਕਹਿੰਦੇ ਕਿ ਜਿਹੜੀ ਰਫਤਾਰ ਜੀ ਪਿਕਚਰ ਪਾਈ ਜਾਂਦੀ ਆ ਉਹ ਅਵੇਅਰਨੈਸ ਦੇ ਲਈ ਪਾਈ ਜਾਂਦੀ ਆ ਕਿ ਜੇ ਇੱਕ ਫੋਟੋ ਕਲਿੱਕ ਕਰਕੇ ਪਾ ਲਈ ਆ ਤੇ ਉਹਦੇ ਲਈ ਅਵੇਅਰਨੈਸ ਆ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਹ ਸੰਸਥਾ ਆਹ ਕੰਮ ਕਰ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਦਾ ਇੰਨਾ ਜ਼ਿਆਦਾ ਪਸਾਰਾ ਆ TV ਰੇਡੀਓ ਜਾਂ ਹੋਰ ਮੀਡੀਆ ਦੇ ਰਾਹੀਂ ਗੱਲ ਪਿੱਛੋਂ ਪਹੁੰਚਦੀ ਆ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਗੱਲ ਮਿੰਟਾਂ ਸਕਿੰਟਾਂ 'ਚ ਪਹੁੰਚਦੀ ਆ ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇ ਆਪਾਂ ਕਿਸੇ ਨੂੰ ਫੂਡ ਫੜਾਉਂਦੇ ਹਾਂ ਜੇ ਆਪਾਂ ਕੋਈ ਫੂਡ ਆਪਾਂ ਤੋਂ ਫੜਦਾ ਵਾ
तो उदो आप उन्होंने फोटो खिंच के पाने जमा ही रहूँगा, बिल्कुल ही रहूँगा। आप फूड किसी देने जाने आपको भी बाहर बना निकलो, असं तो घर के बहर रख देना, पर जो असं गड्डी जावे सानू एक बार हाथ खड़ा करके हाय कर दो ताकि पता लग जाए भी तुम फूड चक लिया। पर जी आप फूड फड़ा वह रहूँगा, पर जो आप फूड तैयार करते हैं ज कोई मास्क तैयार करते हैं वो फोटो जरूर पानी चाहिए ता कि देख के होरों भी पता लगे भी किदा किदा मास्क बनाने या किदा फूड आप दे सकते हैं किसी के घर। सो कई बार दिल टुटता होंगे, एक बार मैंने एक दिन लास्ट वीक की गल किसी का फोन आया, वो कहें भी मैंने फूड फड़ा के जाओ, उन्होंने जब मैंने एड्रेस दसा मैं जी थोड़ा तो भी गुरुद्वारे के नाल मैं जो उन्होंने फड़ा गया मैं थोड़े नाल गुरु घर भी उतों ले आते जाके, वो कहता ब्रदर साडा ना पैग लग्या हो फूड मंगाया मेरे को, मैं फूड जाके फड़ा के सोच किन्नी गिरी हुई है कि मेरा पैग लगा होया ते छकना मैं गुरु दे घरों लंगर मंगा। हाँ कहिंदा सी दो जने आ सानू अलग अलग दो जगह पैक करके लिया के दो ताकि जदों जे मैं पहले लेके नहीं सी जाना, पर जदों मैं घर गया तुसी दे के नहीं सी आना रफ्तार जी थानू देना नहीं मैंने जदों हाथ च फड़ाता उन्होंने मैं उन्होंने हाथ फूड फड़ाने तो बाद मैं उन्होंने कहा ब्रदर भी तुहाडे दा नाल आ गुरु घर भी तुहाडे 30 बिल्कुल सामने आ 30 सैकंड लगने तुहानू जाण नू, ਉਹ ਬ੍ਰਦਰ ਸਾਡਾ ਨਾ ਪੈਗ ਲੱਗਿਆ ਹੋਇਆ ਦੋਨਾਂ ਜਾਣਿਆਂ ਫਿਰ ਤੁਸੀਂ ਬੈਗ ਫੜ ਲੈਣਾ ਸੀ ਜੇ ਤੁਹਾਡੀ ਜਗ੍ਹਾ ਮੈਂ ਹੁੰਦੀ ਨਾ ਤੇ ਮੈਂ ਲੰਗਰ ਦੀ ਬੇਅਦਬੀ ਨਹੀਂ ਸੀ ਹੋਣੀ ਪਰ ਉਹ ਤੋਂ ਬਾਅਦ ਫਿਰ ਮੈਨੂੰ ਉਹਨਾਂ ਦਾ ਕਈ ਵਾਰੀ ਫੋਨ ਆਇਆ ਮੈਂ ਫੋਨ ਨਹੀਂ ਆਨਸਰ ਕੀਤਾ ਉਹਨਾਂ ਦਾ ਬਿਲਕੁਲ ਵੀ ਮੈਨੂੰ ਫੋਨ ਦਿਓ ਜਦੋਂ ਫੋਨ ਆਊਗਾ ਤਾਂ ਹਾਂਜੀ ਜ਼ਰੂਰ ਸੁਣ ਕੇ ਸੱਚੀ ਗੁੱਸਾ ਸੱਚੀ ਗੁੱਸਾ ਆਉਂਦਾ ਰਫਤਾਰ ਜੀ ਇਹ 'ਚ ਦੰਦੀਆਂ ਕੱਢਣ ਵਾਲੀ ਗੱਲ ਨਹੀਂ ਸੱਚੀ ਗੁੱਸਾ ਆਉਂਦਾ ਇੱਦਾਂ ਦੇ ਲੋਕਾਂ 'ਤੇ ਜਿਹੜੇ ਲੋਕ ਇਸ ਸਮੇਂ ਵਿੱਚ ਵੀ ਨਹੀਂ ਸਮਝਦੇ ਕਿ ਉਹ ਸਮਝਦੇ ਨਹੀਂ ਕਿ ਲੋੜਵੰਦਾਂ ਦੇ ਲਈ ਆ ਸਾਡੇ ਨਾਲ ਕਾਲਰ ਆ ਕਿੱਦਾਂ ਇਜਾਜ਼ਤ ਹੈ ਹਾਂਜੀ ਬਿਲਕੁਲ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਤਾਰ ਭਾਈ ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰਨੀ ਚਾਹੁੰਦਾ ਜਿਹੜੀ ਆਪਣਾ ਪਟਿਆਲੇ ਘਟਨਾ ਹੋ ਗਈ ਜੀ ਬਹੁਤ ਮਾੜੀ ਗੱਲ ਆ ਜੀ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਆ ਇੱਕ ਨਾ ਆਪਣੀ ਪੰਜਾਬੀਆਂ 'ਚ ਆਪਾਂ ਕਹਿ ਸਕਦੇ ਹਾਂ ਇੱਕ ਕੀ ਕਹਿੰਦੇ ਹੁੰਦੇ ਆਪਣੇ ਦਲੇਰ ਦਰਿਆ ਵੀ ਹੈ ਤੇ ਇੱਕ ਭੈੜ ਬਹੁਤ ਆਪਾਂ ਜਜ਼ਬਾਤੀ ਬਹੁਤ ਛੇਤੀ ਹੁੰਦੇ ਆ ਜੀ ਮੈਂ ਮੋਗੇ ਦੀ ਇੱਕ ਵੀਡੀਓ ਦੇਖੀ ਉੱਥੇ ਕੋਈ ਲੰਗਰ ਦੀ ਸੇਵਾ ਕਰ ਰਹੇ ਸੀ ਉਹ ਝੁੱਗੀ ਵਾਲਿਆਂ ਨੂੰ ਲੰਗਰ ਬਣਾਉਣ ਗਏ ਹਨਾ ਜੀ ਤੇ ਉਹ ਜੇ ਉਹ ਪੱਤਰਕਾਰ ਉਹਦੀ ਇੰਟਰਵਿਊ ਲੈ ਰਿਹਾ ਜਿਹਨੂੰ ਲੰਗਰ ਦੇਣ ਗਏ ਸੀ ਉਹ ਕਹਿੰਦੇ ਤੁਸੀਂ ਲੰਗਰ ਕਿਉਂ ਉਹਨਾਂ ਲੰਗਰ ਮੋੜਤਾ ਜੀ ਜੀ ਉਹ ਕਹਿੰਦੇ ਜੀ ਇਹ ਲੰਗਰ ਖਾਣ ਨਾਲ ਸਾਡੇ ਜਵਾਕ ਬਿਮਾਰ ਹੋ ਗਏ ਤੇ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਅੰਦਰ ਉੱਥੇ ਮੁਰਗਾ ਧਰੀ ਬੈਠੇ ਤੇ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਜਿਸ ਜਿਹਨੂੰ ਵੀ ਤੁਸੀਂ ਲੰਗਰ ਦੇਣਾ ਆ ਉਹਨੂੰ ਪਲੀਜ਼ ਥੋੜਾ ਜਿਹਾ ਦੇਖ ਕੇ ਦਿਓ ਤੇ ਇੱਕ ਹੋਰ ਵੀਡੀਓ ਦੇਖੀ ਆ ਉਹ ਲੰਗਰ ਇਕੱਠਾ ਕਰ ਕਰਕੇ ਦੁਕਾਨਾਂ ਦੇ ਵਿੱਚ ਜਾਂਦੇ ਆ ਜੀ ਮੁੜ ਕੇ ਬਿਲਕੁਲ ਜੀ ਤੇ ਇਹੀ ਹੱਥ ਬੰਨ ਕੇ ਬੇਨਤੀ ਆ ਵੀ ਸੇਵਾ ਕਰੋ ਕਰਨੀ ਚਾਹੀਦੀ ਆ ਸਾਡੀ ਕੌਮ ਦੇ ਇਹ ਹਿੱਸੇ ਆਈ ਆ ਸੇਵਾ ਪਰ ਜਿਹਨੂੰ ਜ਼ਰੂਰਤ ਆ ਉਹਨੂੰ ਜੀ ਤੇ ਉਹ ਇੱਕ ਬੰਦੇ ਨੂੰ ਫੋਨ ਕਰਕੇ ਕਹਿੰਦਾ ਸਾਨੂੰ ਪੁੱਛਦੇ ਆ ਵੀ ਅੱਜ ਦਾਲ ਪਾਣੀ ਕੀ ਬਣਾਇਆ ਆ ਦੱਸੋ ਬਿਲਕੁਲ ਜੀ ਔਰ ਮੇਰੇ ਨਾਲ ਵੀ ਹੋ ਚੁੱਕੀ ਹੈ ਮੈਂ ਕਿਸੇ ਦੇ ਘਰ ਡਿਲੀਵਰ ਕਰਨ ਜਾਣਾ ਸੀ ਉਹ ਕਹਿੰਦੇ ਕਿ ਲੰਗਰ ਦੇ ਵਿੱਚ ਅੱਜ ਕੀ ਆ ਦਾਲ ਕਾਹਦੀ ਆ ਮੈਂ ਕਿਹਾ ਜੀ ਮੈਂ ਮੈਨਿਊ ਨਹੀਂ ਦੇਖਿਆ ਸੀ ਪਰ ਮੈਂ ਸੇਵਾ ਦੇ ਲਈ ਹਾਜ਼ਰ ਹਾਂ ਜੇ ਲੰਗਰ ਚਾਹੀਦਾ ਤਾਂ ਮੈਂ ਛੱਡ ਜਾਂਦੀ ਆ ਆਪਾਂ ਤਾਂ ਸੇਵਾ ਕਰਦੇ ਆ ਤੇ ਆਪਣੇ ਜਿਹੜੇ ਬੰਦੇ ਗੁਜਰਾਤ ਚ ਟਰੱਕ ਲੈ ਗਏ ਉਹਨਾਂ ਨੇ ਪਤੰਦਰ ਪਾਣੀ ਦੀਆਂ ਟੂਟੀਆਂ ਵੀ ਬੰਦ ਕਰਤੀਆਂ ਜੀ ਉਹਨਾਂ ਜੀ ਬਿਲਕੁਲ ਜੀ ਤੁਹਾਡੀਆਂ ਗੱਲਾਂ ਬੜੀਆਂ ਵਧੀਆ ਜਿਹੜੀਆਂ ਤੁਸੀਂ ਸਾਡੇ ਨਾਲ ਸ਼ੇਅਰ ਕੀਤੀਆਂ ਸਾਡੀ ਸੋਚ ਕਿਤੇ ਨਾ ਕਿਤੇ ਅਸੀਂ ਸੈਲਫਿਸ਼ ਬਹੁਤ ਹੋ ਗਏ ਕਈ ਲੋਕ ਆਪਣੇ ਆਪ ਦਾ ਹੀ ਸੋਚਦੇ ਆ ਜਿਵੇਂ ਰਫਤਾਰ ਭਾਈ ਨੇ ਗੱਲ ਦੱਸੀ ਆ ਜਿਹੜਾ ਬੰਦਾ ਕਹਿੰਦਾ ਜੀ ਮੈਂ ਲੰਗਰ ਲੈ ਕੇ ਮੇਰਾ ਪੈਗ ਲੱਗਿਆ ਇੱਥੇ ਹੀ ਦੇਖੋ ਲੋਕ ਇੱਥੇ ਵੀ ਨਹੀਂ ਅੜਦੇ ਜੀ ਬਿਲਕੁਲ ਜੀ ਥੈਂਕ ਯੂ ਤੁਹਾਡਾ ਜੀ ਸਾਨੂੰ ਫੋਨ ਕਰਨ ਦੇ ਲਈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰੇ ਦੋ ਕੁਐਸਚਨ ਆਏ ਹਾਂਜੀ ਜੀ ਬਿਲਕੁਲ ਜੀ ਜਿਹੜਾ ਪੈਗ ਲਾ ਲੈਂਦਾ ਉਹਨੇ ਜ਼ਰੂਰਤ ਨਹੀਂ ਰਹਿੰਦੀ ਫੂਡ ਦੀ ਨਹੀਂ ਜ਼ਰੂਰਤ ਤਾਂ ਹੈਗੀ ਆ ਪਰ ਜੀ ਕਿ ਉਹ ਗੁਰਦੁਆਰੇ ਦਾ ਲੰਗਰ ਕਿਸੇ ਨੂੰ ਸੇਵਾਦਾਰ ਨੂੰ ਵਾਲੰਟੀਅਰ ਨੂੰ ਫੋਨ ਕਰਕੇ ਪਹੁੰਚਦਾ ਉਹਦੇ ਘਰੇ ਕਰੋ ਤੇ ਫਿਰ ਜੇ ਉਹ ਲੰਗਰ ਹੀ ਕਿਉਂ ਉਹ ਬਾਹਰੋਂ ਸਕਿੱਪ ਤੋਂ ਵੀ ਆਰਡਰ ਕਰ ਸਕਦਾ ਜੀ ਮੇਰਾ ਤੇ ਜਵਾਬ ਆ ਬਾਕੀ ਤੁਸੀਂ ਕਿੰਨੇ ਸੈਟੀਸਫਾਈ ਆ ਤੁਹਾਡੀ ਆਪਣੀ ਸੋਚ ਆ ਜੀ ਨਹੀਂ ਗੁਰਦੁਆਰੇ ਦਾ ਲੰਗਰ ਬਣਦਾ ਹੁਣ ਇੱਥੇ ਐਡਮਿੰਟਨ ਵਾਲੇ ਜਿੰਨਾ ਰੇਡੀਓ ਵਾਲਿਆਂ ਨੇ ਜਾਂ ਜਿਹੜੇ ਆਹ ਵਲੰਟੀਅਰ ਆ ਜਿੰਨਾ ਟਰੱਕ ਵਾਲਿਆਂ ਦਾ ਜਲੂਸ ਕੱਢਿਆ ਮੇਰੀ ਗੱਲ ਧਿਆਨ ਨਾਲ ਸੁਣਿਓ ਕਿਸੇ ਵੀ ਨਹੀਂ ਕੱਢਿਆ ਸਾਰਿਆਂ ਦੇ ਘਰ ਦੇ ਵਿੱਚ ਜਿੰਨੇ ਟਰੱਕ ਚਲਾਉਂਦੇ ਆ ਇਹਨੂੰ ਇੱਕ ਦੱਸ ਦਿਓ ਜਿਹਨਾਂ ਦੇ ਘਰ ਦੇ ਵਿੱਚ ਸ਼ੇਰ ਆਟਾ ਜਾਂ ਫਲਾਨਾ ਧਮਕਾ ਗੋਲਡ ਫਲਾਨਾ ਆਟਾ ਨਹੀਂ ਗਾ ਘਰਿਓ ਰੋਟੀਆਂ ਲੈ ਕੇ ਜਾਂਦੇ ਆ ਐਵੇਂ ਨਾਮ ਚਮਕਾਉਣ ਦੇ ਲਈ ਤੁਸੀਂ ਲੰਗਰ ਲਾਈ ਜਾਂਦੇ ਆ ਗੁਰਦੁਆਰੇ ਦੱਸੋ ਕਿੰਨੇ ਕਾ ਕਿੱਥੇ ਇੱਥੇ ਐਡਮਿੰਟਨ ਦੇ ਵਿੱਚ 5-6 ਬੰਦਿਆਂ ਨੇ ਵੇਅਰ ਹਾਊਸ ਦੇ ਵਿੱਚ ਲੰਗਰ ਪਕਾ ਕੇ ਪਹਿਲੀ ਗੱਲ ਇਹ ਦੱਸੋ ਤੁਸੀਂ ਮੈਨੂੰ ਵੀ ਗਾਂਹੜੇ ਨੂੰ ਕੀ ਪਤਾ ਵੀ ਉਹ ਗੁਰਦੁਆਰੇ ਚੋਂ ਬਣ ਕੇ ਆ ਪਹਿਲੀ ਗੱਲ ਵੀ ਜਿਹੜਾ ਲੰਗਰ ਕਿਵੇਂ ਉਹਦੇ ਉੱਤੇ ਸਟੈਂਪ ਲੱਗਦੀ ਹੈ ਵੀ ਇਹ ਗੁਰਦੁਆਰੇ ਵਿੱਚ ਬਣਿਆ ਲੰਗਰ ਆ ਜਿਨ੍ਹਾਂ ਨੇ ਜੀ ਜੀ ਤੁਸੀਂ ਬੋਲੋ ਜੀ ਬਿਲਕੁਲ ਅਸੀਂ ਤੁਹਾਨੂੰ ਪਹਿਲਾਂ ਸੁਣਦੇ ਆ ਹਾਂਜੀ ਉਹਦਾ ਹੁਣ ਗਾਂਹੜੇ ਨੂੰ ਕੀ ਪਤਾ ਵੀ ਗੁਰਦੁਆਰੇ ਵਿੱਚ ਬਣਿਆ ਲੰਗਰ ਆ
जे ऊ कद इकट्ठ विच बनिया लंगर नहीं गा कि जेड़ा बंदा पैग लाउंदा वा उन्हें दारू पी के लंगर नहीं छक सकदा अपने मनुखी शरीर दे विच घट जांदा वा। अच्छा जी मैं थानू पहली थोड़ी गल दा जवाब दवां जी, वैसे मैं डिबेट च बहस च पैणा नहीं चाहुंदी पर तुसीं कहा कि जवाब चाहीदे आ ना। देखो जी जदों आपां कह रहे सी वी जिहड़ी लंगर दी सेवा वॉलंटियर कर रहे आपां बार बार टीवी ते वी यही दस रहे हां कि लंगर जिहड़ा दुखनवान गुरद्वारा साहिब तों आ रहा हैगा और उन्होंने उन्हों को साडा फोन इसे लिए गया सी कि उन्होंने पता सी असीं दुखनवान गुरद्वारा साहिब तों चुक के लंगर ड्रॉप करते हैं डिलीवर करते हैं। जदों लंगर शब्द आ जांदा ना उत्थे ओह लंगर कित्थे तैयार होया मेरे वीर ओह नहीं मैटर करदा, जदों लंगर ही आ गया ना गुरु दे लंगर दा नाम आ गया ओह लंगर चाहे किसी ने शरदा दे नाल घर तैयार किया आ चाहे गुरद्वारा साहिब च तैयार किया। लंगर साडे बाबे नानक ने 20 रुपया नाल चालू किया, सानू लंगर दी मर्यादा किसी ने भंग की आ उहदे खिलाफ बोलना साडा हक बनदा है, उहदे गलत नूं गलत कहना चाहीदा। दारू पी ली मेनू नी पता ते मैं आपदे रूम चो आ गया मैं यार मैं भी बहुत भुखा लंगर दी बेअदबी आ। मैं नहीं कहूंगी कि किसी इंसान ने किसी नशे का सेवन किया आ ते ओ लंगर मंगा के खावे जां गुरुद्वारा साहिब जाके लंगर छके डजंट मैटर। मैं तड़फ रहा हां ਤੇ ਮੇਰੀ ਜਾਨ ਨਿਕਲਦੀ ਆ ਤੇ ਮੈਂ ਰੋਟੀ ਖਾਣੀ ਆ ਲੰਗਰ ਖਾਣਾ ਛਕਣਾ ਪ੍ਰਸ਼ਾਦਾ ਛਕਣਾ ਤੁਸੀਂ ਇਹਦੇ ਉੱਤੇ ਕੋਈ ਉਹ ਸਟੈਂਪ ਲੱਗਦੀ ਆ ਵੀ ਇਹ ਲੰਗਰ ਆ ਹੁਣ ਉੱਥੋਂ ਆ ਗਿਆ ਅੰਨ। ਮੈਂ ਤੁਹਾਡੀ ਭੈਣੇ ਨੌਲੇਜ ਵਿੱਚ ਵਾਧਾ ਹੋਇਆ ਕਰਦਾ ਥੋੜਾ ਜਿਹਾ। ਜੀ ਜੀ ਕਰੋ ਜੀ ਜ਼ਰੂਰ ਵੀਰੇ ਜ਼ਰੂਰ ਕਰੋ, ਅਸੀਂ ਤੁਹਾਡੇ ਸੁਣ ਲਈ ਬੈਠੇ ਆ ਜੀ। ਇਹਨੂੰ ਲੰਗਰ ਆਪਾਂ ਕੋਲੇ ਨਹੀਂ ਖੜੇ ਸੀ ਜਦੋਂ ਪੀਆਂ ਦਾ ਉਹ ਪ੍ਰਸ਼ਾਦਾ ਛਕਾਇਆ ਕੋਲੇ ਜੀ ਕੋਈ ਨਾ ਜੀ। ਪਹਿਲੀ ਗੱਲ ਤੁਸੀਂ ਬਾਹਮਣ ਬਾਅਦ ਹੀ ਤੁਸੀਂ ਇਹਨੂੰ ਮੈਂ ਸੋਰੀ ਫਾਦ ਵਰਤਿਆ ਤੁਸੀਂ ਬਾੜਿਆ ਧਰਮਾਂ ਦੇ ਵਿੱਚ ਤੁਸੀਂ ਬੰਦਿਆਂ ਨੇ ਨਾ ਇਹਨਾਂ ਨੂੰ ਇਹੋ ਜਿਹਾ ਕਰਤਾ। ਪਲੀਜ਼ ਇਹਨੂੰ ਨਾ ਆਪਦੇ ਥਾਂ ਦੇ ਉੱਤੇ ਉਹਨੂੰ ਲੰਗਰ ਸਟੈਂਪਾਂ ਲਾਈ ਜਾਂਦੇ ਆ ਧਰਮਾਂ ਦੀਆਂ ਫਲਾਨਿਆਂ ਦੀਆਂ ਧਮਕਿਆਂ ਦੀਆਂ ਉਹ ਨਾ ਪਲੀਜ਼। ਜੇ ਕੋਈ ਹਾਂ ਹੁਣ ਮੇਰਾ ਪੈਗ ਲੱਗਿਆ ਜਾਂ ਮੈਂ ਕੋਈ ਨਸ਼ਾ ਕੀਤਾ ਜਾਂ ਹੁਣ ਟਾਈਮਰ ਫ੍ਰੀ ਦੀ ਗੋਲੀ ਆ ਉਹ ਨਸ਼ਾ ਵਾ ਮੈਨੂੰ ਕਿਸੇ ਡਾਕਟਰ ਨੇ ਲਿਖ ਕੇ ਦਿੱਤੀ ਨਸ਼ਾ ਲੰਗਰ ਸੀ ਉਦੋਂ ਅਸੀਂ ਕਿਹੜਾ ਕੋਲ ਸੀ ਹੈ ਨਾ ਤੁਸੀਂ ਇੱਥੋਂ ਇੱਧਰ ਉੱਧਰ ਨਾ ਜਾਇਓ ਆਪਾਂ ਗੱਲ ਬਹੁਤ ਵਧੀਆ ਜੀ 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 ਬਿਲਕੁਲ ਉੱਧਰ ਨਹੀਂ ਹਾਂ ਉਹ ਨਾ ਤੁਸੀਂ ਕੋਲੇ ਸੀ ਨਾ ਮੈਂ ਕੋਲੇ ਸੀ ਹਾਂ ਵੀਰੇ ਇੱਕ ਮਿੰਟ ਸੁਣੀ ਦੀ ਵੀ ਹੁੰਦੀ ਆ ਜੀ ਆਪਾਂ ਉਹ ਉੱਥੇ ਹੀ ਰਹੀਏ ਜਿੱਥੇ ਆਪਾਂ ਵੀ ਤੁਸੀਂ ਕਹਿੰਦੇ ਨਸ਼ਾ ਕਰਕੇ ਲੰਗਰ ਛਕਣਾ ਬੇਅਦਬੀ ਆ ਇਹਨੂੰ ਆਪਾਂ ਭਟਕਣਾ ਨਹੀਂ ਹੈ ਗੱਲ ਤੋਂ ਤੇ ਹੁਣ ਤੁਸੀਂ ਇੱਥੇ ਆ ਤੇ ਹੁਣ ਟਾਈਮਰ ਫ੍ਰੀ ਦੀ ਗੋਲੀ ਆ ਜਿਹੜਾ ਹੱਡ ਪੈਰ ਦਾ ਹੁੰਦਾ ਤੇ ਉਦੋਂ ਬਾਅਦ ਚੋਂ ਮੈਂ ਲੰਗਰ ਛਕਾਂ ਕਿ ਨਾ ਵੀਰੇ ਮੈਂ ਸ਼ਰਾਬ ਦੀ ਗੱਲ ਕੀਤੀ ਸੀ ਮੈਂ ਟਾਈਨੋਲ 3 ਦੀ ਜਾਂ ਕਿਸੇ ਨਸ਼ਾ ਕਰਕੇ ਤੁਸੀਂ ਨਸ਼ੇ ਦੀ ਟਾਈਨੋਲ 3 ਤਾਂ ਬਹੁਤ ਜਾਣੇ ਖਾਂਦੇ ਆ ਜੀ ਉਹਦੀ ਤਾਂ ਮੈਂ ਗੱਲ ਨਹੀਂ ਮੈਂ ਨਸ਼ੇ ਦੀ ਗੱਲ ਕੀਤੀ 4 ਘੰਟੇ ਦੀ ਗੱਲ ਕਰੀਏ ਤਾਂ ਵੀ ਟਾਈਮ ਥੋੜਾ ਹਕੀਕੀ ਹੱਕ ਹੈ ਹੱਕ ਮਾਰਿਆ ਹਰਾਮ ਤੇ ਉਹ ਵੀ ਨਸ਼ਾ ਵਾ ਨਾ ਨਸ਼ੇ ਦੀ ਗੱਲ ਕੀਤੀ ਆ ਮੈਨੇ ਜੀ ਜੀ ਬਿਲਕੁਲ ਜੀ ਫਰਦਾਂ ਨੂੰ ਯਾਂ ਪਹਿਲਾਂ ਤੋਲ ਲਿਆ ਕਰੋ ਹਾਂਜੀ ਗੋ ਹੈ ਬਿਲਕੁਲ ਜੀ ਤੁਸੀਂ ਕਿਹਾ ਵੀ ਜਦੋਂ 20 ਰੁਪਈਆਂ ਦਾ ਲੰਗਰ ਸੀ ਕੋਈ ਵੀ ਕੋਲ ਨਹੀਂ ਸੀ ਨਹੀਂ ਵੀਰ ਇੱਕ ਮਿੰਟ ਵੀਰ ਜੀ ਤੁੜਾ ਕੇ ਤੁਸੀਂ ਇੱਕ ਮਿੰਟ ਜੀ ਜੇ ਤੁਸੀਂ ਨਵਾਂ ਨਸ਼ੇ ਦੀ ਗੱਲ ਨਾਲੇ ਤਾਂ ਤੁਸੀਂ ਵੀਰ ਜੀ ਗੱਲ ਕਰੀ ਆ ਇਹ ਗੱਲ ਕਰੀ ਆ ਤੇ ਹੁਣ ਤੁਸੀਂ ਉਹ ਗੱਲ ਤੇ ਗੱਲ ਨਹੀਂ ਕਰ ਰਹੇ ਸਾਡੀ ਵੀ ਸੁਣੋ ਨਾ ਅਸੀਂ ਤੁਹਾਨੂੰ ਜੀ ਤੁਸੀਂ ਉੱਧਰ ਆਓ ਨਹੀਂ 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 ਨੋ 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 ਇਹਨਾਂ ਨੇ ਕਿਹਾ ਵੀ ਬੰਦਾ ਤੜਫ ਰਿਹਾ ਖਾਣੇ ਤੋਂ ਬਿਨਾਂ ਤੁਸੀਂ ਵੀਰ ਜੀ ਇਹ ਗੱਲ ਕਹੀ ਆ ਕਿ 20 ਰੁਪਏ ਦੇ ਲੰਗਰ 'ਚ ਕੋਈ ਕੋਲ ਨਹੀਂ ਖੜਾ ਤੁਸੀਂ ਤਾਂ ਸਾਡੇ ਗੁਰੂ ਸਾਹਿਬ ਦੀ ਗੱਲ ਨੂੰ ਝੁਠਲਾ ਦਿੱਤਾ ਜਿਹੜਾ 20 ਰੁਪਏ ਦੇ ਲੰਗਰ ਦੀ ਸ਼ੁਰੂਆਤ ਹੋਈ ਸੀ ਨਹੀਂ ਵੀਰ ਜੀ ਮੈਂ ਤੁਸੀਂ ਇੱਧਰ ਆਓ ਠੀਕ ਹੈ ਜੀ ਤੁਸੀਂ ਆਪਾਂ ਗੱਲ ਕਰਦੇ ਬੋਲੋ ਜੀ ਸੁਣਦੇ ਆ ਬੋਲੋ ਜੀ ਨਸ਼ਾ ਕਰਕੇ ਨਸ਼ਾ ਕਰਕੇ ਲੰਗਰ ਛਕਣਾ ਚਾਹੀਦਾ ਕਿ ਨਹੀਂ ਨਹੀਂ ਚਾਹੀਦਾ ਮੈਂ ਤਾਂ ਆਪਣੀ ਗੱਲ ਤੇ ਕਨਫਰਮ ਆ ਜੀ ਗੋਲੀ ਲਈ ਆ
लिखा नहीं हुंदा सेहत लई हानिकारक पर दारू दे लिखा हुंदा सेहत लई हानिकारक बोतल ते पढ़ लियो जो मर्जी कही बोतल लिखा हुंदा कि नहीं लिखा वीर जी तुसी अपनी गल रैप अप करोगे होर कुछ कहना चाहते हैं जी सुनोगे चार घंटे भी लाइव डिबेट कर लो मैं फिर भी यही कहूंगी कि नशा छक के लंगर खा के लंगर छकना गलत है तो मैं गलत नू गलत ही कहूंगी जी हां जी वधिया गल जी थैंक यू थोड़ा मैं बहुत ज्यादा समा तुसी साडा ले लिया थैंक यू तुसी साडे नाल अपनी जी होना किल्लाना दड़ायो असि जी भज्जण नहीं लगे किते भी वीरे अपना हुण स्टूडियो भी गा ते मैं बड़े प्यार नाल गल करना भाजी कहंदे आ वी फलानी चीज दे उत्ते लिखिया फीम दे उत्ते लिखिया हुंदा वा वीरे असि देखो जे तुसी भाई वीर जी बाली डिबेट चाहुंदे आ ना तुसी खुल्ला टाइम दो ਹੁਣ ਹੋਰ ਵੀ ਬਹੁਤ ਕਾਲਰ ਆ ਜੀ ਤੁਸੀਂ ਇੱਥੇ ਆ ਕੇ ਸ਼ਰੇਆਮ ਗੱਲ ਕਰੋ ਕਿ ਅਸੀਂ ਵੀ ਕਿਸੇ ਸੂਝਵਾਨ ਨੂੰ ਲਿਆ ਕੇ ਬਿਠਾ ਲਾਂਗੇ ਹੋ ਸਕਦਾ ਸ਼ਾਇਦ ਅਸੀਂ ਇੰਨੇ ਕਾਬਿਲ ਨਹੀਂ ਤੁਹਾਡੇ ਜਵਾਬ ਦੇਣ ਦੇ ਲਈ ਫੋਨ ਨਾ ਕੱਟਿਓ ਤੁਹਾਡੇ ਮੀਡੀਆ ਨਾ ਇੱਥੋਂ ਇੱਕ ਫੋਨ ਕੱਟ ਦਿੰਦਾ ਪਲੀਜ਼ ਫੋਨ ਨਾ ਕੱਟਿਓ ਚਲੋ ਵੀਰ ਜੀ ਅਸੀਂ ਤੁਹਾਡਾ ਫੋਨ ਨਹੀਂ ਕੱਟਦੇ ਤੁਸੀਂ ਬੜਾ ਮੇਰੀਆਂ ਅੱਖਾਂ ਖੋਲੀਆਂ ਅੱਜ ਬੜੀਆਂ ਅੱਖਾਂ ਖੋਲੀਆਂ ਤੁਸੀਂ ਮੈਨੂੰ ਦੱਸੋ ਜੀ ਲਿਖਿਆ ਨਹੀਂ ਹੁੰਦਾ ਬੜੀ ਅੱਛੀ ਗੱਲ ਕਰਦੇ ਆ ਜੀ दारू पीता कोई भी नशा फीम खादी आ अपने होश च नहीं तुसी गुरुद्वारा साहब मत्था टेकन जा सकते हैं लंगर छक सकते हैं ओके मेरी गल सुनो जी लंगर ये नहीं गल बई लंगर कित्थे जाके छकते हैं पहली गल ਤੁਸੀਂ ਮੈਨੂੰ ਲੈ ਗਏ ਵੀ ਤੁਸੀਂ ਗੁਰਦੁਆਰੇ ਵਿੱਚ ਮੇਰੀ ਐਂਟਰੀ ਕਰਾ ਦਿੱਤੀ ਅਸੀਂ ਕਿਉਂ ਐਂਟਰੀ ਕਰਾਈਏ ਤੁਸੀਂ ਆਪਣੀ ਸੋਚ ਨਾਲ ਦੱਸੋ ਕਿ ਤੁਸੀਂ ਜਾ ਸਕਦੇ ਅਸੀਂ ਕਿਉਂ ਤੁਹਾਨੂੰ ਕਹੀਏ ਐਂਟਰੀ ਕਰੋ ਮੈਂ ਤੇ ਇਹਦੇ ਖਿਲਾਫ ਹਾਂ ਕਿ ਕੋਈ ਇਨਸਾਨ ਨਸ਼ਾ ਕਰਕੇ ਜਾਵੇ ਗੱਲਾਂ 'ਚ ਐਂਟਰੀ ਕਰਾ ਦਿੱਤੀ ਜਿਹੜੇ ਬਾਈ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਟਾਈਮ ਆਫ ਥ੍ਰੀ ਦੇ स्वागत है ਪਹਿਲਾਂ ਤਾਂ ਭੈਣ ਮੇਰੀ ਮੈਂ ਤੇਰੇ ਪੈਰ ਫੜਦਾ ਵੀ ਜਿਹੜਾ ਤੂੰ ਇੰਨਾ ਟਾਈਮ ਕੱਢਿਆ ਇਸ ਭਰਾ ਦੀ ਗੱਲਬਾਤ ਸੁਣਨ ਵਾਸਤੇ ਜੀ ਥੈਂਕ ਯੂ ਜੀ ਅਸੀਂ ਬੈਠੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਬਾਕੀ ਮੀਡੀਆ ਵਾਂਗੂ ਸਾਨੂੰ ਕਿਹਾ ਜਾਵੇ ਵੀ ਖਰੇ ਅਸੀਂ ਭੱਜਦੇ ਹਾਂ ਜਾਂ ਅਸੀਂ ਜਵਾਬ ਨਹੀਂ ਦਿੰਦੇ ਅਸੀਂ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣ ਦੇ ਵੀਰੇ ਬੈਠੇ ਹਾਂ ਹਮੇਸ਼ਾ ਹੀ ਔਰ ਉਸ ਵੀਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਜੇ ਮੇਰੀ ਆਵਾਜ਼ ਸੁਣਦਾ ਵੀਰ ਮੇਰਾ ਜਿਹੜਾ ਲੰਗਰ ਹੁੰਦਾ ਉਹ ਪੇਟ ਦੀ ਪੂਰਤੀ ਵਾਸਤੇ ਹੁੰਦਾ ਨਾ ਕਿ ਜੀਵ ਦੇ ਸਵਾਦ ਵਾਸਤੇ ਜੀ ਔਰ ਜਦੋਂ ਵੀ ਤੁਸੀਂ ਕਾਲ ਕਰਨੀ ਹੁੰਦੀ ਆ ਉਦੋਂ ਥੋੜਾ ਜਿਹਾ ਇਸ ਗੱਲ ਨੂੰ ਵਾਚ ਕਰਿਆ ਕਰੋ ਵੀ ਅਸੀਂ ਕਿਹੜੀ ਗੱਲ ਕਰਨੀ ਹੈ ਤੇ ਕਿਹੜੀ ਨਹੀਂ ਕਰਦੇ ਜੀ ਜਦੋਂ 750 ਐਮਐਲ ਦੀ ਤੁਸੀਂ ਬੋਤਲ ਲੈਨੇ ਆ ਜਿਵੇਂ ਭਾਜੀ ਨੇ ਕਿਹਾ ਉੱਥੇ ਬਕਾਇਦਾ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਪੰਜਾਬੀ 'ਚ ਵੀ ਇਹ ਸਿਹਤ ਲਈ ਹਾਨੀਕਾਰਕ ਆ ਜੀ ਕੋਈ ਵੀ ਅਸੀਂ ਮੈਡੀਸਨ ਲੈਨੇ ਉੱਤੇ ਕਿਤੇ ਵੀ ਇਹ ਲਿਖਿਆ ਨਹੀਂ ਹੁੰਦਾ ਵੀ ਇਹ ਤੁਹਾਡੀ ਬੋਡੀ ਵਾਸਤੇ ਜਾਂ ਜਿਹੜੀ ਚੀਜ਼ ਵਾਸਤੇ ਬਣੀ ਉਹ ਡਾਕਟਰ ਸਾਨੂੰ ਉਸੇ ਵਾਸਤੇ ਰਿਕਮੈਂਡ ਕਰਦਾ ਜੀ ਬਿਲਕੁਲ ਔਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਮੈਂ ਮਾਫੀ ਚਾਹੁੰਦਾ ਗੱਲ ਥੋੜੀ ਜੀ ਕੌੜੀ ਆ ਕਿਉਂਕਿ ਇਹਨੇ ਲੰਗਰ ਦੀ ਗੱਲ ਕੀਤੀ ਆ ਕਿਉਂਕਿ ਉਹ ਗੱਲ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਜਿਹੜੇ ਇਹਨੇ ਕਹੀ ਭਾਈ ਸਾਹਿਬ ਨੇ ਕਿਹਾ ਵੀ ਤੁਸੀਂ ਉੱਥੇ ਸੀਗੇ ਹੁਣ ਮੈਨੂੰ ਆਪਣੇ ਬਾਪ ਦਾ ਨਹੀਂ ਪਤਾ ਜੀ ਬਿਲਕੁਲ ਜੀ ਮੈਂ ਤੁਹਾਡੀ ਗੱਲ ਨਾਲ ਐਗਰੀ ਮਾਂ ਨੇ ਦੱਸਿਆ ਮੇਰੀ ਮਾਂ ਨੇ ਮੈਨੂੰ ਦੱਸਿਆ ਪੁੱਤ ਤੇਰਾ ਆ ਬਾਪ ਆ
सिर्फ मेनू शक पी वीर जी ने पिग ला के गल की बिलकुल जी हो सकता है और आप कह नहीं सकते पर जो इंसान लंगर चुटला रहा कि असी कोल नहीं सी जदों 20 रुपये का लंगर चलिया सी फिर जे साडी गुरु की होंद ते उहदे शब्दां ते ही नहीं इन्हां नूं यकीन ते असी ते आम इंसान है असी ते कोई इन्ने बुद्धिमान भी है नहीं गे इन्ने समझदार भी है नहीं गे माझे भाई बेनती करना चाहुंदा कि मैं कैलिफोर्निया फ्रिज नूं तो गल करदा मैं कोई विद्वान नहीं कुछ नहीं मैं इक किरती बंदा ट्रक चलाउणा जी ਇਹ ਵੀਰ ਜੀ ਤੁਹਾਡੇ ਮਾਧਿਅਮ ਤੇ ਮੇਰੇ ਨਾਲ 2 ਘੰਟੇ ਲੰਗਰ ਤੇ ਕਿਸੇ ਵੀ ਵਿਸ਼ੇ ਤੇ ਗੱਲ ਕਰਦੇ ਜਿੰਨੀ ਕਿ ਮੇਰੀ ਮਤ ਬੁੱਧ ਹੈ ਜੀ ਮੈਂ ਕੋਈ ਸਕਾਲਰ ਨਹੀਂ ਇੱਕ ਆਮ ਕਿਰਤੀ ਬੰਦਾ ਟਰੱਕ ਚਲਾਉਣ ਵਾਲਾ ਬੰਦਾ ਜੀ ਗੁਰੂ ਦੀ ਮਤ ਅਨੁਸਾਰ ਜਿਹੜੇ ਵੀ ਸਵਾਲ ਕਰਨਗੇ ਇਹ ਸਵਾਲ ਮੈਨੂੰ ਕਰਨ ਮੇਰੀ ਸਵਾਲ ਦਾ ਇਹ ਜਵਾਬ ਦੇ ਇਹ ਨਾ ਕਹਿਣ ਵੀ ਤੁਸੀਂ ਸਾਨੂੰ ਉੱਥੇ ਲੈ ਗਏ ਜਦੋਂ ਇਹ ਸਵਾਲ ਕਰਨਗੇ ਮੈਂ ਜਵਾਬ ਦਊਂਗਾ ਤਾਂ ਫਿਰ ਮੇਰਾ ਸਵਾਲ ਦਾ ਜਵਾਬ ਵੀ ਦੇਣਾ ਪਊਗਾ ਇਹਨਾਂ ਨੂੰ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ ਥੈਂਕ ਯੂ ਜੀ ਤੁਹਾਡਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਿਜਿੰਦਰ ਜੀ ਮੈਂ ਤਾਂ ਇਹਨਾਂ ਕਹਿਣਾ ਚਾਹੂੰਗਾ ਜੀ ਕਿ ਜਦੋਂ ਵੀ ਲੰਗਰ ਤਿਆਰ ਹੁੰਦਾ ਆ ਉੱਥੇ ਅਰਦਾਸ ਕੀਤੀ ਜਾਂਦੀ ਆ ਔਰ ਉਹਨੂੰ ਭੋਗ ਲਾਇਆ ਜਾਂਦਾ ਆ ਬਿਲਕੁਲ ਜੀ ਉਹਦਾ ਮਤ ਵੱਲੋਂ ਪ੍ਰਸ਼ਾਦ ਆ ਤੇ ਜੇ ਤਾਂ ਪ੍ਰਸ਼ਾਦ ਤੁਸੀਂ ਸ਼ਰਾਬ ਪੀ ਕੇ ਛੱਕ ਸਕਦੇ ਆ ਤਾਂ ਫਿਰ ਲੰਗਰ ਵੀ ਛੱਕ ਲਓ ਜੇ ਪ੍ਰਸ਼ਾਦ ਨਹੀਂ ਛੱਕ ਸਕਦੇ ਤਾਂ ਫਿਰ ਲੰਗਰ ਵੀ ਨਹੀਂ ਛੱਕ ਸਕਦੇ ਬਿਲਕੁਲ ਬਿਲਕੁਲ ਸਹੀ ਗੱਲ ਜੀ थैंक यू जी थोड़ा थैंक यू वेरी मच सो बिल्कुल साढ़े ना कॉलर ने स्वागत है जी थोड़ा सांझा टीवी ते सत श्री अकाल जी स्वागत है जी थोड़ा सांझा टीवी ते हैलो सत श्री अकाल जी थोड़ी आवाज़ नहीं जी साढ़े तक पहुँच रही तुसी सानू मुड़ तो कॉल कर सकते हो और बिल्कुल रफ्तार जी कहते होंगे कि थोड़ी गल तो मैं फिर उत्थे वापस आँदी हाँ कि तुसी बिंग बड़ी भैन है थोड़ी मैं थोड़ा ये जरूर कहूँगी कि थानू लंगर वापस लेके आना चाहिए सी उतो देना नहीं सी चाहिए मेरे ने हाथ चो उन्हें फड़ लिया सी ऑलरेडी स्वागत है जी थोड़ा सांझा टीवी ते सत श्री अकाल जी विजेंद्र भैन जी सत श्री अकाल दस्तार जी सत श्री अकाल जी वीर जी पहली गल तो जी कालर गल बोल गया भी तुसी कोले सी बहुत बेहुदी गल है बहुत ही बेहुदी गल है उन्हें बोलनी सी चाहिए दूजे नंबर ते विजेंद्र भैन जी ने कहा ਵੀ ਜੇ ਤੂੰ ਸ਼ਰਾਬ ਲੈ ਕੇ ਪੀ ਸਕਦਾ ਹੈ ਤੇ ਤੂੰ ਲੰਗਰ ਵੀ ਛੱਕ ਸਕਦਾ ਬਿਲਕੁਲ ਜੇ ਤੁਸੀਂ ਸ਼ਕੀਨ ਆ ਸ਼ਰਾਬ ਪੀਣ ਦੇ ਤਾਂ ਤੁਸੀਂ ਸਕਿਪ ਤੋਂ ਆਰਡਰ ਕਰ ਸਕਦੇ ਆ ਫਿਰ ਤੁਸੀਂ ਗੁਰੂ ਦਾ ਲੰਗਰ ਕਿਉਂ ਘਰ ਮੰਗਾ ਕੇ ਖਾਣਾ ਚਾਹੁੰਦੇ ਬਿਲਕੁਲ ਜੀ ਦੂਜੇ ਨੰਬਰ ਤੇ ਜਿਹੜੀ ਆ ਬਾਈ ਜੀ ਨੇ ਗੱਲ ਕਹੀ ਅਸੀਂ ਆਪਣੇ ਉਹ ਬਾਪ ਤੇ ਪੁੱਤਾਂ ਸੀ ਇਹ ਗੱਲ ਕਿਵੇਂ ਘੁਆ ਲਾਂਗੇ ਜਦੋਂ ਉਹ ਕਹਿੰਦਾ ਵੀ ਤੁਸੀਂ ਕਿਹੜਾ ਕੋਲੇ ਸੀਗੇ ਬਿਲਕੁਲ ਜੀ ਬਹੁਤ ਮਾੜੀ ਗੱਲ ਕਹੀ ਹੈ 100% ਉਹ ਬੰਦੇ ਦੀ ਪੀਤੀ ਖਾਤੀ ਹੋ ਸਕਦੀ ਹੈ ਇਹ ਉਹ ਜੇ ਗੱਲ ਕਰੇ ਉਹ ਜੇ ਰੇਡੀਓ ਸਟੇਸ਼ਨ ਤੇ ਜਿੱਥੇ ਇਹ ਜੇ ਇਹ ਵਿਚਾਰਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਸੋ ਇਹ ਜਿਹੜਾ ਲੋਕਾਂ ਦੀ ਲੋਕ ਆਵਾਜ਼ ਤੁਹਾਡਾ ਸਾਂਝਾ ਟੀਵੀ ਹੈ ਇਹ ਜਿਹੇ ਤੇ ਨਹੀਂ ਬੋਲਣਾ ਚਾਹੀਦਾ ਸੋ ਤਾਂਝੋ ਗੁਰਬਾਣੀ 'ਚ ਲਿਖਿਆ ਮੂਰਖ ਨਾ ਲੁੱਝੀਏ ਡੋਂਟ ਆਰਗੂਮੈਂਟ ਵਿਦ ਦ ਫੋਰਸ ਜੀ ਬਿਲਕੁਲ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ जी बिलकुल जे तुसी सानू दस दिंदे उन्हां ने सही केड़ियां कीतियां सी शायद असी कुछ लर्न कर सकदे कुछ सानू नवां सीखण नूं मिलदा पर मैनू लगदा कि किते ना किते असी हर एक गल दे विच धर्म लै आउंदे आ जिवें एक कॉलर ने गल कीती सी कि फोटो खिच के पाउणी आ पर मैं सोचदी हाँ कि जदों किसी फोटो खिच हुंदी आ जां कोई न्यूज़ बणदी आ कि कोई संस्था गुड कम कर रही आ ते उह बहुत सारे लोकां दे तक उह मैसेज चले जांदा आ सो जरूरतमंद तक चीज़ पहुँच जांदी आ सो जे असी अपनी गल करिए ते असी हुण आए दिन असी फूड भी डिलीवर करन जांदे आ असी मास्क भी डिलीवर करन जांदे आ आए दिन असी जांदे आ भैणां साडियां मास्क बना भी रहियां आ पर असी कदी इंडिविजुअल किसी एक बंदे नूं फड़ा के कदी फोटो नहीं खिंची हाँ असी मैसेज दे विच पोस्ट दे विच इह जरूर दसदे आ कि इह तुहानूं चीज़ां मिलनियां कित्थों आ और बीइंग इन अ मीडिया साडी रिस्पोंसिबिलिटी असी अपडेट जिहड़ी देनी देनी हुंदी आ क्योंकि हर टाइम सानूं लोकां नूं अवेयर करना चाहीदा सो साडे नाल कॉलर ने जी
ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਮੈਨੂੰ ਪੁੱਛਿਆ ਸੀ ਕਿ ਉਹਨਾਂ ਨੇ ਸਹੀ ਗੱਲਾਂ ਕਿਹੜੀਆਂ ਕੀਤੀਆਂ ਤੇ ਗਲਤ ਕਿਹੜੀਆਂ ਕੀਤੀਆਂ। ਬਿਲਕੁਲ ਜੀ, ਸਹੀ ਉਹਨਾਂ ਨੇ ਇਹ ਗੱਲ ਕੀਤੀ ਆ ਵੀ ਜਿਹੜਾ ਲੰਗਰ ਹਾਥੀ ਮਰਦਾ ਵਾ ਵੀ ਹਾਂ, ਉਹਨੂੰ ਜੇ ਹੁਣ ਕਿਸੇ ਦਾ ਪੈਗ ਲੱਗਿਆ ਜਾਂ ਦਾਰੂ ਪੀਤੀ ਆ ਜਾਂ ਕੋਈ ਅਫੀਮ ਖਾਧੀ ਆ ਤੇ ਜੇ ਕੋਈ ਮਰਦਾ ਵਾ ਜੇ ਖਾ ਲੂਗਾ ਉਹਦੇ ਵਿੱਚ ਕੀ ਉਹਦੇ 'ਚ ਗਲਤ ਗੱਲ ਆ। दारू पीती है जा फीम खादी है कि वो लंगर छक सकदा है गुरुद्वारे मंगा के। गल हो भैन जी जी, हुण जे दारू पीती है थोड़े लंगर पिया घरे घर दे विच लंगर है नहीं, रोटी पानी दूजे बंदे ने मंगा लिया जिवें तुसीं डिलीवर करन दा तां ਪਹਿਲੀ ਗੱਲ ਤਾਂ ਤੁਸੀਂ ਮਰਿਆਦਾ ਉਵੇਂ ਭੰਗ ਕਰਤੀ ਜਿਹੜਾ ਲੰਗਰ ਹੁੰਦਾ ਪੰਗਤ ਦੇ ਵਿੱਚ ਬਹਿ ਕੇ ਛਕਿਆ ਜਾਂਦਾ ਨਾ ਕਿ ਘਰਾਂ 'ਚ ਡਿਲੀਵਰ ਕੀਤਾ ਜਾਂਦਾ ਜੀ। ਆ ਤੁਸੀਂ ਟਾਂਟਾ ਨਵਾਂ ਹੀ ਖੜਾ ਕਰ ਲਿਆ ਭੈਣੇ। ਠੀਕ ਹੈ ਜੀ, ਥੈਂਕ ਯੂ ਤੁਹਾਡਾ, ਤੁਹਾਡੇ ਵੀ ਵਿਚਾਰ ਬੜੇ ਵਧੀਆ ਸਾਰਿਆਂ ਨੇ ਸੁਣੇ ਆ। ਪਰ ਤੁਹਾਨੂੰ ਵੀਰੇ ਤਰਕ ਬੰਦੇ ਹੀ ਦੇਖਦੇ ਆ, ਮੈਂ ਵੀ ਦੇਖ ਲਿਆ ਜੀ, 500 ਬੰਦਾ ਦੇਖਦਾ ਹੁਣ ਤਾਂ ਢੰਡਰੀਆਂ ਵਾਲੇ ਨੂੰ ਤੇ ਤੁਹਾਡੇ ਤੇ ਤਰ੍ਹਾਂ ਨਾ ਤੁਸੀਂ ਬੈ ਕੇ ਹਨਾ ਗਿੱਲਾ ਵੀ ਪਾਓ ਭੈਣੇ। ਨਹੀਂ ਜੀ, ਥੈਂਕ ਯੂ ਜੀ ਤੁਹਾਡਾ, ਥੈਂਕ ਯੂ ਵੈਰੀ ਮੱਚ ਜੀ। ਨਹੀਂ ਜੀ, ਸਾਨੂੰ ਪਤਾ ਉਹ ਜਿਹੜੀਆਂ ਕਰ ਗਏ ਆ, ਸੋ ਅਸੀਂ ਬਹਿਸ ਨਹੀਂ ਚਾਹੁੰਦੇ। ਵੀਰੇ ਤੁਸੀਂ ਸ਼ਾਇਦ ਇਹ ਜਾਣਦੇ ਹੋ ਕਿ ਸਮਾਂ ਕਿਹੜਾ ਚੱਲ ਰਿਹਾ। ਨਹੀਂ ਜੀ, ਦੇਖੋ ਜੀ, ਸਮਾਂ ਕਿਹੜਾ ਚੱਲ ਰਿਹਾ ਪਹਿਲਾਂ ਤੁਸੀਂ ਇਹ ਦੇਖੋ, ਲੰਗਰ ਹਾਲ ਬੰਦ ਆ ਕਿਉਂ ਬੰਦ ਆ, ਤੁਸੀਂ ਇਸ ਗੱਲ ਦਾ ਜਵਾਬ ਦੇ ਸਕਦੇ ਹੋ? ਬਿਲਕੁਲ ਡਿਲੀਵਰ ਕਰਦੇ ਆ ਜਿਹੜੇ ਲੋੜਵੰਦ ਆ, ਜਿਹੜੇ ਨਹੀਂ ਪਹੁੰਚ ਸਕਦੇ ਜੀ, ਇਹ ਸੇਵਾ ਆ ਜੀ। ਵੀਰੇ ਜੇ ਤਾਂ ਤੁਸੀਂ ਬਹੁਤ ਜ਼ਿਆਦਾ ਲੰਬੀ ਪਿੱਛੇ ਤੱਕ ਲਿਆਓਗੇ ਕਿ ਬਾਬੇ ਨਾਨਕ ਨੇ, ਬਾਬੇ ਨਾਨਕ ਨੇ ਤਾਂ ਸਾਨੂੰ ਬਹੁਤ ਕੁਛ ਕਿਹਾ ਸੀ ਜੀ। ਹੁਣ ਅਸੀਂ ਤਾਂ ਤੁਹਾਡਾ ਵੀ ਨਹੀਂ ਜੀ ਫੋਨ ਕਰ ਰਹੇ। ਠੀਕ ਹੈ ਜੀ, ਥੈਂਕ ਯੂ ਤੁਹਾਡਾ ਵਿਚਾਰ ਦੇਣ ਦੇ ਲਈ, ਧੰਨਵਾਦ ਤੁਹਾਡਾ। ਬਿਲਕੁਲ ਜੀ, ਸਾਡੀ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਬਖਸ਼ ਰਹੇ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਆਪਣੇ ਆਪ ਹੀ ਦੱਸ ਗਏ ਕਿ ਕਿਹੜੇ ਬਾਬੇ ਨੂੰ ਬਿਲੋਂਗ ਕਰਦੇ ਤੇ ਕੀ ਕਹਿੰਦੇ ਆ। ਸੋ ਜੇ ਇਹ ਕਹਿੰਦੇ ਆ ਕਿ ਲੰਗਰ ਪੰਗਤ ਦੇ ਵਿੱਚ ਛਕਣਾ ਬਾਈ, ਇਹਨਾਂ ਨੂੰ ਇਹ ਸੋਚ ਲੈਣ ਕਿ ਅੱਜ ਕੱਲ ਮਾਹੌਲ ਕੀ ਚੱਲ ਰਿਹਾ ਜੀ। ਬਿਲਕੁਲ ਜੀ, ਕਿ ਉਦੋਂ ਗੁਰੂ ਸਾਹਿਬ ਦੇ ਜਦੋਂ ਇਹ ਸ਼ੁਰੂ ਕੀਤਾ ਸੀ ਕਿ ਉਹ ਸਾਰਿਆਂ ਨੂੰ ਉਦੋਂ ਆਹ ਦਿਨ ਹੈਗੇ ਸੀ ਜੀ, ਜਿਹੜਾ ਹੁਣ ਵੀ ਪ੍ਰੋਬਲਮ ਚੱਲ ਰਹੀ ਅੱਜ ਕੱਲ, ਜੇ ਕਿਸੇ ਦੇ ਘਰੇ ਫੂਡ ਚਲੇ ਗਿਆ ਤੁਸੀਂ ਪ੍ਰਚਾਰ ਤੱਕ ਗੁਰਦੁਆਰੇ ਚੋਂ, ਉਹ ਮਾੜਾ ਨੀ ਕੀਤਾ ਕਿਸੇ ਭੁੱਖੇ ਨੂੰ ਮਿਲਿਆ ਜੀ। ਸੈਕਿੰਡਲੀ ਜੇ ਉਹ ਬੰਦਾ, ਮੈਂ ਪੂਰੀ ਮੈਂ ਗੱਲ ਨੀ ਸੁਣੀ ਗਈ, ਕੋਈ ਗੱਲ ਨੀ ਚੱਲ ਰਹੀ ਸੀ ਮੀਟਿੰਗ, ਸ਼ਰਾਬ ਪੀਣ ਦੇ ਪੈਸੇ ਹੈਗੇ, ਸੀਗਲ ਫੂਡ ਖਰੀਦਣ ਦੇ ਪੈਸੇ ਨੀ ਹੈਗੇ, ਉਹ ਤੁਹਾਡਾ ਵੀ ਟਾਈਮ ਵੇਸਟ ਕਰਦਾ, ਦੂਜੇ ਦਾ ਟਾਈਮ ਵੇਸਟ ਕਰਦਾ। ਬਹੁਤ ਵਧੀਆ ਤੁਹਾਡੇ ਵਿਚਾਰ ਆ ਭੈਣ ਜੀ, ਥੈਂਕ ਯੂ ਤੁਸੀਂ ਜੀ। ਫੂਡ ਗਿਆ ਵਾ ਉਹ ਕਿਸੇ ਹੋਰ ਗਰੀਬ ਦੇ ਘਰੇ ਜਾਂਦਾ ਜਿਹਨੂੰ। ਬਿਲਕੁਲ ਗੱਲ ਸਹੀ ਹੈ ਜੀ, ਬਿਲਕੁਲ ਜੀ, ਥੈਂਕ ਯੂ ਭੈਣ ਜੀ ਤੁਹਾਡਾ ਫੋਨ ਕਰਨ ਦੇ ਲਈ ਜੀ। ਜੀ ਹਾਂਜੀ, ਥੈਂਕ ਯੂ। ਜਿਹੜੇ ਕਹਿ ਰਹੇ ਨਾ ਹੁਣ ਇਹਨੂੰ ਆਪ ਹੀ ਸੋਚ ਲੈਂਦੇ ਵੀ ਕਿੱਥੋਂ ਕਿਹੜਾ ਸੇਵਾ ਕੀ ਕਰਦੇ ਵੀ ਕਿੰਨੇ ਕਿੰਨੇ ਦੇ ਕਰਦੇ। ਥੈਂਕ ਜੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਜਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੁਲਵਿੰਦਰ ਗੱਲ ਬੋਲਦੀ ਸੀ ਜੀ। ਕੁਲਵਿੰਦਰ ਜੀ, ਜਿਹੜੀ ਮੇਨ ਮੁੱਦੇ ਵਾਲੀ ਗੱਲ ਆ ਉਹਦੇ ਉਹ ਨੀ ਕਰਨੀ, ਬਸ ਕੋਈ ਇਦਾਂ ਦਾ ਮੌਕਾ ਮਿਲ ਜਾਵੇ ਉਹਨੂੰ ਖਿੱਚਣਾ ਹੁੰਦਾ। ਗੱਲਾਂ ਕੀ ਕਰੀ ਜਾ ਰਹੇ, ਹੋ ਕੀ ਰਿਹਾ? ਹਾਂਜੀ ਜੀ, ਫੋਨ ਕੱਟ ਦਿਆ ਕੋਲ ਰਾਈਟ ਤੇ ਇਦਾਂ ਦੇ ਬੰਦੇ ਨੂੰ। ਥੈਂਕ ਯੂ ਕੁਲਵਿੰਦਰ ਜੀ ਸਾਨੂੰ ਫੋਨ ਕਰਨ ਦੇ ਲਈ, ਥੈਂਕ ਯੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਂ ਟੋਰਾਂਟੋ ਤੋਂ ਕਾਲ ਕਰਦਾ ਭੈਣ ਜੀ। ਜੀ ਵੀਰ ਜੀ। ਹਾਂਜੀ ਸਰ ਭਾਅ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਤੁਹਾਨੂੰ ਵੀ ਸਤਿ ਸ੍ਰੀ ਅਕਾਲ ਵੀਰ ਜੀ। ਤੇ ਤੁਹਾਡੇ ਵਿਚਾਰ ਬਹੁਤ ਵਧੀਆ ਨੇ। ਥੈਂਕ ਯੂ ਜੀ। ਸ਼ਲਾਘਾਯੋਗ ਨੇ, ਬਹੁਤ ਵਧੀਆ ਕੰਮ ਕਰ ਰਹੇ ਹੋ। ਥੈਂਕ ਯੂ ਜੀ। ਤੇ ਬਾਕੀ ਜਿਹੜੀ ਹੈਗੀ ਲੰਗਰ ਦੀ, ਉਹ ਚਲੋ ਗੁਰਦੁਆਰੇ ਸਾਡੇ ਪੰਥ ਨੇ, ਮੈਂ ਵੀ ਇੱਥੇ ਗੁਰਦੁਆਰੇ ਦੀ ਮੈਨੇਜਮੈਂਟ ਦੇ ਵਿੱਚ ਹਾਂ ਜੀ, ਵੀ ਅਸੀਂ ਡਿਲੀਵਰ ਹੀ ਕਰਨੇ ਆ ਜੀ। ਬਿਲਕੁਲ ਜੀ, ਇਹ ਲੋਕਾਂ ਨੂੰ ਪਤਾ ਨਹੀਂ ਕਾਹਦੇ ਤਕਲੀਫ ਆ। ਬਿਲਕੁਲ ਜੀ, ਅਸੀਂ ਉਹ ਕਹਿੰਦੇ ਨਹੀਂ ਹੁੰਦੇ ਵੀ ਆਪ ਨਾ ਜਾਣਾ ਸੋਰੀ ਤੇ ਲੋਕੀ ਮੱਤਾਂ ਦੇ। ਹਾਂਜੀ ਹਾਂਜੀ ਜੀ। ਉਹ ਕਿਉਂ, ਬਹੁਤ ਵਧੀਆ ਸਾਰਾ ਪ੍ਰੋਗਰਾਮ ਤੁਹਾਡਾ, ਬਹੁਤ ਵਧੀਆ ਵਾ, ਮੈਂ ਨੈਟ ਦੇਖਦਾ। ਥੈਂਕ ਯੂ ਜੀ ਤੁਹਾਡਾ। ਜੀ ਇੱਥੇ ਮੈਂ ਬਤਾ ਰਹੇ ਹਾਂ ਜਿੰਨਾ ਕਿ ਹੋ ਸਕਦਾ ਅਸੀਂ ਕਰ ਸਕਦੇ ਜੀ। ਥੈਂਕ ਯੂ ਵੀਰ ਜੀ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਇਹ ਬਹੁਤ ਸ਼ਲਾਘਾਯੋਗ ਹੈ। ਹਾਂਜੀ ਥੈਂਕ ਯੂ ਜੀ। ਜਿੰਨਾਂ ਲੋਕਾਂ ਨੇ ਕੁਝ ਨਹੀਂ ਕਰਨਾ ਹੁੰਦਾ ਉਹ ਤਾਂ ਗੱਲਾਂ ਹੀ ਕਰਨੇ ਜੀ, ਸੋ ਇਹਨਾਂ ਦੀ ਤਾਂ ਕੇਅਰ ਨਹੀਂ ਕਰਨੀ ਚਾਹੀਦੀ। ਬਿਲਕੁਲ ਜੀ, ਅਸੀਂ ਤੇ ਬਸ ਤੁਰੇ ਜਾਂਦੇ ਆਪਣਾ ਕੰਮ ਕਰਦੇ ਜਾਂਦੇ ਆ। ਸਾਨੂੰ ਪਤਾ ਰਾਹਾਂ ਚਰੋੜੇ ਅਟਕਾਉਣ ਵਾਲੇ ਬਹੁਤ ਹੁੰਦੇ ਆ, ਭਟਕਾਉਣ ਵਾਲੇ ਬਹੁਤ ਹੁੰਦੇ, ਪਰ ਕਹਿੰਦੇ ਵਾਹਿਗੁਰੂ ਨੇ ਜਿਹੜੀ ਤੁਹਾਨੂੰ ਸੇਵਾ ਦਿੱਤੀ ਉਹਨੂੰ ਕਰਦੇ ਰਹੋ, ਨਿਸ਼ਕਾਮ ਕਰਦੇ ਰਹੋ। ਹਾਂਜੀ, ਗੋਡ ਬਲੈਸ ਯੂ ਬੋਥ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਕਹਿਣਾ ਚਾਹੁੰਦੀ ਸੀਗੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ, ਸੇਵਾ ਕਰਦੇ ਰਹੋ। ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਲੰਗਰ ਬਾਬੇ ਲੰਕੇ ਲਾਇਆ ਬਾਬੇ, ਸਹੀ ਵੀ ਗੱਲ ਕਰਦੇ ਵੀ ਹੁਣ ਜੇ ਲੰਗਰ ਡਿਲੀਵਰ ਵਾਲੀ ਗੱਲ ਮੈਨੂੰ ਉਹਨਾਂ ਦੀ ਚੰਗੀ ਵੀ ਲੱਗੀ ਆ ਵੀ ਤੁਸੀਂ ਡਿਲੀਵਰ ਕਰਕੇ ਨਾ ਆਈ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਲੰਗਰ ਏਦਾਂ ਓਦਾਂ, ਉਹਨਾਂ ਨੂੰ ਕਿਹਾ ਵੀ ਸਵੇਰੇ ਨਾ ਜਿਹੜੇ ਵੀ ਤੁਹਾਡੇ ਨੇੜੇ ਕੋਈ ਸਕੂਲ ਹੈਗਾ ਉੱਥੇ ਜਾ ਆਇਓ, ਉੱਥੇ ਹਰ ਰੋਜ਼ 20 ਜਵਾਕਾਂ ਨੂੰ ਸਕੂਲ ਮਿਲਦਾ ਵਾ ਰੋਜ਼, ਤੇ ਉਹਨਾਂ ਦੇ ਜਾਨੀ ਉਹਨਾਂ ਨੂੰ ਪਤਾ ਲੱਗ ਜੂ ਵੀ ਲੰਗਰ ਦੀ ਕੀ ਮਹੱਤਤਾ ਹੈਗੀ ਹੈ ਕੀ ਨਹੀਂ ਹੈਗੀ ਹੈ। ਜੀ ਬਿਲਕੁਲ। ਹਾਂਜੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਗੀਰ ਜੀ ਬੋਲਦਾ, ਆਪਣੇ ਬਹਿਸ ਹੋ ਰਹੀ ਸੀ, ਮੈਂ ਇੱਥੇ ਬਾਰੇ ਘਟਨਾ ਸੱਚੀ ਦੱਸਣਾ ਚਾਹੁੰਦਾ, ਇੱਕ ਮੇਰੇ ਨਾਲ ਵਾਪਰੀ ਸੀ ਜੀ। ਗੁੱਗੂ ਗਿੱਲ ਆਪਣੇ ਕਿੰਨਾ ਵਧੀਆ ਇਨਸਾਨ ਆ ਤੇ ਸਾਰੇ ਪੰਜਾਬੀ ਫਿਲਮਾਂ ਦਾ ਐਕਟਰ ਆ ਵਧੀਆ, ਤੇ ਉਹਦੇ ਬਾਰੇ ਐ ਸੀ ਵੀ ਬੜੀ ਮਸ਼ਹੂਰੀ ਸੀ ਸ਼ਰਾਬ ਨੀ ਪੀਂਦਾ ਜੀ। ਪਰ ਮੈਂ ਇੱਕ ਫਿਲਮ ਦੀ ਸ਼ੂਟਿੰਗ 'ਚ ਇਹ ਮੇਜ਼ ਤੇ ਫੀਮ ਰੱਖੀ ਸੀ ਤੇ ਕਾਫੀ ਸਾਰੀ, ਤੇ ਉਹਦਾ ਭਰਾ ਤੇ ਚੜ ਚੜ ਕੇ ਟੈਸਟ ਕਰ ਰਹੇ ਸੀ ਜੀ, ਤੇ ਪੱਤਰਕਾਰ ਤੁਹਾਨੂੰ ਪਤਾ ਫਿਰ ਅੱਖੀ ਵੇਖ ਕੇ ਮੱਖੀ ਤਾਂ ਖਾ ਨੀ ਸਕਦੇ, ਤੇ ਮੈਂ ਲਿਖਣਾ ਵੀ ਜ਼ਰੂਰ ਸੀ ਜੀ, ਮੈਂ ਉਹਦੇ ਕਲੋਜ਼ ਅਪ ਦੇ ਵਿੱਚ ਲਿਖਿਆ ਵੀ ਗੁੱਗੂ ਗਿੱਲ ਸ਼ਰਾਬ ਨੀ ਪੀਂਦਾ ਪਰ ਨਾਗਣੀ ਨੂੰ ਡੰਗ ਮਾਰ ਲੈਂਦਾ, ਤੇ ਉਹਦੀ ਜਿਹੜੀ ਕਟਿੰਗ ਸੀ ਉਹ ਇੱਕ ਨਾਈ ਨੇ ਉਹਦੇ ਸ਼ੀਸ਼ੇ ਦੇ ਅੱਗੇ ਲਾ ਦੀ ਕਟਿੰਗ, ਤੇ ਉੱਥੋਂ ਨਾਈ ਦੇ ਕੋਲੋਂ ਕਟਿੰਗ ਕਰਵਾਉਣਾ ਹੁੰਦਾ ਸੀ ਗੁੱਗੂ ਗਿੱਲ, ਤੇ ਉਸੇ ਸ਼ੀਸ਼ੇ ਦੇ ਅੱਗੇ ਨਾਈ ਨੇ ਬਾਤਾ, ਤੇ ਉਹਨੂੰ ਨਿਗਾਹ ਤਾਂ ਪੈਣੀ ਸੀ, ਨਿਗਾਹ ਪਈ ਤੇ ਉਹ ਪੜ੍ਹਦਾ ਰਿਹਾ, ਤੇ ਉਹ ਉਹਦੇ ਚਿਹਰੇ ਵੱਲ ਵੇਖਦਾ ਰਿਹਾ ਵੀ ਇਹਨੂੰ ਗੁੱਸਾ ਤਾਂ ਨੀ ਆਇਆ, ਤੂੰ ਬੋਲਿਆ ਤੇ ਨੀ, ਬਿਲਕੁਲ ਗੁੱਸਾ ਨੀ ਕੀਤਾ ਉਹਨੇ ਜੀ, ਤੇ ਉੱਠਣ ਲੱਗਿਆ ਕਹਿੰਦਾ ਜੀ ਆ ਤੁਹਾਡਾ ਇੰਟਰਵਿਊ ਲੱਗਿਆ ਪੜ੍ਹ ਲਿਆ, ਕਹਿੰਦਾ ਹਾਂ, ਕਹਿੰਦਾ ਮੈਂ ਲਾ ਦਿਆ ਸ਼ੀਸ਼ੇ ਨਾਲ ਤੁਸੀਂ ਘਰੇ ਲੈ ਜਾਣਾ, ਤੇ ਉਹ ਕਹਿੰਦਾ ਨਹੀਂ ਨਹੀਂ ਲੱਗਾ ਰਹਿਣ ਦੇ ਯਾਰ ਮਸ਼ਹੂਰੀ ਹੁੰਦੀ ਹੈ ਇਹਦੇ ਚ ਜੀ, ਸੱਚੀ ਗੱਲ ਲਿਖੀ ਪੱਤਰਕਾਰ ਨੇ, ਕਹਿੰਦਾ ਕੋਈ ਗਲਤ ਨੀ ਲਿਖਿਆ ਜੀ, ਤੇ ਇਹੋ ਜਿਹੇ ਬੰਦੇ ਦਾ ਜਿੰਨੇ ਬਹਿਸ ਕਰੇ ਇਹੋ ਜਿਹਾ ਬੰਦਾ ਮੈਨੂੰ ਮਿਲਦਾ ਤੇ ਮੈਂ ਲਿਖਦਾ ਵੀ ਸ਼ਰਾਬ ਨੀ ਪੀਂਦਾ ਪਰ ਗੋਲੀਆਂ ਜ਼ਰੂਰ ਖਾਂਦਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਸੋ ਬਿਲਕੁਲ ਰਫਤਾਰ, ਸਮਾਂ ਤਾਂ ਸਾਡਾ ਜਿਹੜਾ ਜਾਣ ਦਾ ਕਾਫੀ ਟਾਈਮ ਪਹਿਲਾਂ ਹੋ ਗਿਆ ਸੀ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਜੇ ਅਸੀਂ ਇਹੋ ਜਿਹੀਆਂ ਕਾਲਸ ਤੋਂ ਰੈਪ ਅਪ ਕਰ ਦੇਈਏ ਜਾਂ ਅਸੀਂ ਕਾਲਸ ਕੱਟ ਦੇਈਏ ਤੇ ਫਿਰ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਕਿ ਸ਼ਾਇਦ ਮੀਡੀਆ ਭੱਜਦਾ ਆ, ਸ਼ਾਇਦ ਇਹਨਾਂ ਕੋਲ ਸਾਡੀਆਂ ਗੱਲਾਂ ਦਾ ਜਵਾਬ ਨਹੀਂ। ਅਸੀਂ ਇੱਥੇ ਬੈਠੇ ਹਾਂ ਜੀ, ਆਇਆਂ ਨੂੰ ਤੁਸੀਂ ਸਾਨੂੰ ਸਵਾਲ ਵੀ ਕਰ ਸਕਦੇ ਹੋ, ਸਾਡੀ ਕੋਈ ਗੱਲ ਨਹੀਂ ਚੰਗੀ ਲੱਗਦੀ ਤੁਸੀਂ ਉਹ ਵੀ ਸਾਨੂੰ ਪੁੱਛ ਸਕਦੇ ਹੋ ਕਿ ਅਸੀਂ ਕਿਉਂ ਕਰ ਰਹੇ ਹਾਂ, ਇਹਦਾ ਕਾਰਨ ਕੀ ਆ। ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਕਿ ਅਸੀਂ ਹਰ ਇੱਕ ਗੱਲ ਨੂੰ ਪਹਿਲਾਂ ਸੋਚ ਕੇ ਕਰੀਏ। ਜਦੋਂ ਗੁਰੂ ਦੇ ਲੰਗਰ ਦੀ ਗੱਲ ਹੁੰਦੀ ਸੀ, ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਬੰਦ ਕੀਤੇ ਗਏ ਆ, ਜਿਹੜੇ ਜ਼ਰੂਰਤਮੰਦ ਆ, ਜਿਹੜੇ ਬਜ਼ੁਰਗ ਆ, ਜਿਹੜੇ ਨਹੀਂ ਆ ਸਕਦੇ ਉਹਨਾਂ ਤੱਕ ਲੰਗਰ ਪਹੁੰਚਦਾ ਕੀਤਾ ਜਾ ਰਿਹਾ, ਜਾਂ ਜਿਹੜੇ ਬੱਚੇ ਆ ਇੰਟਰਨੈਸ਼ਨਲ ਸਟੂਡੈਂਟ ਆ ਉੱਥੋਂ ਜਾ ਕੇ ਲੰਗਰ ਆਪ ਲੈ ਲੈਂਦੇ ਨੇ,
और कई जेडे लोगों तक नहीं पहुँचता उन्हां तक साढ़े वॉलंटियर पहुँचता करते हैं। गुरु का लंगर आ साडे सिंह तो उन्होंने जंगलों च जाके भी उन्होंने लंगर बरताया आ तो फिर असी तो इतने लोड़वंदा तक ही पहुँचता करते हैं। सो लंगर तो किंतु परंतु नहीं सानू करनी चाहिए। साढ़े ना एक लास्ट कॉलर आ जी, जी। स्वागत है जी थोड़ा सांझा टीवी से, सत श्री अकाल जी। क्योंकि फोन उन्होंने जी उन्होंने 7-8 मिनट 10 मिनट ही गल कर ली सी, होर कॉलां भी आ रही सारे की गल सुननी होंगी है। अपने दिमाग नूं पता जी, वह तो अपने दिमाग नूं पता, आपां नूं पता ते दुनियादारी दे विच किहड़ी चीज़ नशा ते किहड़ी चीज़ नशा नहीं हैगी, वह तो आपां नूं पता ही है जी, इन्ने तो आपां कमले है नहीं गे। स्वागत है जी थोड़ा सांझा टीवी ते, सत श्री अकाल जी। हैलो सत श्री अकाल जी, स्वागत है जी थोड़ा सांझा टीवी ते, सत श्री अकाल जी। ਬਾਹਰ ਜਾ ਕੇ ਡੋਨੇਸ਼ਨ ਕਰਦੇ ਹਾਂ, ਸਾਡੀ ਸਟਰੈਂਥ ਹੈ ਜੀ ਅਸੀਂ ਲੋਕਾਂ ਦੇ ਘਰਾਂ 'ਚ ਜਾ ਕੇ ਡਿਲੀਵਰ ਕਰਦੇ ਹਾਂ ਇਸ ਮਾੜੇ ਟਾਈਮ ਦੇ ਵਿੱਚ ਜੀ। ਪਰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਜਿਹਨਾਂ ਨੇ ਫੋਨ ਕੀਤਾ ਸਾਡੇ ਦੋਨਾਂ ਨੂੰ, ਸਾਡੇ ਸਾਰੇ ਨੂੰ ਬਹੁਤ ਐਪਰੀਸ਼ੀਏਸ਼ਨ ਕਿ ਜਿਸ ਤਰੀਕੇ ਨਾਲ ਤੁਸੀਂ ਦੋਨਾਂ ਬੇਸਕੂਫਾਂ ਨੂੰ ਐਡਰੈਸ ਕੀਤਾ ਜੀ। ਥੈਂਕ ਯੂ ਜੀ, ਰੀਅਲੀ ਐਪਰੀਸ਼ੀਏਟ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਮੇਰਾ ਨਾਮ ਕੁਲਵਿੰਦਰ ਹੈ ਭੈਣ ਜੀ। ਮੈਂ ਤੁਹਾਡਾ ਬਹੁਤ ਘੱਟ ਤੋਂ ਪ੍ਰੋਗਰਾਮ ਸੁਣਦੀ ਹਾਂ, ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਥੈਂਕ ਯੂ ਭੈਣ ਜੀ। ਪਰ ਹੁਣ ਇੱਕ ਵੀਰ ਜੀ ਕਹਿ ਕੇ ਗਏ ਆ ਵੀ ਲੰਗਰ ਦੀ ਮਰਿਆਦਾ ਹੈਗੀ ਹੈ, ਤਾਂ ਸਭ ਦੀ ਆਪੋ ਆਪਣੀ ਸੋਚ ਹੈ ਰਾਈਟ ਜੀ। ਪਰ ਜੇ ਹੁਣ ਵੇਖਿਆ ਆਪਾਂ ਜਦੋਂ ਆਪਣੇ ਆਪਾਂ ਨਗਰ ਕੀਰਤਨ ਕਰਾਉਂਦੇ ਹਾਂ, ਕੋਈ ਬੰਦਾ ਉੱਥੇ ਆਪਾਂ ਤੁਰੇ ਫਿਰਦੇ ਹੀ ਖਾਂਦੇ ਹਾਂ, ਕਿਹੜਾ ਬੰਦਾ ਪੰਗਤ 'ਚ ਬਹਿ ਕੇ ਖਾਂਦਾ? ਬਿਲਕੁਲ ਸਹੀ ਕਿਹਾ ਜੀ ਤੁਸੀਂ, ਹਨਾ। ਤੇ ਜੇ ਫਿਰ ਏਦਾਂ ਦਾ ਬੰਦਾ ਹੈਗਾ, ਜਾਂ ਤਾਂ ਫਿਰ ਜਦੋਂ ਆਪਾਂ ਨਗਰ ਕੀਰਤਨ ਤੇ ਕਿਤੇ ਵੀ ਜਾਂਦੇ ਹੈਗੇ ਆ, ਫਿਰ ਆਪਾਂ ਉੱਥੇ ਜੇ ਰੋਡ ਤੇ ਬਹਿ ਕੇ ਖਾਵੇ ਤਾਂ ਆਪਾਂ ਆਖੀਏ ਵੀ ਹਾਂ ਵੀ ਇਹ ਬੰਦਾ ਪੂਰੀ ਪੰਗਤ ਦੇ ਵਿੱਚ ਤੇ ਪੂਰੀ ਮਰਿਆਦਾ ਦੇ ਵਿੱਚ ਪ੍ਰਸ਼ਾਦਾ ਛਕ ਰਿਹਾ ਜੀ। ਉਦੋਂ ਤਾਂ ਕਈਆਂ ਦੇ ਈਵਨ ਇਹ ਹੁੰਦਾ ਵੀ ਲੋਕਾਂ ਦੀ ਪਲੇਟਾਂ ਚ ਪਾਏ ਹੁੰਦੇ ਤੇ ਤੁਰੇ ਜਾਂਦੇ ਹੁੰਦੇ, ਪੈਰਾਂ ਚ ਤਾਂ ਉਦੋਂ ਸ਼ੂ ਵੀ ਪਾਏ ਹੁੰਦੇ, ਫਿਰ ਉਹ ਸ਼ੂ ਵੀ ਲਾ ਦਿਆ ਕਰਨ। ਬਿਲਕੁਲ ਸਹੀ ਕਿਹਾ ਜੀ ਤੁਸੀਂ। ਪਰ ਜਿਹੜਾ ਬੰਦਾ ਇਹ ਉਹੀ ਕਰਦਾ ਭੈਣ ਜੀ, ਜਿਹੜਾ ਆਪ ਨਹੀਂ ਕਰ ਸਕਦਾ, ਦੂਜੇ ਨੂੰ ਕਰਦੇ ਨੂੰ ਵੇਖ ਕੇ ਉਹ ਜਰ ਨਹੀਂ ਸਕਦਾ ਜੀ। ਪਰ ਇਹੀ ਆ, ਪਰ ਇਹੋ ਜਿਹੇ ਬੰਦਿਆਂ ਨੂੰ ਥੋੜਾ ਜਿਹਾ ਬੋਲਣ ਲੱਗਿਆ ਵੀ ਵੇਖਣਾ ਚਾਹੀਦਾ ਤੇ ਵੇਖਣਾ ਚਾਹੀਦਾ ਵੀ ਮੂਹਰਲਾ ਬੰਦਾ ਕੀ ਕਰ ਲੈ, ਜੇ ਚੰਗਾ ਕੰਮ ਕਰ ਰਿਹਾ ਤਾਂ ਉਹਨੂੰ ਚੰਗਾ ਕੰਮ ਕਰਨ ਦਿਓ ਜੀ। ਥੈਂਕ ਯੂ ਭੈਣ ਜੀ ਤੁਹਾਡਾ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਅਮਰੀਕਾ ਤੋਂ ਬੋਲਦਾ ਦੁਬਾਰਾ ਫਿਰ ਅੱਗੇ ਗੱਲ ਕੀਤੀ ਨਹੀਂ ਸੁਣਨਾ। ਹਾਂਜੀ ਵੀਰ ਜੀ, ਦੇਖੋ ਦੇਖੋ ਮੇਰੇ ਭੈਣੇ, ਆਪਾਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਆਪਣਾ ਆਪਣੇ ਆਪ ਨੂੰ ਖੁਸ਼ ਕਰੀਏ, ਇਹੋ ਹੀ ਬਹੁਤ ਵੱਡੀ ਗੱਲ ਆ ਜੀ। ਆਪਣੇ ਮਨ ਨੂੰ ਪਤਾ ਆਪਾਂ ਗਲਤ ਕਰਦੇ ਕਿ ਸਹੀ ਕਰਦੇ ਹਾਂ, ਤੁਹਾਨੂੰ ਪਤਾ ਵੀ ਕਿੰਨੇ ਚੰਗੇ ਕਰਦੇ। ਬਿਲਕੁਲ ਵੀਰ ਜੀ, ਹਾਂਜੀ ਇਹ ਤਾਂ ਲੋਕੀ ਆਪਣੇ ਗੁਰੂ ਨੂੰ ਭੰਡਦੇ ਆ, ਬਿਲਕੁਲ ਲੱਗੀ ਸਾਡੇ ਗੁਰਦੁਆਰੇ ਨੂੰ ਭੰਡਦੇ ਆ, ਇਹਨਾਂ ਦਾ ਕੀ ਕਰਨ, ਕੁਛ ਕਰ ਸਕਦੇ ਆਪਾਂ? ਨਹੀਂ, ਬੈਟਰ ਇਹੋ ਜਿਹਾ ਮੇਰੇ ਭੈਣੇ ਵੀ ਤੁਸੀਂ ਇਹ ਕਹਿੰਦੇ ਨਾ ਇਹ ਮੀਡੀਆ ਫੋਨ ਨਹੀਂ ਕੱਟ ਸਕਦੇ, ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਦੇਖੋ ਤੁਸੀਂ ਸਹੀ ਨੂੰ ਸਹੀ ਕਹਿ ਸਕਦੇ, ਤੁਸੀਂ ਮੀਡੀਆ, ਤੁਹਾਡੇ ਕੋਲ ਪਾਵਰ ਇਹ ਹੈ ਵੀ ਤੁਸੀਂ ਸਾਡੀ ਗੱਲ ਨੂੰ ਸਹੀ ਕਹਿ ਸਕਦੇ ਗਲਤ ਕਹਿ ਸਕਦੇ, ਤੁਹਾਡੇ ਕੋਲ ਪਾਵਰ ਆ ਜੀ। ਤੇ ਤੁਸੀਂ ਇਹ ਨਹੀਂ ਵੀ ਫੋਨ ਨਹੀਂ ਕੱਟ ਸਕਦੇ, ਤੁਸੀਂ ਮੂਰਖ ਨਾਲ ਮੱਥਾ ਮਾਰੀ ਜਾਓਗੇ ਫਿਰ ਜੀ। ਬਿਲਕੁਲ ਸਹੀ ਕਿਹਾ ਤੁਸੀਂ, ਸਿਆਣੇ ਆ, ਪੜ੍ਹੇ ਲਿਖੇ ਆ, ਆਪਾਂ ਇਹੋ ਜਿਹੇ ਮੂਰਖ ਨਾਲ ਮੱਥਾ ਕਰਨ ਦੀ ਕੀ ਲੋੜ ਆ ਜੀ? ਬਿਲਕੁਲ ਜੀ, ਕੋਈ ਲੋੜ ਨਹੀਂ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ। ਇਹਨਾਂ ਦਾ ਕੋਈ ਪਰਿਵਾਰ ਨਹੀਂ, ਇਹਨਾਂ ਦਾ ਕੋਈ ਦੀਨ ਨਹੀਂ, ਕੋਈ ਧਰਮ ਨਹੀਂ, ਇਹਨਾਂ ਕੋਈ ਮਜ੍ਹਬ ਨਹੀਂ, ਇਹਨਾਂ ਦਾ ਕੋਈ ਗੁਰੂ ਨਹੀਂ। ਇਸ ਜਿਸ ਇਨਸਾਨ ਦਾ ਕੋਈ ਗੁਰੂ ਹੀ ਨਹੀਂ ਤੇ ਉਹਦਾ ਕੀ ਕਰ ਲਓਗੇ ਤੁਸੀਂ ਜੀ? ਇੱਕ ਗੱਲ ਹੁਣ, ਇਹ ਦਸਵੇਂ ਪਾਤਸ਼ਾਹ ਜਦੋਂ ਸੀਗੇ ਉਸ ਵੇਲੇ ਉਹਨਾਂ ਦੇ ਮਗਰ ਲੰਗਰ ਲਈ ਫਿਰਦੇ ਸੀ, ਉਹਨਾਂ ਪਰਿਵਾਰ ਭਾਈ ਦਿਆਲਾ ਜੀ ਵਿੱਚੋਂ ਸੀਗੇ ਜੀ। ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ, ਭਾਈ ਤੁਹਾਡੇ ਲੰਗਰ ਨਹੀਂ ਛਕ ਸਕਦੇ ਅਸੀਂ। ਮਹਾਰਾਜ ਕਹਿੰਦੇ ਅਸੀਂ ਤਾਂ ਏਡੇ ਵੱਡੇ ਪਰਿਵਾਰ ਵਿੱਚੋਂ, ਮਹਾਰਾਜ ਤੁਹਾਡੇ ਸੇਵਾਦਾਰ, ਅਸੀਂ ਤਾਂ ਅਸੀਂ ਤੁਹਾਡੇ ਸਾਰੇ ਸੇਵਾਦਾਰ ਪਰਿਵਾਰ ਆ। ਮਹਾਰਾਜ ਕਹਿੰਦੇ ਬਹੁਤ ਚੰਗੀ ਗੱਲ ਆ ਭਾਈ, ਜਿੰਨਾ ਚਿਰ ਤੂੰ ਗੁਰੂ ਵਾਲਾ ਨਹੀਂ ਬਣੂਗਾ, ਰਫਤਾਰ ਕਿਤੇ ਗੁੱਸਾ ਨਾ ਕਰ ਲਈ ਯਾਰ।
ਦੇਖੋ ਉਹ ਮਤਲਬ ਕਹਿੰਦੇ ਜਿੰਨਾ ਚਿਰ ਤੂੰ ਗੁਰੂ ਵਾਲਾ ਨਹੀਂ ਹੈਗਾ ਜੀ ਉਹਨਾਂ ਚਿਰ ਤੇਰਾ ਲੰਗਰ ਅਸੀਂ ਨਹੀਂ ਛਕ ਸਕਦੇ ਭਾਈ ਗੁਰੂ ਵਾਲਾ ਬਣ ਜੀ ਜੇ ਤੁਸੀਂ ਮਰਿਆਦਾ ਚ ਆਓਗੇ ਤਾਂ ਫਿਰ ਤਾਂ ਬਹੁਤ ਕੁਛ ਆ ਜੀ ਬਿਲਕੁਲ ਮੁੱਕਦਾ ਹੀ ਨਹੀਂ ਜੀ ਹਾਂਜੀ ਤੇ ਭਾਈ ਜਿਹੜੀ ਸੇਵਾ ਹੈ ਉਹ ਸੇਵਾ ਇੱਕ ਤੁਸੀਂ ਜਿੱਦਾਂ ਦੀ ਮਰਜ਼ੀ ਕਰ ਸਕਦੇ ਹੋ ਜੀ ਮਰਜ਼ੀ ਕਰੀ ਜਾਓ ਜੀ ਬਿਲਕੁਲ ਥੈਂਕ ਯੂ ਜੀ ਤੁਹਾਡਾ ਜੀ ਇਨਸਾਨ ਦੀ ਸੇਵਾ ਕਰੀ ਜਾਵੇ ਇਨਸਾਨ ਦਾ ਗੁਰੂ ਨੀ ਜਿਸ ਇਨਸਾਨ ਦਾ ਧਰਮ ਹੀ ਕੋਈ ਨੀ ਜਿਸ ਇਨਸਾਨ ਨੇ ਕਿਸੇ ਮੰਦਰ ਗੁਰਦੁਆਰੇ ਨੂੰ ਜੰਤ ਨੂੰ ਮੰਨਣਾ ਹੀ ਨਹੀਂ ਤੇ ਉਹ ਤਾਂ ਦਾਰੂ ਪੀਤੀ ਸਵੇਰੇ ਉਹ ਦਾਰੂ ਪੀਤੇ ਬਿਨਾਂ ਉੱਠ ਹੀ ਨਹੀਂ ਸਕਦਾ ਜੀ ਜੀ ਬਿਲਕੁਲ ਥੈਂਕ ਯੂ ਜੀ ਤੁਹਾਡਾ ਵੀਰ ਜੀ ਸਾਨੂੰ ਫੋਨ ਕਰਨ ਦੇ ਲਈ ਉਹਨਾਂ ਮੂਰਖਾਂ ਦਾ ਮੱਥਾ ਲਾਉਣ ਦੀ ਲੋੜ ਨਹੀਂ ਭਾਈ ਜੀ ਤੁਸੀਂ ਬਹੁਤ ਸਿਆਣੇ ਵਾ ਤੁਹਾਡਾ ਸ਼ੋਅ ਦੇਖਦਾ ਮੈਂ ਗੁਰਦੁਆਰੇ ਤੋਂ ਪਤਾ ਮੈਂ ਕਿਹਦਾ ਸ਼ੋਅ ਨਹੀਂ ਦੇਖਦਾ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਤੁਹਾਡਾ ਸ਼ੋਅ ਦੇਖਦਾ ਜੋ ਕਿ ਮੈਨੂੰ ਘੜੀਆਂ ਕੁਝ ਗੱਲਾਂ ਸਹੀ ਲੱਗਦੀਆਂ ਓਕੇ ਵਾਹਿਗੁਰੂ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਰਫਤਾਰ ਜੀ ਸਾਡਾ ਸਮਾਂ ਹੋ ਗਿਆ ਕਿਉਂਕਿ ਅਸੀਂ ਸ਼ੋਅ ਨੂੰ ਬਾਹਲਾ ਹੋਰ ਖਿੱਚ ਨਹੀਂ ਸਕਦੇ ਬਿਲਕੁਲ ਮੈਂ ਗੱਲ ਕਰਨੀ ਸੀਗੀ ਆ ਬਈ ਜਦੋਂ ਮੈਂ ਸਵੇਰੇ 7 ਵਜੇ ਕੰਮ ਤੇ ਲੱਗ ਜਾਣਾ 6 ਵਜੇ ਮੈਂ ਜਾਣਾ ਹੁੰਦਾ ਘਰੋਂ ਤੇ 4 ਕ ਵਜੇ 4 ਸਾਢੇ 4 ਘਰੇ ਆਉਣਾ ਤੇ ਉਹ ਤੋਂ ਬਾਅਦ ਤੁਹਾਨੂੰ ਵੀ ਪਤਾ ਵਾ ਵੀ ਮੈਂ ਤੁਸੀਂ ਬਿਜ਼ੀ ਹੁੰਦੇ ਆ ਮੈਂ ਨਹਾ ਕੇ ਜਦੇ ਸ਼ਾਵਰ ਲੈ ਕੇ ਮੈਂ ਗੁਰਦੁਆਰਾ ਸਾਹਿਬ ਚਲੇ ਜਾਣਾ ਹੁੰਦਾ ਉੱਥੋਂ ਜਾ ਕੇ ਜਿਨ੍ਹਾਂ ਜਿਨ੍ਹਾਂ ਨੂੰ ਫੂਡ ਡਿਲੀਵਰ ਕਰਨਾ ਹੁੰਦਾ ਉੱਥੋਂ ਪੈਕ ਕਰਾ ਕੇ ਗੱਡੀ 'ਚ ਰੱਖ ਲੈਣਾ ਮੈਂ ਜਿਹਨੂੰ ਇੱਕ ਸਟੂਡੈਂਟ ਸੀ ਮੁੰਡਾ ਸਿੱਖ ਸੀਗਾ ਉਹਨੂੰ ਦਿੰਦਾ ਹੁੰਦਾ ਸੀਗਾ ਇੱਕ ਆਂਟੀ ਸੀਗੇ ਸੱਟ ਵੱਜੀ ਸੀ ਉਹਨਾਂ ਦੇ ਸਿਰ 'ਤੇ ਉਹਨਾਂ ਨੂੰ ਫੂਡ ਦਿੰਦਾ ਸੀ ਮੈਂ ਜਿਨ੍ਹਾਂ ਨੂੰ ਲੋੜ ਬਣਦਾ ਹੁਣ ਮੇਰਾ ਟਾਈਮ ਤੁਸੀਂ ਦੇਖੋ ਵੀ ਕਿੰਨਾ ਹੋਣ ਲੱਗਣਾ ਉੱਥੋਂ ਗੁਰੂ ਘਰੋਂ ਚੱਕਿਆ ਹੋਣਾ ਅਤੇ ਮੈਂ ਕਿੱਥੇ ਤੱਕ ਸਕੋਟ ਰੋਡ ਤੱਕ ਮੈਂ ਗਿਆ ਵਾਂ ਉੱਥੇ ਜਾ ਕੇ ਨਾ ਫੂਡ ਦੇ ਕੇ ਆਇਆ ਇੱਕ ਜਿਹੜੇ ਬੰਦੇ ਦੀ ਸ਼ਰਾਬ ਪੀਤੀ ਉਹ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਇੱਕ ਖਾਣੇ ਤੋਂ ਬਿਨਾਂ ਬੰਦਾ ਤੜਫ ਰਿਹਾ ਜਿਹੜਾ ਬੰਦਾ ਸ਼ਰਾਬ ਪੀਂਦਾ ਵਾ ਜਾਂ ਤਾਂ ਪਹਿਲਾਂ ਲੈ ਆਵੇ ਜੇ ਉਹਨੇ ਪੀਣੀ ਹੋਈ ਆ ਉਹ ਪਹਿਲਾਂ ਲੈ ਆਵੇ ਜਾ ਕੇ ਗੁਰੂ ਘਰ ਤਾਂ ਬਿਲਕੁਲ ਨਾਲ ਕੰਧ ਨਾਲ ਕੰਧ ਸਾਂਝੀ ਉੱਥੋਂ ਜਾ ਕੇ ਲਿਆ ਸਕਦਾ ਵਾ ਜੇ ਉਹਦੇ ਨਾਲ ਤੜਫ ਸਕਦਾ ਵਾ ਇੱਕ ਰੋਟੀ ਤੜਫ ਸਕਦਾ ਫਿਰ ਸ਼ਰਾਬ ਛੱਡ ਦੇਵੇ ਉਹਨੂੰ ਜਦ ਪਤਾ ਵੀ ਮੈਂ ਰੋਟੀ ਤੋਂ ਤੜਫੂੰਗਾ ਫਿਰ ਸ਼ਰਾਬ ਜ਼ਰੂਰੀ ਆ ਕੋਈ ਉਹ ਇੱਕ ਸਿਆਣੇ ਕਹਿ ਕੇ ਗਏ ਕਿ ਮੂਰਖ ਨਾ ਨਾ ਉਲਝ ਕਿੰਨਾ ਟਾਈਮ ਹਾਂ ਕਿੰਨਾ ਟਾਈਮ ਆ ਜਿਹੜਾ ਮੇਰਾ ਉਹਨੇ ਵੇਸਟ ਕਰ ਦਿੱਤਾ ਬਹੁਤ ਕੀਮਤੀ ਟਾਈਮ ਹੈ ਆਪਣਾ ਵੀਰੇ ਸੋ ਇੱਥੇ ਹੀ ਇਹਨੂੰ ਬੰਦ ਕਰ ਦਈਏ ਕਿਉਂਕਿ ਫਾਇਦਾ ਕੋਈ ਨਹੀਂ ਜਿੰਨਾ ਮਰਜ਼ੀ ਇਹਨੂੰ ਫੋਲ ਲਓ ਨਾਲੇ ਜੇ ਉਹਨਾਂ ਨੂੰ ਸਹੀ ਲੱਗਦਾ ਹੀ ਆ ਫਿਰ ਜਾ ਕੇ ਉੱਥੇ ਜਲੇ ਜਾ ਕੇ ਦਾਰੂ ਪੀ ਕੇ ਜੇ ਕਹਿੰਦੇ ਆ ਵੀ ਦਾਰੂ ਪੀ ਕੇ ਕਿਹੜਾ ਗਲਤ ਕਰਿਆ ਫਿਰ ਦਾਰੂ ਪੀ ਕੇ ਗੁਰਦੁਆਰਾ ਸਾਹਿਬ ਚਲੇ ਜਾਣ ਤੇ ਫਿਰ ਲੈ ਲੈਣ ਪ੍ਰਸ਼ਾਦ ਉੱਥੋਂ ਜਾ ਕੇ ਲੱਗ ਜੂਗਾ ਪਤਾ ਵੀ ਪਰ ਮੈਂ ਕਿਸੇ ਵੀ ਸ਼ਰਾਬੀ ਬੰਦੇ ਨੂੰ ਮੈਂ ਨਹੀਂ ਫੂਡ ਡਿਲੀਵਰ ਕਰ ਸਕਦਾ ਜਿਹੜਾ ਆਪ ਜੇ ਤੇਰੀ ਪੀਤੀ ਤੂੰ ਨਾ ਕਹਿ ਰੋਹਬ ਨਾਲ ਬਾਈ ਮੇਰੀ ਨਾ ਦਾਰੂ ਪੀਤੀ ਹੋਈ ਸੀ ਵੀ ਯਾਰ ਤੂੰ ਰੋਹਬ ਨਾਲ ਦੱਸ ਰਿਹਾ ਵੀ ਦਾਰੂ ਪੀਤੀ ਤੂੰ ਫੂਡ ਫੜ ਤੂੰ ਅੰਦਰ ਚਲਿਆ ਜਾ ਦੱਸਣਾ ਕੋਈ ਜ਼ਰੂਰੀ ਹੈ ਇੱਦਾਂ ਦੇ ਨਾਸਤਿਕ ਲੋਕ ਵੀ ਹੈਗੇ ਪਾਣੀ ਪੀਓ ਸੋ ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਰੈਪ ਅਪ ਕਰੀਏ ਤੇ ਬਿਲਕੁਲ ਜੀ ਅਸੀਂ ਬੀਇੰਗ ਇਨ ਅ ਮੀਡੀਆ ਕਈ ਵਾਰੀ ਸਾਡਾ ਅਸੀਂ ਫੋਨ ਕਈ ਸਾਨੂੰ ਕਹਿੰਦੇ ਕਿ ਸ਼ਾਇਦ ਅਸੀਂ ਜਾਣ ਕੇ ਫੋਨ ਕੱਟ ਦਿੰਦੇ ਹਾਂ ਪਰ ਨਹੀਂ ਹਰ ਇੱਕ ਇਨਸਾਨ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਪਰ ਜੇ ਉਹ ਗੱਲ ਗਲਤ ਆ ਤੇ ਗਲਤ ਨੂੰ ਅਸੀਂ ਗਲਤ ਕਹਾਂਗੇ ਸਹੀ ਨੂੰ ਅਸੀਂ ਸਹੀ ਕਹਾਂਗੇ ਜੇ ਹੁਣ ਤੁਸੀਂ ਇੱਕੋ ਗੱਲ ਤੇ ਬੈਂਸੀ ਜਾਣਾ ਡਾਕਟਰ ਨੇ ਲਿਖ ਕੇ ਦਿੱਤੀ ਆ ਟਾਇਨੋਲ 3 ਦਿੱਤੀ ਆ ਕਿਸੇ ਨੂੰ ਲਿਖ ਕੇ ਦਿੱਤੀ ਆ ਔਰ ਉਹਦੇ ਉੱਤੇ ਕਦੇ ਲਿਖਿਆ ਨਹੀਂ ਹੁੰਦਾ ਉਹ ਡਾਕਟਰ ਤੁਹਾਨੂੰ ਤੁਹਾਡੀ ਬਿਮਾਰੀ ਤੋਂ ਦਿੰਦਾ ਆ ਔਰ ਦੂਜੇ ਤਰ੍ਹਾਂ ਦੇ ਕਿਸੇ ਦੇ ਨਸ਼ੇ ਨੂੰ ਆ ਜੇ ਇਸ ਇਨਸਾਨ ਨੂੰ ਲੰਗਰ ਦੇ ਉੱਤੇ ਹੀ ਕਿੰਤੂ ਪ੍ਰੰਤੂ ਆ ਉਹ ਕਹਿ ਰਿਹਾ ਕਿ ਤੁਸੀਂ ਕਿਹੜਾ ਉੱਥੇ ਕੋਲ ਖੜੇ ਸੀ ਜਦੋਂ 20 ਰੁਪਈਆਂ ਦਾ ਬਾਬੇ ਨਾਨਕ ਨੇ ਲੰਗਰ ਚਲਾਇਆ ਸੀ ਤੁਸੀਂ ਕਿਹੜਾ ਕੋਲ ਖੜੇ ਸੀ ਤੇ ਫਿਰ ਸਾਡੇ ਇੱਕ ਵੀਰ ਨੇ ਕੈਲੀਫੋਰਨੀਆ ਤੋਂ ਉਹਨਾਂ ਨੂੰ ਜਵਾਬ ਤਾਂ ਦੇ ਹੀ ਦਿੱਤਾ ਆ ਬੜੀ ਚੰਗੀ ਤਰ੍ਹਾਂ ਉਹ ਸਮਝ ਵੀ ਗਏ ਹੋਣਗੇ ਕਿਉਂਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਪਰ ਅਸੀਂ ਕਿਸੇ ਦਾ ਪੱਖ ਨਹੀਂ ਪੂਰ ਰਹੇ ਅਸੀਂ ਤੁਹਾਨੂੰ ਕੁਛ ਨਹੀਂ ਵੀਰ ਜੀ ਕਹਿ ਰਹੇ ਤੁਹਾਡੀ ਆਪਣੀ ਸੋਚ ਆ ਪਰ ਅਸੀਂ ਇਸ ਪਲੇਟਫਾਰਮ ਤੇ ਬੈਠੇ ਹਾਂ ਸੱਚ ਤੇ ਪਹਿਰਾ ਦੇਵਾਂਗੇ ਬੋਲਾਂਗੇ ਗੱਲ ਕਰਾਂਗੇ ਗਲਤ ਨੂੰ ਗਲਤ ਕਵਾਂਗੇ ਸਹੀ ਨੂੰ ਸਹੀ ਕਵਾਂਗੇ ਇਹ ਸਾਡਾ ਫਰਜ਼ ਆ ਕਿਉਂਕਿ ਸਾਡਾ ਸ਼ੋਅ ਵੀ ਗੱਲਾਂ ਖਰੀਆਂ ਖਰੀਆਂ ਆ ਨਾਲੇ ਉਹਨਾਂ ਨੂੰ ਲੱਗਦਾ ਵੀ ਤੁਸੀਂ ਘਰੋ ਘਰ ਜਾ ਕੇ ਫੜਾ ਕੇ ਨੂੰ ਵੀ ਇਹ ਕਿਹੜਾ ਆਪਣੇ ਧਰਮ ਦੇ ਵਿੱਚ ਹੈਗਾ ਵੀ ਜਿਹੜੇ ਵੀਰ ਜੀ ਕਹਿ ਰਹੇ ਨਾ ਉਹ ਆਪ ਫੂਡ ਲੈ ਕੇ ਆਉਣ ਉੱਥੋਂ ਇੱਕ ਘਰ 'ਚ ਫੜਾ ਕੇ ਆਉਣ ਰੋਣਾ ਨਿਕਲਦਾ ਜਦੋਂ ਪਰਿਵਾਰਾਂ 'ਚ ਜਾ ਕੇ ਫੜਾਉਣ ਜਾਂਦੇ ਆ ਨਾ ਇੱਕ ਭਾਈ ਸਾਹਮਣੇ ਆਇਆ ਉਹ ਵਿਚਾਰਾ ਸਿੱਖ ਸੀ ਉਹਦੀ ਡਾਕਟਰ ਨੇ ਆ ਕੇ ਭੱਜ ਕੇ ਫੂਡ ਫੜਿਆ ਇੰਨਾ ਤਰਸ ਆਉਂਦਾ ਸੀ ਬਾਹਰ ਨਹੀਂ ਜਾ ਸਕਦੇ ਕਹਿੰਦੇ ਨਵੇਂ ਆ ਸਾਨੂੰ ਪਤਾ ਨਹੀਂ ਕਿੱਥੇ ਜਾਣਾ ਵਾ ਕੀ ਕਰਨਾ ਕਹਿੰਦੇ ਸਾਨੂੰ ਪਤਾ ਹੀ ਨਹੀਂਗਾ ਜਿੱਥੋਂ ਕਹਿੰਦੇ ਅਸੀਂ ਫੂਡ ਲਵਾਇਆ ਸੀਗਾ $200 ਦਿੰਦੇ ਸੀਗੇ ਰੈਸਟੋਰੈਂਟ ਤੋਂ ਫੂਡ ਆਉਂਦਾ ਸੀ ਕਹਿੰਦੇ ਉੱਥੋਂ ਵੀ ਬੰਦ ਹੋ ਗਿਆ ਹੁਣ ਸਾਨੂੰ ਪਤਾ ਨਹੀਂ ਅਸੀਂ ਫੂਡ ਕਿੱਥੋਂ ਲਈਏ ਪੈਸੇ ਦੇ ਕੇ ਲੈ ਸਕਦੇ ਹਾਂ ਪਰ ਰੈਸਟੋਰੈਂਟ ਹੀ ਬੰਦ ਹੋ ਗਿਆ ਕਹਿੰਦੇ ਕੀ ਕਰੀਏ ਹੁਣ ਜੀ ਉਹਨਾਂ ਨੂੰ ਜਾ ਕੇ ਆਪ ਫੜਾ ਕੇ ਦੇਖ ਕੇ ਉਹ ਫਿਰ ਤੁਹਾਨੂੰ ਪਤਾ ਲੱਗੂਗਾ ਸੋ ਬਿਲਕੁਲ ਜੀ ਜਾਣ ਤੋਂ ਪਹਿਲਾਂ ਮੈਂ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੀ ਹਾਂ ਟੋਰਾਂਟੋ ਦੇ ਵਿੱਚ ਜੇ ਤੁਹਾਨੂੰ ਮਾਸਕ ਜਾਂ ਗਲਵਜ਼ ਜਾਂ ਸੈਨੀਟਾਈਜ਼ਰ ਚਾਹੀਦੇ ਹੋਣ ਜਿਹੜੇ ਟਰੱਕਰ ਆ ਜਿਹੜੇ ਟੋਰਾਂਟੋ ਵੱਲ ਜਾਂਦੇ ਨੇ ਤੇ ਤੁਸੀਂ ਦੀਪਕ ਥਾਪਰ ਜੀ ਉਹਨਾਂ ਨੂੰ ਫੋਨ ਕਰ ਸਕਦੇ ਹੋ 6474991045 ਤੇ
एक मैं होर बेनती साडियां भैणां तक करनी चाहुंदी आ, जिन्हां भैणां नूं सीना आउंदा आ, तुसीं ग्लैमर लेडीज़ टेलर जिहड़े कि पायल बिजनेस सेंटर दे विच आ रूपा जी, तुसीं उन्हां नूं जाके मिल सकदे हो। असीं उत्थे बहुत सारा कपड़ा रखिया, तुसीं उत्थों कपड़ा उन्हां कोलों कटा के लिया के मास्क तैयार करके साडे तक पहुँचते कर सकते हो। यह भी एक सेवा आ, साडियां बहुत सारियां भैणां कर रही ने तैयार, पर सानूं बहुत ज़्यादा मास्क चाहिए आ। सो इस करके जे तुसीं इस सेवा दे विच अपना तुसीं योगदान पाउणा चाहुंदियां ने, मेरियां भैणां जिन्हां नूं सड़ाई आउंदी आ, तुसीं पायल बिजनेस सेंटर तों ग्लैमर लेडीज़ बुटीक तों तुसीं लिया के कपड़ा ते तुसीं मास्क तैयार कर सकते हो। इस दे नाल सारे ही लोगों तक मास्क पहुँचते होणगे। जिहड़े ट्रक्कर आउंदे ने जां जिहड़े फ्रंट लाइन ते कम करदे ने, उन्हां नूं मास्कां दी बहुत जरूरत आ। ते सर्जिकल जिहड़ियां हैट वी चाहीदियां ने, जे किसी नूं टोपियां सीणियां आउंदियां जिहड़ियां डॉक्टर लैंदे ने। सो प्लीज़ तुसीं मेरे नाल भी कॉन्टैक्ट कर सकते हो 604-200-0692 ते साडे ऑफिस फोन करके तुसीं दस सकते हो। जे तुसीं आप नहीं आ सकते, मैं थोड़े तक कपड़ा पहुँचदा कर सकती हाँ, तो तुसीं सर्जिकल हैट बना सकते हो। जे थानू मशीन की लोड़ है किसी नूं, तो मेरे को दो सोइंग मशीन घर पईआं ने, तुसीं मैनू दस सकते हो, मैं थानू मशीन भी ड्रॉप कर दूँगी। पर जे थानू सीना आउंदा तो तुसीं साडी मदद कर सकते हो। और साडे सारे ही स्पॉन्सर्स का बहुत धन्यवाद जिहड़े साडा साथ दिंदे ने। देसी बाइट 4 बजे तो 6 बजे तक फ्री टिफिन दिंदे ने, तुसीं इत्थों टिफिन लै सकते हो। करी लाउंज आ 5 किलोमीटर के दायरे के वाइट रॉक च, तुसीं इत्थों फूड लै सकते हो। इस तों अलावा दुख निवारण गुरद्वारा साहिब दशमेश दरबार गुरद्वारा साहिब के विचों लंगर मिलता, क्योंकि लंगर हॉल बंद किए गए आ समय की नज़ाकत देखद्या होया। पर तुसीं इत्थों आप जाके फूड चक सकते हो, जां तुसीं सानू दस सकते हो, साडे वॉलंटियर तुहाडे घर तक लोड़वंदां दे घर तक, जिहड़े सीनियर आ जां जिहड़ियां सिंगल मदरस आ छोटे बच्चियां नाल नहीं आ जा सकदियां, ते असीं तुहाडे तक लंगर पहुँचदा करांगे। सो वाहिगुरू वालों जिन्नी सेवा लाई आ, FYI मीडिया, सांझा TV, साडी सारी टीम हमेशा तत्पर रहिंदी आ कि असीं कम्यूनिटी दे नाल खड़ीए, कम्यूनिटी दे मोढ़े नाल मोढ़ा ला के चलीए। ते जिहड़े लोग इहनूं नहीं भी एप्रीशिएट करदे, तुसीं भी राजी खुशी रहो, वाहिगुरू तुहानूं भी समत बख्शे ਤਾਂ ਕਿ ਤੁਸੀਂ ਆਪਣੀ ਸੋਚ ਨੂੰ ਬਦਲ ਸਕੋ। ਵੈਸੇ ਤਾਂ ਹਰ ਇੱਕ ਇਨਸਾਨ ਦੀ ਆਪਣੀ ਸੋਚ ਆ, ਪਰ ਫਿਰ ਵੀ ਕਹਿੰਦੇ ਸੋਚ ਆਪਣੀ ਨੂੰ ਕਿਸੇ 'ਤੇ ਨਹੀਂ ਥੋਪਣਾ ਚਾਹੀਦਾ, ਪਰ ਸਾਨੂੰ ਧਰਮ ਨੂੰ ਹਰ ਇੱਕ ਗੱਲ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ। ਸੋ ਇੱਦਾਂ ਦੀਆਂ ਗੱਲਾਂ ਤੋਂ ਸਾਨੂੰ ਉੱਪਰ ਉੱਠ ਕੇ ਇਨਸਾਨੀਅਤ ਲਈ ਸੋਚਣਾ ਚਾਹੀਦਾ। ਸੋ ਗੱਲਾਂ ਖਰੀਆਂ ਖਰੀਆਂ, ਅੱਜ ਗੱਲਾਂ ਕਰਦੇ ਦੌਰਾਨ ਕਿਸੇ ਨੂੰ ਸਾਡੀਆਂ ਗੱਲਾਂ ਚੁੱਭੀਆਂ ਹੋਣ, ਮਾੜੀਆਂ ਲੱਗੀਆਂ ਹੋਣ, ਤਾਂ ਮਾਫ਼ੀ 'ਤੇ ਅਸੀਂ ਜਮ੍ਹਾਂ ਨਹੀਂ ਮੰਗਣੀ, ਕਿਉਂਕਿ ਗੱਲਾਂ ਹੀ ਸਾਡੀਆਂ ਖਰੀਆਂ ਖਰੀਆਂ। मैं थोड़े नाल कल 7 बजे तो लैके 8 बजे तक फिर तो आवांगी, ते थोड़े नाल मेरा लाइव टॉक शो होगा, पूरा 1 घंटा साडा साथ रहूगा। पर रफ्तार साडे नाल आउणगे अगले मंगलवार नूं, ते मंगलवार दा ग्रह जिहड़ा इहनां ते भारू अज कल। सो मंगलवार तक तुसीं रखियो अपना ख्याल, सानूं दो इजाजत, साडा तुहाडा सारिआं दा ही वाहिगुरू राखा। सत श्री अकाल जी।